ਮਰੇ ਦਾਦੇ ਨੇ ਮਾੜੀ ਨਿਗਰ ਰੱਖਣੀ ਜੀ ਦਾਦੇ ਨੇ ਮਾੜੀ ਮੰਮੀ ਤੇ ਮਾੜੀ ਨਿਗਰ ਮਾੜੀ ਨਿਗਰ ਰੱਖਣੀ ਮਤਲਬ ਜੀ ਮੰਮਾ ਨੇ ਥੱਲੇ ਨਾਉਣ ਆਉਣਾ ਤਾਂ ਥੱਲੇ ਨਾਉਣ ਵੀ ਨਲ ਦੇਣਾ ਹੀ ਉਹਨਾਂ ਨੂੰ ਤੇ ਬਈ ਮੇਰੀ ਇਹ ਇੰਟਰਵਿਊ ਵੀ ਲਾਸਟ ਹੋ ਸਕਦੀ ਆ ਕਿਉਂਕਿ ਮੈਨੂੰ ਪਤਾ ਬਈ ਦੂਰ ਪਤਾ ਨਹੀਂ ਯਾਦੀ ਗੁਣੀ ਕੇ ਰਹੂਗਾ ਪਤਾ ਨਹੀਂ ਬਈ ਮੈਂ ਇੱਕ ਵਾਰ ਸੱਚ ਤਾਂ ਬਈ ਸਾਰਿਆਂ ਦੇ ਸਾਹਮਣੇ ਕਰਨਾ ਆਇਆ ਬਈ ਕੱਲ ਨੂੰ ਬਈ ਮੇਰੇ ਮਰੇ ਤੋਂ ਬਾਅਦ ਕੋਈ ਇੰਨਾ ਕਹੇ ਵੀ ਯਾਦੀ ਗੁਣੀ ਕੇ ਕੌਣ ਸੀ ਕਿੱਦਾਂ ਦਾ ਜੀ ਉਹ ਚੀਜ਼ਾਂ ਸਾਬਤ ਕਰਨਾ ਆਇਆ ਬਈ ਅੱਜ ਵਿਆਹ ਦੇ ਲਾਗ ਪਣੇ ਦਾ ਸਾਰਾ 500 ਰੁਪਏ ਮਿਲਦਾ ਹੋ ਤੇ ਬਈ ਅ ਨੱਲਾ ਤੇ ਮੇਰੀ ਨਾਨੀ ਨੇ ਉਹੀ 500 ਜੀ ਸਾਨੂੰ ਸਾਰਾ ਜੱਗ ਦਿਖਾਇਆ ਬਈ ਅੱਜ ਜੀ ਯਾਦੀ ਉਰੇ ਬੈਠਾ ਬਈ ਅਬ ਜੀ ਨਾਨੀ ਦੀ ਬਦੌਲਤ ਸਾਡੇ ਦੇ ਬਾਰੇ ਪਤਾ ਨਹੀਂ ਉਹਨੂੰ ਕੀ ਹੋਇਆ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਹਿੰਨਾ ਕੀ ਮੈਂਗਾ ਬੀਬੀ ਸੌ ਜਾਂਦੀ ਤੇ ਜੀ ਜਾ ਛੇਤੀ ਘਰ ਵੀ ਡਾਕਟਰ ਨੂੰ ਲੈ ਗਿਆ ਬਈ ਸਾਡੇ ਪਿੰਡ ਦਾ ਇੱਕ ਡਾਕਟਰ ਸੀ ਮੈਂ ਉਹਦੇ ਗੇਟ ਖੜਕਾ ਕੇ ਆਇਆ ਬੰਦਾ ਸਾਡੇ ਘਰ ਹੀ ਨਹੀਂ ਆਇਆ ਮਨ ਲਈ ਬੁੱਧ ਨੂੰ ਆਇਆ ਘਰ ਪਾਸਾ ਲੈਣਾ ਮੇਰੀ ਜਾਨ ਨਿਕਲਦੀ ਮੈਂ ਕਿਹਾ ਤੂੰ ਕਾਣੂ ਬੀਬੀ ਹੋਰੀ ਗੱਲਾਂ ਕਰੀਂ ਮਗਾਕ ਤੇ ਕੱਟ ਉੱਜੜੇ ਹੋਇਆ ਨੇੜੇ ਹੁਣ ਆਪਾਂ ਆਏ ਹੋਏ ਪਤਾ ਨਹੀਂ ਪ੍ਰਮਾਤਮਾ ਹੈਗਾ ਬਈ ਪਤਾ ਨਹੀਂ ਹੈ ਅੱਡਲੀ ਦਾ ਪ੍ਰਮਾਤਮਾ ਵੀ ਨਹੀਂ ਬਈ ਬਸ ਉਹ ਹੀ 15 ਮਿੰਟਾਂ ਚ ਸਾਰਾ ਜਾ ਕੇ ਉੱਜੜ ਗਿਆ ਬਈ ਸਾਡਾ ਤੇ ਮੂੰਹ ਡੇਰੀ ਹੈ ਗਿਆ ਬਈ ਮੈਨੂੰ ਕੀ ਪਤਾ ਜੀ ਬਈ ਜਵਾਕ ਜੀ ਕੀ ਹੋ ਗਿਆ ਸਾਡਰ ਮੈਨੂੰ ਬਈ ਕਿਸੇ ਨੇ ਦੱਸਿਆ ਵੀ ਤੇਰੀ ਮੰਮੀ ਨਾ ਉੱਥੇ ਰਹਿੰਦੀ ਆ ਨਾ ਪਛਾ ਜਿਹੜੀ ਮਾਂ ਨੂੰ ਤੁਸੀਂ ਇਹ ਸਮਝਦੇ ਸੀ ਵੀ ਮਰੀ ਹੋਈ ਆ ਉਹ ਜਿਉਂਦੀ ਨਿਕਲੀ ਤੇ ਬਈ ਮੈਂ ਉਹਨੂੰ ਲੱਭਣ ਲੱਗ ਪਈ ਬਈ ਈਜ਼ ਵਾਲੇ ਜਨ ਮੇਰੀ ਮਾਂ ਮੈਨੂੰ ਦੇਖ ਕੇ ਭੱਜ ਲਈ ਉਹ ਹੀ ਮਾਂ ਬਈ ਸਾਨੂੰ ਨੀਂਦੀਆਂ ਗੋਲੀਆਂ ਪਾਉਂਦੀ ਰਹੀ ਨੀਂਦੀਆਂ ਗੋਲੀਆਂ ਹਾਂ ਬਈ ਰਾਤ ਨੂੰ ਬਈ ਜਦੋਂ ਆ ਜਾਣਾ ਕਦੇ ਦੁੱਧ ਪਲਾ ਦੇਣਾ ਕਦੇ ਨਹੀਂ ਪਲਾਉਣਾ ਬਈ ਰੋਜ਼ ਮੰਗੀ ਆਣ ਲੱਗੀ ਜਾਣਾ ਵੀ ਨਸ਼ੇੜੀਆਂ ਯਾਰ ਬੰਦੇ ਘਰੇ ਆਉਂਦੇ ਸੀ ਤੁਹਾਡੇ ਕਿ ਜਿਹਨੂੰ ਕਹੇ ਕਰੀ ਤੇਰਾ ਛੋਟਾ ਡੈਡੀ ਆ ਤੇ ਵੱਡਾ ਡੈਡੀ ਆ ਤੇ ਚਾਚਾ ਕਿਹਦਾ ਖੁਸ਼ ਹੈ ਜਿਹੜੀ ਸਾਨੂੰ 20 ਸਾਲ ਪਹਿਲਾਂ ਛੱਟ ਕੇ ਗਈ ਸੀ ਉਹ ਸੰਨ ਤਿੰਨ ਚਾਰ ਦਿਨਾਂ ਅਜ ਸਾਡੇ ਦਾਦਾ ਢੜੀ ਬਣ ਗਏ ਬਈ ਉਥੋਂ ਭੱਜ ਲਿਆ ਮੈਂ ਬਰੀ ਮਾਂ ਨੇ ਕੱਪੜੇ ਬਾੜ ਲਿਵੇਂ ਸਾਰੇ ਸਾਹਮਣੇ ਅਰੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਤੁਹਾਡੀ ਮਾਂ ਤੁਹਾਨੂੰ ਕਹਿੰਦੀ ਜਿਹੜੇ ਆਪਦੇ ਭਰਾ ਨਹੀਂ ਸੀ ਬਖਸ਼ੇ ਜਿੱਥੇ ਜੰਮੇ ਹੋਏ ਸੀ ਬੇਸੇ ਲਾਨੀ ਜੀ ਦੀ ਦੋ ਨਿਸ਼ਾਨੀਆਂ ਨੇ ਮੇਰੇ ਕੋਲੇ ਇੱਕ ਮੇਰੀ ਨਾਨੀ ਦਾ ਮੰਜਾ ਬਈ ਇੱਕ ਮੇਰੀ ਨਾਨੀ ਦੀ ਪਿੱਠੀ ਕੋ ਮੰਜੇ ਦੇ ਭਾਈ ਅੰਨਾ ਬਈ ਮੈਨੂੰ ਆਉਂਦਾ ਬਈ ਨਾਨੀ ਮੇਰੇ ਕੋਲੇ ਆ ਹਾਏ ਹਾਏ ਉੱਥੇ ਮੈਂ ਪੀਰ ਖਾਨਾ ਆਪਣੇ ਸਟੇਸ਼ਨ ਦੇ ਨਾਲ ਹੀ ਉੱਥੇ ਆਂਟੀ ਉਹ ਕੁੱਤੇ ਨੂੰ ਰੋਟੀ ਪਾਉਣਾ ਆਉਂਦੀ ਸੀ ਮੈਂ ਕਈ ਵਾਰ ਨੋਟ ਕੀਤੀ ਸੀ ਮੈਂ ਇਹਨੂੰ ਪੱਕੇ ਹੀ ਪਾ ਗਏ ਹੈਗੇ ਕੋਲ ਗੁੜ ਨਾਲ ਜੀ ਕਦੇ ਕੋਸ ਨਾਲ ਕਦੇ ਸਬਜ਼ੀ ਨਾਲ ਕਦੇ ਚਟਨੀ ਨਾਲ ਉਸ ਦਿਨ ਨਾ ਬਈ ਪੂਰੀ ਚੋਪੜ ਦੀ ਰੋਟੀ ਸੀਗੀ ਨੂਨ ਮਿਰਚ ਲਾ ਕੇ ਪੂ ਰਹਣ ਚਟਣੀ ਨਾਲ ਹੀ ਮੈਂ ਉਸ ਟਾਈਮ ਵਈ ਬੰਡਲਾ ਮਾਰ ਕੇ ਉੱਤੇ ਦੇ ਉਹ ਭੱਜ ਗਿਆ ਮੈਂ ਉੱਥੋਂ ਉਹੀ ਰੋਟੀ ਚੱਕ ਕੇ ਆਇਆ ਪਰਦੇ ਜੀ ਬਈ ਲੈ ਕੇ ਤੇ ਮੈਂ ਉੱਥੇ ਬਹਿ ਕੇ ਖਾ ਲਿਆ ਜਦੋਂ ਬਈ ਦੋ ਦੋ ਤਿੰਨ ਤਿੰਨ ਦਿਨ ਰੋਟੀ ਨਾ ਮਿਲਨੀ ਕਲੇਸ਼ ਕਰ ਤੇ ਸਮਝਾਣਾ ਬਈ ਐਦਾਂ ਹੋਇਆ ਦੋ ਤਿੰਨ ਦਿਨ ਰੋਟੀ ਨਾ ਖਾਦੀ ਹੋਵੇ ਬਈ ਹੁਣ ਉਦੋਂ ਵੀ ਬੁਰਾ ਹਾਲਾ ਮੇਰਾ ਅੱਜ ਬਈ ਤੇਰੇ ਕੋਲ ਆ ਕੇ ਰੋਟੀ ਖਾਧੀ ਮੈਂ ਡੇਢ ਦਿਨੋਂ ਮੈਂ ਪੂਰਾ ਡੇਢ ਦਿਨ ਬਾਅਦ ਰੋਟੀ ਖਾਧੀ ਆ ਮੇਰਾ ਪਿੱਛੇ ਯਾਰ ਦੋਸਤ ਬੋਲੂਗਾ ਨਾ ਵੀ ਮੇਰੇ ਮਾਪੇ ਕਹਿੰਦੇ ਵੀ ਤੈਨੂੰ ਬਾਹਰ ਭੇਜਦੀ ਆ ਮੈਂ ਯਾਰ ਮੈਨੂੰ ਕੋਈ ਹੈ ਕੁਛ ਖਾਣਾ ਵੀ ਨਹੀਂ ਵੀ ਤੂੰ ਰੋਟੀ ਖਾ ਲਈ ਵਈ ਹੋਸਟਲ ਜੀ ਕੋਈ ਚੌਲ ਬਣਾ ਲਾਂਦਾ ਉਹਨਾਂ ਦੀ ਵੀ ਮਿੰਤਾ ਕਰਿਆ ਉਹਨਾਂ ਨੂੰ ਵੀ ਵੀ ਬਾਈ ਥੋੜੀ ਮੈਨੂੰ ਦੇਸੀ ਯਾਰ ਜੇ ਬਚ ਕੇ ਜਾਦੀ ਦੁਨੀਆਲੀ ਬਾਈ ਬਹੁਤ ਲੀਵਾ ਬਹੁਤ ਜਿਆਦਾ ਨਾਮੀ ਭਲੇ ਨੇ ਹੁਣ ਬਾਹਰ ਖੇਡ ਰਹੇ ਨੇ ਜਿਹੜੇ ਮੇਰੀਆਂ ਸਟੋਰੀਆਂ ਪਾ ਕੇ ਮੇਰੇ ਐਣ ਮੌਕੇ ਤੇ ਮੇਰੇ ਪਿੰਡ ਜਵਾਬ ਦੇਗੀ ਹਨ ਬਿਰਿਆਣੀ ਹੁਣਾ ਸੀ ਤਾਂ ਆਪ ਦੇ ਕੱਪ ਰੇਟ ਨਾੜਾ ਬਲੌਗ ਹੋ ਗਿਆ ਵੀ ਕੰਨ ਦਈਏ ਖੇਡਦੇ ਖੇਡ ਜੀ ਦੀਆਂ ਇਹ ਤਰ ਲੱਟ ਚੱਕ ਟਾਂਕੇ ਅਬ ਹੀ ਸਾਰੇ ਹਾਂ ਸਾਰੇ ਅੱਛਾ ਟਾਂਕੇ ਲੱਗੇ ਨੇ ਵਿੱਚੇ ਅਹ ਬਈ ਸਾਰਾ ਕੰਨ ਪਾੜਤਾ ਸੀ ਡਾਕਟਰਾਂ ਨੇ ਬਈ ਇੱਕ ਟੀਮ ਨੂੰ ਬਰਨਾਲੇ ਲਾ ਗਈ ਬਈ ਬਰਨਾਲੇੋਂ ਮਸਤ ਆਣਾ 45 ਕਿਲੋਮੀਟਰ ਦਾਸਮ 1:30 ਵਜੇ ਤੁਰ ਕੇ ਬਾਈ ਮੈਂ 5 ਵਜੇ ਪਹੁੰਚਾਂਗਾ ਮਰੇ ਕੋਟ ਲੈ ਦੋ ਤੂਰੀ ਸੰਗਰੂਰ ਤੁਰ ਕੇ ਆ ਬਾਈ ਸਾਰੀ ਰਾਤ ਤੁਰਦੇ ਰਹੇ ਗੁਰਪੀ ਤੇ ਕੁ ਕੀ ਕਹਿੰਦਾ ਵੀ ਪੁੱਤ ਤੂੰ ਬਹੁਤ ਵਧੀਆ ਸਟ੍ਰਗਲ ਕਰ ਰਿਹਾ ਹਾਂ ਲੱਗਿਆ ਰੇ ਇੱਕ ਦਿਨ ਤੇਰਾ ਨਾਮ ਆਊਗਾ ਸਾਰਿਆਂ ਸਾਹਮਣੇ ਤੇ ਜਿੱਦੇ ਤੈਨੂੰ ਮੇਰੀ ਲੋੜ ਪਈ ਮੈਨੂੰ ਮੈਸੇਜ ਕਰ ਦੇ ਤਦੋਂ ਮੈਂ ਇੰਨੇ ਕੇ ਮੈਸੇਜ ਕੀਤੇ ਹੋਇਆ ਮ ਮੈਂ ਉਹ ਟਾਈਮ ਮੈਂ ਫਾਹਲੇ ਨੂੰ ਪੂਰਾ ਤਿਆਰ ਸੀ ਬਈ ਪੂਰਾ ਮੈਂ ਗੇਟ ਵੀ ਲਾ ਲੇ ਸੀ ਬਈ ਮੈਂ ਸੋਚ ਵੀ ਲਿਆ ਸੀ ਕਿਵੇਂ ਪਰ ਮੈਨੂੰ ਨਾ ਵੀ ਉਹੀ ਮਨ ਚਾਈ ਗਾਲ ਮੈਂ ਕਿਹਾ ਯਾਰ ਵੀਰੇ ਨੂੰ ਪੁੱਛਾਂ ਵੀ ਕੀ ਹੱਲ ਹੋ ਸਕਦਾ ਚਾਹੇ ਜਿਵੇਂ ਮਰਜ਼ੀ ਰੋਸੇ ਪਰੇ ਨੇ ਕਦੇ ਆਪ ਬੁੱਕਲ ਚ ਹੋਣ ਦੀ ਕੋਸ਼ਿਸ਼ ਕੀਤੀ ਹੋਵੇ ਚਾਚੇ ਦੇ ਚਾਚੀ ਦੇ ਬਈ ਸਾਡੇ ਦੋ ਖਾਣਾਂ ਦੇ ਕਮਰੇ ਜਿਹਨਾਂ ਉਹਨਾਂ ਦੇ ਸੌਪਣ ਆ ਵੀ ਸੀ ਡੰਗਰ ਬੰਨੀ ਜਿਹਦੇ ਸੌਣ ਤੇ ਜਿਹਦੇ ਕਮਰੇ ਚ ਆਪਾਂ ਡੰਗਰ ਬੰਨਣ ਦੀ ਸੋਚੀਏ ਉਹਨਾਂ ਨੂੰ ਬਕਲਾ ਚ ਨਹੀਂ ਲਿਆ ਜਾਂਦਾ ਉਹਨਾਂ ਨੂੰ ਪਹਿਰਾਜੀ ਰੋਲ ਲਿਆ ਜਾਂਦਾ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਪੋਡਕਾਸਟ ਵਿੱਚ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਅੱਜ ਦੇ ਮੇਰੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਭਾਈ ਆਦੀ ਗੁਣੀਕੇ ਮੁਲਾਕਾਤ ਪਹਿਲਾਂ ਵੀ ਹੋਈ ਹੈ ਇਸ ਚੈਨਲ ਤੇ ਤੇ ਉਸ ਦੌਰਾਨ ਜੋ ਮੈਂ ਹੱਡ ਬੀਤੀ ਕਹਾ ਜਾਂ ਕਹਾਣੀ ਕਹਾ ਜਾਂ ਸੰਘਰਸ਼ ਕਹਾ ਤਾ ਕੁਛ ਐਸਾ ਸੀ ਕਿ ਜਿਸ ਨੂੰ ਸੁਣ ਕੇ ਆਮ ਵਰਗੀ ਬੰਦਾ ਜੋ ਹੈ ਨਾ ਉਹ ਕਬਰਾ ਜਾਂਦਾ ਸੀ ਵੀ ਐ ਕਿਵੇਂ ਹੋ ਸਕਦਾ ਯਾਰ ਵੀ ਕਿਵੇਂ ਇੱਕ ਬੰਦਾ ਸਟੇਸ਼ਨ ਤੇ ਰਾਤਾਂ কাটਦਾ ਹੈ ਤੇ ਕੀ ਇਹ ਚੀਜ਼ ਸੱਚਮੁੱਚ ਦੇ ਵਿੱਚ ਸੱਚ ਹੈ ਕਿ ਇੱਕ ਦਿਨ ਐਸਾ ਵੀ ਹੁੰਦਾ ਹੈ ਕਿ ਉਹ ਮੁੰਡਾ ਕੁੱਤੇ ਤੋਂ ਖੋ ਕੇ ਇੱਕ ਰੋਟੀ ਵੀ ਖਾਂਦਾ ਤੇ ਇਹ ਸਿਲਸਿਲਾ ਇੱਕ ਦਿਨ ਨਹੀਂ ਖਾਸੇ ਦਿਨ ਚੱਲਦਾ ਜਦ ਵੀ ਉਹ ਕੁੱਤੇ ਨੂੰ ਕੋਈ ਰੋਟੀ ਪਾਉਣ ਆਉਂਦਾ ਸੀ ਉਹਦੇ ਬੱਟਾ ਮਾਰ ਕੇ ਉਹਨੂੰ ਪਰੇ ਕਰ ਦਿੱਤਾ ਜਾਂਦਾ ਸੀ ਤੇ ਉੱਥੇ ਰੋਟੀ ਖਾਂਦਾ ਸੀ ਬੜੀ ਉਲਝਣਦਾਰ ਜੀ ਕਹਾਣੀ ਸੀ ਤੇ ਅੱਜ ਮੇਰੇ ਨਾਲ ਯਾਦੀ ਇੱਕ ਵਾਰ ਫੇਰ ਤੋਂ ਬੈਠਾ ਹੈ ਕੁਝ ਚਿਹਰੇ ਬੇਨਕਾਬ ਕਰਨੇ ਨੇ ਕੁਝ ਚਿਹਰੇ ਐਸੇ ਜੋ ਆਪਣੇ ਲਈ ਆਪਣਾ ਬਣੇ ਪਰ ਉਹ ਆਪਣੇ ਨਾ ਹੋਏ ਯਾਨੀ ਲੋਕਾਂ ਦੇ ਮੂਹਰੇ ਉਹਨਾਂ ਨੇ ਇੱਕ ਆਪਣਾ-ਆਪਣ ਜ਼ਰੂਰ ਦਿਖਾਇਆ ਪਰ ਉਸ ਤੋਂ ਬਾਅਦ ਜੋ ਚੀਜ਼ਾਂ ਜਿਵੇਂ ਯਾਦੀ ਸਾਨੂੰ ਦੱਸ ਰਿਹਾ ਸੀਗਾ ਕਿ ਐਸੀਆਂ ਹੋਈਆਂ ਕਿ ਜਿਹੜੀਆਂ ਨਾ ਭੁੱਲਣਯੋਗ ਸੀਗੀਆਂ ਯਾਦੀ ਮੇਰੇ ਨਾਲ ਹੈ ਬਾਤ ਬਹੁਤੀਆਂ ਗੱਲਾਂ ਨਾ ਕਰੀਏ ਯਾਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਿਹਤ ਕਿਵੇਂ ਹੋਣਾ ਸਿਹਤ ਠੀਕ ਹੈ ਬਈ ਠੀਕ ਹੈ ਓਕੇ ਆ ਹਾਂਜੀ ਮੈਨੂੰ ਬਈ ਇੱਕ ਵਾਰ ਤਾਂ ਸ਼ੁਰੂਆਤ ਤੋਂ ਨਾ ਆਪਾਂ ਸਾਰੀ ਕਿਉਂਕਿ ਇੱਕ ਹਿਸਾਬ ਦੀ ਇਹ ਮੂਵੀ ਹੈ ਤੇਰੀ ਅੱਜ ਵੀ ਤੇਰੀ ਕਹਾਣੀ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਇੱਕ ਚੀਜ਼ ਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਲੋਕਾਂ ਦੇ ਸਾਹਮਣੇ ਰੱਖੀਏ ਕਿਉਂਕਿ ਮੈਂ ਚਾਹੁੰਨਾ ਕਿ ਕਿ ਆਪਾਂ ਕਹਾਣੀ ਤੇਰੀ ਪਹਿਲਾਂ ਵੀ ਦਿਖਾਈ ਸਾਰੇ ਲੋਕਾਂ ਨੂੰ ਦਿਖਾਈ ਪਰ ਕਈ ਲੋਕ ਕਈ ਵਾਰ ਨਹੀਂ ਸੁਣਦੇ ਕਈ ਵਾਰ ਕਈ ਲੋਕਾਂ ਤੱਕ ਉਹ ਗੱਲ ਆਵਾਜ਼ ਨਹੀਂ ਪਹੁੰਚਦੀ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਪੋਡਕਾਸਟ ਦੇ ਵਿੱਚ ਆਪਾਂ ਸਾਰੀ ਚੀਜ਼ਾਂ ਨੂੰ ਫਰੋਲੀਏ ਹਾਂਜੀ ਹਾਂਜੀ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਆਦੀ ਹਾਂਜੀ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 23 ਸਾਲ ਦੀ ਉਮਰ ਹੋ ਗਈ ਜੀ 23 ਸਾਲ ਹਾਂਜੀ ਤੇ ਜੇ ਮੈਂ ਕਬੱਡੀ ਦੇ ਵਿੱਚ ਕਹਾ ਤੱਕ ਕਬੱਡੀ ਦੇ ਵਿੱਚ ਫਿਰ ਕਿੰਨਾ ਟਾਈਮ ਹੋ ਗਿਆ ਹੁਣ ਖੇਡਦੇ ਨੂੰ ਕਿੰਨੇ ਸਾਲ ਚ ਲੱਗਿਆ ਸੀ ਮੈਂ ਹੀ ਤੀਜੀ ਕਲਾਸ ਚ ਸੀਗਾ ਜਦ ਮੈਂ ਖੇਡਣ ਲੱਗਿਆ ਸੀਗਾ ਜੀ अच्छा मतलब मेरे पापा मेरी मैं 2 साल ਦਾ ਸੀ ਜਦੋਂ ਮੇਰੇ ਪਾਪਾ ਜੀ ਡੈਥ ਹੋ ਗਈ ਸੀ ਜੀ اچھا ਪਿੰਡ ਮੇਰਾ ਗੁਣੀ ਕੀ ਹੈ ਜੀ ਗੁਣੀ ਕੀ ਲਾਪੀ ਦੇ ਲੱਗੇ ਠੀਕ ਹੈ ਹਾਂਜੀ ਤੇ ਮੈਂ ਪੁੰਨਾਵਾਲ ਮੇਰੇ ਨਾਨਕੇ ਹੈ ਜੀ ਮੈਂ ਆਪਣੇ ਨਾਨਕੇ ਹੀ ਘਰੀ ਪਲਿਆ ਤੇ ਮੇਰੇ ਨਾਨਾ ਨਾਨੀ ਨੇ ਸਾਨੂੰ ਪਾਲਿਆ ਜੀ ਅਸੀਂ ਦੋ ਬ੍ਰਦਰ ਸੀਗੇ ਜੀ ਹੂੰ ਤੇ ਡੈਡੀ ਦੀ ਡੈਥ ਤੋਂ ਬਾਅਦ ਜੀ ਸਾਡੇ ਨਾਲ ਸੁਰੂ ਤੇ ੱੱਕਾ ਹੁੰਦਾ ਹੈ ਜੀ ਮਤਲਬ ਜਦੋਂ ਅਸੀਂ ਜਨਮ ਲਿਆ ਜੀ ਮੇਰੇ ਬ੍ਰਦਰ ਨੇ ਜਨਮ ਲਿਆ ਉਦੋਂ ਤੋਂ ਹੀ ਮਤਲਬ ਸਾਡੇ ਚਾਚਾ ਤਾਇਆ ਸਾਡੇ ਨਾਲ ਧੱਕਾ ਕਰਦੇ ਸੀ ਬ੍ਰਦਰ ਥੁਰ ਤੋਂ ਛੋਟਾ ਕਿ ਵੱਡਾ ਮੇ ਤੋਂ ਬੜੀ ਨਹੀਂ ਥੁਰ ਤੋਂ 5 ਸਾਲ ਬੜੀ ਸੀਗੀ ਅੱਛਾ ਹਾਂਜੀ ਤੇ ਮੋਥੇ ਮਤਲਬ ਜੀ ਸਾਡੇ ਕੋਲੇ ਦੋ ਖਾਨ ਸੀਗੇ ਮੇਰੇ ਮम्मा ਕੋਲੇ ਜੀ ਡੈਡੀ ਨੂੰ ਵੀ ਦੋ ਖਾਨ ਦਿੱਤੇ ਗਏ ਜਗ੍ਹਾ ਦੇ ਹਾਂਜੀ ਮੇਰੇ ਚਾਚੇ ਸਾਰੇ ਵਧੀਆ ਨੇ ਜੀ ਦੋਏ ਚਾਚੇ ਮੇਰੇ ਬਾਹਰ ਆ ਤੇ ਮੇਰੇ ਡੈਡੀ ਜੀ ਥੋੜੇ ਮਸਤ ਟਾਈਪ ਬੰਦੇ ਸੀਗੇ ਭਗਤ ਸੀਗੇ ਮਤਲਬ ਜੇ ਪਿੰਡ ਚ ਕੋਈ ਸਾਦ ਲੈਂਦਾ ਸੀ ਤਾਂ ਉਹਨਾਂ ਦਾ ਕੰਮ ਕਰਾਇਆ ਆਉਣਾ ਸੀ ਤੇ ਘਰ ਕੁਛ ਨਹੀਂ ਲੈ ਕੇ ਆਉਣਾ ਤਾਂ ਵੀ ਉਹ ਖਾ ਸੀ ਗਈ ਸ਼ੁਰੂ ਤੋਂ ਹੀ ਜਦੋਂ ਕੰਮ ਕਰਕੇ ਕਰਦੇ ਸੀ ਕੰਮ ਕਰ ਬਸ ਇਦਾਂ ਹੀ ਜੀ ਕਿਸੇ ਦੇ ਕੱਖ ਵੱਢਿਆ ਜਾਂ ਫੈਕਟਰੀ ਚ ਲੱਗੇ ਹੋਏ ਸੀ ਡੈਡੀ ਜੀ ਬਦਾਮ ਵਾਲੀ ਫੈਕਟਰੀ ਸੀਗੀ ਉੱਥੇ ਲੱਗੇ ਹੋਏ ਸੀਗੇ ਲੇਬਰ ਦਾ ਹੀ ਕੰਮ ਸੀ ਹਾਂਜੀ ਹੂੰ ਵੀ ਜਿੰਨਾ ਕਿ ਕਰਦੇ ਸੀਗੇ ਉਨ੍ਹਾਂ ਕੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀਗਾ ਜਿੱਥੋਂ ਹੁਣ ਪਤਾ ਲੱਗਦਾ ਜੀ ਮੈਂ ਬਹੁਤ ਛੋਟਾ ਸੀਗਾ ਜੀ ਮੈਨੂੰ ਇੰਨਾ ਸੁਰਤ ਨਹੀਂ ਇੰਨਾ ਨਹੀਂ ਸੀ ਪਤਾ ਜੀ ਹੂੰ ਤੇ ਉਸ ਤੋਂ ਬਾਅਦ ਜੀ ਡੈਡੀ ਦੀ ਡੈਥ ਤੋਂ ਬਾਅਦ ਦਾਦਾ ਦਾਦੀ ਤਾਂ ਸਾਡੇ ਪਹਿਲਾਂ ਹੀ ਨਹੀਂ ਹੋਏ ਸੀਗੇ ਜੀ ਨਾ ਚਾਚਾ ਤਾਂ ਜੀ ਉਹ ਵੀ ਸਾਰੇ ਆਪਣੇ ਆਪਣੇ ਘਰਾਂ ਨੂੰ ਸਿਆਣੇ ਹੁੰਦੇ ਆ ਜੀ ਤੇ ਦਾਦਾ ਦਾਦੀ ਜਦ ਡੈਡੀ ਦੀ ਡੈਥ ਹੋਈ ਹੈ ਜੀ ਮਤਲਬ ਜੇ ਮੰਮਾ ਨੇ ਥੱਲੇ ਨਾਉਣ ਆਉਣਾ ਤਾਂ ਥੱਲੇ ਨਾਉਣ ਵੀ ਨ ਦੇਣਾ ਹੀ ਉਹਨਾਂ ਨੂੰ ਤੇ ਜੀ ਚਵਾਰੀ ਤੇ ਮੇਰੇ ਦਾਦੇ ਨੇ ਮਾੜੀ ਨਿਗਰ ਰੱਖਣੀ ਜੀ ਤੇ ਉਹ ਚੀਜ਼ਾਂ ਹੁਣ ਪਤਾ ਲੱਗਦੀ ਸਭ ਕੁਝ ਵੀ ਕੀ ਬੋਲਦੇ ਸੀ ਦਾਦੇ ਨੇ ਤੁਹਾਡੀ ਮੰਮੀ ਤੇ ਮਾੜੀ ਨਿਗਰ ਰੱਖਣੀ ਮਾੜੀ ਨਿਗਰ ਰੱਖਣੀ ਵੀ ਕੀ ਕਰਦੇ ਨੇ ਕਿ ਇੱਕ ਵਾਰ ਨਾਲ ਬਈ ਮੇਰੇ ਯਾਦ ਆ ਮਤਲਬ ਸਾਨੂੰ ਦੱਸਿਆ ਜੀ ਮੰਮਾ ਨੇ ਵੀ ਕਿਸ ਨੇ ਨਾ ਆਪਾਂ ਬਈ ਦੀਵਾਲੀ ਤੇ ਨਹੀਂ ਛੱਡਦੇ ਹੁੰਦੇ ਜਿਹੜੇ ਉਹ ਪਰਮਗੁਲਾਰੀ ਜੀ ਹਾਂ ਹਾਂ ਉਹ ਵਿੱਚ ਅੱਗ ਜੀ ਲੱਗੀ ਹੁੰਦੀ ਆ ਅੱਗ ਜੀ ਲੱਗੀ ਹੁੰਦੀ ਉਹ ਉਹਨਾਂ ਸਾਡੇ ਪਿੰਡ ਬਈ ਕਿਸੇ ਨੇ ਸਾੜਤਾ ਤੇ ਮੇਰਾ ਬਈ ਹੁਣ ਜਦੋਂ ਬਈ ਡੈਡੀ ਦੀ ਡੈਥ ਹੋ ਗਈ ਸੀ ਮੇਰੀ ਮਾਂ ਜਮੀ ਕੱਲੀ ਰਹਿ ਗਈ ਸੀ ਹੈਨਾ ਤੇ ਬਈ ਨਾ ਦਾਦਾ ਦਾਦੀ ਬੁਲਾਉਂਦੇ ਸੀ ਚਾਜ ਨਾ ਨਾਸ ਕਰਵਾਣ ਚੁਕੇ ਨੇ ਬੁਲਾਉਣਾ ਬਈ ਜੀਵਨ ਸਾਥੀ ਤਾਂ ਜੀਵਨ ਸਾਥੀ ਹੈ ਤੇ ਬਾਕੀ ਬਈ ਸਾਡੀ ਲਾਈਫ ਹੀ ਐਹ ਜੀ ਸੀ ਵੀ ਮੇਰੇ ਉਹ ਦਿਨ ਵੀ ਜ਼ਿਆਦਾ ਬਈ ਸਾਡੇ ਨਾਲ ਚੌਲ ਬਾਹਰ ਪਏ ਸੀਗੇ ਚੌਲ ਬਾਹਰ ਵੇਜਗੇ ਵੀ ਮੇਰੀ ਮਾਂ ਨੇ ਨਾ ਬਈ ਉਹ ਡੋਲੂ ਚ ਟੰਗ ਕੇ ਬਾਹਰ ਰੱਖਦੀ ਡੋਲੂ ਚ ਪਾ ਕੇ ਤੇਈ ਉਸ ਤੋਂ ਬਾਅਦ ਚਲੋ ਜਦੋਂ ਵਕਤ ਹੁੰਦਾ ਨਾ ਬਈ ਸਾਰਾ ਕੁਝ ਵੇਖਣਾ ਪੈਂਦਾ ਨਾ ਮੇਰੀ ਮਾਂ ਨੇ ਬਈ ਸਾਨੂੰ ਦੋਹਾਂ ਭਾਈਆਂ ਨੂੰ ਖਵਾਤੇ ਤੇ ਮੇਰੇ ਮੇਰੀ ਮਾਂ ਨੇ ਵੀ ਉਹੀ ਖਾ ਲਈ ਬਈ ਚੌਲਾ ਤੇ ਬਈ ਸਾਰੇ ਬਿਮਾਰ ਹੋ ਗਏ ਤੇ ਹੁਣ ਬਈ ਉਹ ਚੀਜ਼ ਤੇ ਵੀ ਸਵਾਲ ਉੱਠਦਾ ਜੀ ਵੀ ਬਈ ਕੌਣ ਕੌਣ ਕੀ ਪਾ ਗਿਆ ਮੈਨੂੰ ਉਲਟੀਆਂ ਬਈ ਮੇਰੇ ਭਰਾ ਨੂੰ ਉਲਟੀਆਂ ਮੇਰੀ ਮਾਂ ਨੂੰ ਉਲਟੀਆਂ ਅਸੀਂ ਤਾਂ ਚਾਰ ਦਿਨ ਬਿਮਾਰ ਰਹੇ ਬਈ ਤੇ ਉੱਥੇ ਬਈ ਪਿੰਡ ਦਾ ਡਾਕਟਰ ਸੀ ਜਿਹੜਾ ਉਹ ਉਹਨੇ ਸਾਡੀ ਹੈਲਪ ਕੀਤੀ ਬੰਦੇ ਨੇ ਚਲੋ ਉਸਦੂਆਰ ਬਈ ਮੰਮੀ ਨੂੰ ਤਾਨੇ ਮੀਨੇ ਵੱਜਣ ਲੱਗ ਗਏ ਬਹੁਤ ਜ਼ਿਆਦੇ ਤੇ ਉਹਨਾਂ ਦਾ ਤਾਂ ਔਖਾ ਹੀ ਸੀ ਰਹਿਣਾ ਬਈ ਉੱਥੇ ਵੀ ਹਨਾ ਉਦੋਂ ਉਮਰ ਕਿੰਨੀ ਸੀ ਆਧੀ ਤੇਰੀ ਮੇਰੀ ਉਮਰ ਬਹੁਤ ਘਾਟੀ ਬਈ ਮੈਂ ਤਾਂ ਡੇਢ ਦੋ ਸਾਲ ਦਾ ਹੀ ਸੀ अच्छा हां भाई ਜਿਹੜੀਆਂ ਗੱਲਾਂ ਮੈਨੂੰ ਫਿਰ ਇਹ ਗੱਲਾਂ ਤੁਹਾਨੂੰ ਕਿਸੇ ਨੇ ਦੱਸੀਆਂ ਵੀ ਮੈਨੂੰ ਕਿਸੇ ਨੇ ਬਈ ਮੈਨੂੰ ਮੇਰਾ ਭਰਾ ਵੀ ਦੱਸਦਾ ਰਿਹਾ ਬਈ ਮੇਰੇ ਨਾਨਾ ਨਾਨੀ ਨੇ ਵੀ ਮੈਨੂੰ ਦੱਸੀਆਂ ਇਹ ਚੀਜ਼ਾਂ ਤੇ ਹੁਣ ਬਈ ਪਿੰਡ 'ਚੋ ਵੀ ਇਹ ਗੱਲਾਂ ਦੀ ਸੱਚਾਈ ਪਤਾ ਲੱਗਦੀ ਹੈ ਬਈ ਜਦੋਂ ਮੈਂ ਕੁੱਡੀ ਛੇੜਨ ਲੱਗਿਆ ਬਈ ਹਨਾ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਦੱਸਿਆ ਵੀ ਬਈ ਤੁਹਾਡੇ ਨਾਲ ਬਾਕੀ ਚੀਜ਼ਾਂ ਹੋਈਆਂ ਹਾਂ ਹਾਂ ਠੀਕ ਹੈ ਬਈ ਤੇ ਉਸ ਤੋਂ ਬਾਅਦ ਬਈ ਜਦੋਂ ਕਹਿੰਦੇ ਵੀ ਹੋਰ ਚਾਰਤਾ ਨਾ ਬਈ ਕਿਸੇ ਨੇ ਤੇ ਮੇਰੀ ਮਾਂ ਬਈ ਉੱਤੋਂ ਸਾਨੂੰ ਦੋਹਾਂ ਪਈਆਂ ਨੂੰ ਬੁੱਕਲ ਚ ਲੈ ਕੇ ਬਈ ਪੌੜੀ ਉੱਤੇ ਹੀ ਥੱਲੇ ਜਣੀ ਜਦੋਂ ਗੁਬਾਰਾ ਚਾੜਤਾ ਹਾਂਜੀ ਮੇਰੀ ਮਾਂ ਡਰ ਗਈ ਲੈਟ ਹੈ ਨਹੀਂ ਸੀਗੀ ਜੀ ਤੇ ਮੇਰੇ ਦਾਦੇ ਨੇ ਗੇਟ ਲਾ ਲਿਆ ਸੀਗਾ ਜੀ ਮੇਰੀ ਮਾਂ ਨੂੰ ਵੇਖ ਕੇ ਵੀ ਸਾਡੇ ਕੋਲ ਛੋਟੇ ਲਈ ਜਗ੍ਹਾ ਨਹੀਂ ਸੀ ਤੇ ਮੇਰੀ ਮਾਂ ਕਹਿੰਦੀ ਰੋਂਦੀ ਰੋਂਦੀ ਫੇਰ ਜਵਾਰੀ ਤੇ ਬਾਕੀ ਮੇਰੀ ਮਾਂ ਨੇ ਉਪਰੋਂ ਕੁੰਡਾ ਲਾ ਕੇ ਸਾਨੂੰ ਦੋਹਾਂ ਪਈਆਂ ਨੂੰ ਪਾ ਲਿਆ ਕੋਲੇ ਹੂੰ ਉਸ ਤੋਂ ਬਾਅਦ ਜੀ ਤੋ ਲੋ ਮੇਰੇ ਭਰਾ ਜਦੋਂ ਡੈਡੀ ਦੀ ਡੈਥ ਹੋਈ ਮੇਰੇ ਭਰਾ ਨੂੰ ਪੱਗ ਦਿੱਤੀ ਸੀ ਤੇ ਸਾਡੇ ਦਾਦਾ ਦਾਦੀ ਨੇ ਮੇਰੇ ਮਾਮਿਆਂ ਨੂੰ ਸ਼ਰਮ ਕਹਿਤਾ ਸੀ ਕਿੰਨੇ ਵੀ ਅਸੀਂ ਨਹੀਂ ਇਹਨਾਂ ਨੂੰ ਰੱਖ ਸਕਦੇ ਅਸੀਂ ਤਾਂ ਬਾਈ ਮੁੰਡੇ ਸੀ ਅਸੀਂ ਕਿਹੜਾ ਕੁੜੀਆਂ ਸੀ ਬਾਈ ਹਾਂ ਤੀ ਹੁੰਦੇ ਤਾਂ ਸ਼ਾਇਦ ਬੋਝ ਸਮਝ ਕੇ ਬੰਦਾ ਕਈ ਵਾਰ ਬੋਝ ਸਮਝ ਕੇ ਨਾ ਹਾਂ ਤੇ ਬਾਈ ਜਿਨ੍ਹਾਂ ਨੇ ਆਪਦੇ ਮੁੰਡੇ ਨੂੰ ਕੁਝ ਨਹੀਂ ਸਮਝਿਆ ਸੀ ਹਨਾ ਬਾਈ ਉਹ ਸਾਨੂੰ ਕੀ ਸਮਝ ਲੈਂਦੇ ਅੱਛਾ ਤੁਹਾਡੇ ਫਾਦਰ ਸਾਹਿਬ ਨਾਲ ਵੀ ਇਦਾਂ ਹੀ ਹੁੰਦਾ ਸੀ ਫਾਦਰ ਸਾਹਿਬ ਨਾਲ ਵੀ ਇਦਾਂ ਹੀ ਬਾਈ ਲੋਕ ਇਲਾਜ ਕਰਾਉਣ ਲਈ ਗੱਡੀਆਂ ਲੈ ਜਾਂਦੇ ਆ ਹਨ ਕੋਈ ਮੋਟਰ ਹੈਮ ਤੇ ਲਿਆਂਦਾ ਤੇ ਮੇਰੇ ਡੈਡੀ ਨੂੰ ਬਈ ਰੇੜੇ ਚ ਪਾ ਕੇ ਲੈ ਕੇ ਜਾਂਦੇ ਸੀ ਇਹਨਾਂ ਨੇ ਸਾਡੇ ਨਾਲ ਬਈ ਬਈ ਸਾਡਾ ਜਲੂਸ ਕੱਢਣਾ ਸਾਡਾ ਪਰਿਵਾਰ ਗਾਲਣ ਤੋਂ ਸਾਡਾ ਪੂਰਾ ਪਰਿਵਾਰ ਇਹਨਾਂ ਨੇ ਬਈ ਝਾੜ ਕੇ ਰੱਖਤਾ ਹੁਣ ਜਿਉਂਦੇ ਨੇ ਦਾਦੀ ਜੈਥ ਹੋ ਗਈ ਬਈ ਪਿੱਛੇ ਜੇ ਤੁਸੀਂ ਗਏ ਸੀ ਕਿਹਾ ਸੀ ਬਈ ਬ੍ਰਦਰ ਵੀ ਆਇਆ ਸੀ ਵੱਡਾ ਮੈਂ ਵੀ ਗਿਆ ਸੀ ਬਈ ਤੁਸੀਂ ਦੇਖੋ ਬਈ ਹਨਾ ਉਹਨਾਂ ਚੱਕਰ ਉਹਨਾਂ ਨੂੰ ਦਫਨਾਇਆ ਨਹੀਂ ਗਿਆ ਜੰਨਤ ਕਰ ਸੀ ਗਿਆ ਜਦੋਂ ਬਈ ਸਾਰਾ ਕੁਝ ਹੀ ਮੰਨਦੇ ਸੀ ਅਸੀਂ ਦਾ ਬਈ ਅਸੀਂ ਤਾਂ ਸਾਰੀ ਜ਼ਿੰਦਗੀ ਟਟ ਫਦੇ ਰਹੇ ਹਾਂ ਬਈ ਇਸਤਿਆਂ ਨੂੰ ਹੂੰ ਮੈਂ ਤਾਂ ਬਈ ਹੁਣ ਵੀ ਜੇ ਕੋਈ ਮੈਨੂੰ ਛੂਠਾ ਮੂਠਾ ਵੀ ਪੁੱਤ ਕਹਿਣਾ ਹੁੰਦਾ ਬਈ ਮੈਂ ਤਾਂ ਉਹਦਾ ਹੀ ਬਣ ਜਾਣਾ ਬਈ ਹੁਣ ਵੀ ਲੋਕ ਕਹਣੇ ਬਈ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਬਈ ਮੈਂ ਵੀ ਪੁੱਤ ਬਣਾ ਬਣਾ ਕੇ ਕਈਆਂ ਭੈਣਾਂ ਨੇ ਭਰਾ ਬਣਾ ਬਣਾ ਕੇ ਬਈ ਪਤਾ ਨਹੀਂ ਕਿੰਨਾ ਘੁੱਟਲੇ ਬਈ ਸਮਝ ਹੀ ਨਹੀਂ ਆ ਰਿਹਾ ਕੁਝ ਜ਼ਿੰਦਗੀ ਡਿਪਰੈਸ਼ਨ ਚ ਜਾਈ ਜਾਂਦੀ ਹੈ ਬਈ ਗਨ ਬਈ ਜਣ ਉਸ ਪਤ ਨਹੀਂ ਲੱਗਦਾ ਬਈ ਨਾਨਾ ਨਾਨੀ ਉਹ ਸੀਗੀ ਬਈ ਸਾਡੇ ਲਈ ਰੱਬ ਤੋਂ ਵੀ ਵੱਧ ਕੇ ਉਹ ਕੰਮ ਕੀ ਕਰਦੇ ਹੁੰਦੇ ਸੀ ਨਾਨਾ ਨਾਨੀ ਤੁਹਾਡੇ ਨਾਨਾ ਨਾਨੀ ਮੇਰੀ ਨਾਨੀ ਸੀ ਨਾ ਹੀ ਬਈ ਉਹ ਪਿੰਡ ਦੀ ਦਾਈ ਸੀਗੀ ਅੱਛਾ ਹਾਂਜੀ ਤੇ ਵੀ ਦੁੱਜੀਆਂ ਲਾ ਲੋ ਵੀ ਨਾਨੀ ਨੇ ਵੀ ਅੱਧਾ ਪਿੰਡ ਜਮਾਤਾ ਹਣਾ ਮੇਰੀ ਲਈ ਹਾਂ ਬਹੁਤ ਕੰਮ ਕੀਤਾ ਨਾਨੀ ਨੇ ਘਾ ਮੇਰੇ ਮਾਮੇ ਦੋ ਸੀਗੇ ਹਾਂ ਹਨਾ ਜੀ ਤੇ ਮੇਰੀ ਨਾਨੀ ਨੇ ਕਦੇ ਸਾਡੇ ਮਾਮਿਆਂ ਨੂੰ ਦੋਹਾਂ ਨੂੰ ਕਦੇ ਤੰਗ ਨਹੀਂ ਕੀਤਾ ਉਹਨਾਂ ਨੂੰ ਦਿੱਤਾ ਹੀ ਹੋਣਾ ਵੀ ਤੰਗ ਨਹੀਂ ਕੀਤਾ ਸੀ ਕਦੇ ਏਦਾਂ ਹੀ ਨਾਨੀ ਆਪਦਾ ਆਪ ਕਮਾਇਆ ਬਹੁਤ ਦਾ ਸਾਰੀ ਜ਼ਿੰਦਗੀ ਬਈ ਸਾਡੀ ਨਾਨੀ ਨੇ ਸਾਨੂੰ ਇਹੀ ਸਿਖਾਇਆ ਜੀ ਵੀ ਕਿਸੇ ਪੁੱਤ ਜੀ ਕਹੋ ਜੀ ਕਹੋ ਬਸ ਜਿਸ ਨੂੰ ਕੋਈ ਮਾੜੀ ਨਿਗਾਹ ਨਾਲ ਵੇਖਦਾ ਵੀ ਤੂੰ ਤੁਸੀਂ ਨੀਵੇਂ ਪੜੋ ਬਹੁਤ ਅੱਛਾ ਤੇ ਬਈ ਉਹ ਤੋਂ ਜਦੋਂ ਪਲੱਸ 2 ਬ੍ਰਦਰ ਮੇ ਤੋਂ ਪਹਿਲਾਂ ਅੱਗੇ ਵੜਦਾ ਸੀ ਬਈ ਹਾਂ ਤੇ ਮੈਂ ਪਿੱਛੇ ਸੀ ਬਈ ਤੇ ਬਈ ਸਾਨੂੰ ਮੈਡਮ ਸੀਗੇ ਉੱਥੇ ਮੇਰੇ بڑے ਸਕੂਲ ਸਹਾਇਕ ਜੀ ਵੀ ਉਹ ਵੀ ਵਧੀਆ ਸਪੋਰਟ ਕਰਦੇ ਸੀ ਮੇਰੇ ਪਰਮਜੀਤ ਮੈਮ ਸੀਗੇ ਜੀ ਉਹਨਾਂ ਨੇ ਫੀਸਾਂ ਭਰਨੀ ਆ ਜੀ ਨਵਜੋਤ ਮੈਡਮ ਸੀਗੇ ਮੇਰੇ ਉਹਨਾਂ ਨੇ ਫੀਸਾਂ ਭਰੀਆਂ ਮੇਰੀਆਂ ਜੀ ਅੱਛਾ ਆਪ ਭਰਦੇ ਸੀ ਆਪ ਭਰ ਦੇ ਸੀ ਕਦੇ ਸ਼ੋਨੀ ਸ਼ੋਨ ਦਿੱਤਾ ਜੀ ਕੋਈ ਨਾਨੀ ਮਤਲਬ ਦੁਰਦਾਜੀ ਪਣਾ ਕਰਦੇ ਸੀ ਉਹ ਉਹਨਾਂ ਨੂੰ ਮਿਲਦੇ ਗਿਲਦੇ ਰਹਿੰਦੇ ਸੀਗੇ ਸਾਡੇ ਟੀਚਰ ਵੀ ਅੱਛਾ ਹਾਂਜੀ ਪਰ ਮੇਰੀ ਨਾਨੀ ਨੇ ਬਈ ਸਾਡੇ ਪੇਸੇ ਬਹੁਤ ਮਾੜੇ ਹਾਲਾਤ ਵੇਖੇ ਬਹੁਤ ਬਈ ਇੱਕ ਨਾ ਬਈ ਜਦੋਂ ਇੱਕ ਤਾਂ ਇਦਾਂ ਹੌਸਲਾ ਹੁੰਦਾ ਨਾ ਵੀ ਮੈਂ ਆਪਦੇ ਜਵਾਕ ਪਾਲ ਲੇ ਇਹਨਾਂ ਨੇ ਮੈਨੂੰ ਰੋਟੀ ਦੇਣੀ ਹੁਣ ਆਹ ਟਾਈਮ ਤੇ ਇੱਕੋ ਹੀ ਬਈ ਉਸ ਤੋਂ ਬਾਅਦ ਛੋਟੇ ਛੋਟੇ ਬਲੂਰ ਸਾਡੇ ਅਰਕੇ ਪਾਲਣ ਲੇ ਪਰ ਜਵਾਕ ਵੀ ਪਾਲੇ ਪਰ ਜਵਾਕ ਵੀ ਪਾਲੇ ਫੇਰ ਜਵਾਕਾਂ ਦੇ ਜਵਾਕ ਵੀ ਪਾਲੇ ਜਵਾਕਾਂ ਦੇ ਜਵਾਕ ਵੀ ਪਾਲੇ ਬਈ ਬਈ ਮੇਰੇ ਮਾਮਿਆਂ ਨੇ ਤੇ ਮੇਰੇ ਨਾਨੇ ਨੇ ਬਈ ਵੀ ਮੇਰੀ ਮਾ ਦਾ ਨਾ ਦੋ ਦੂਜਾ ਵਿਆਹ ਵੀ ਕਰਤਾ ਸੀ ਅੱਛਾ ਇਧਰ ਬਈ ਰੂੜੇ ਕੇ پتہ ਕਿਹੜਾ ਪ੍ਰਿੰਸ ਸੀ ਬਈ ਉੱਥੇ ਵਿਆਹ ਕਰਤਾ ਸੀਗਾ ਪਰ ਮੇਰੀ ਮਾਂ ਬਈ ਸਾਡੀ ਬਣੀ ਨਹੀਂ ਹੂੰ ਬਣੀ ਬਈ ਜਦੋਂ ਨਾ ਬੰਦੇ ਦਾ ਮਾਣੀ ਖੱਟਾ ਹੋ ਜੇ ਬਈ ਉਹ ਕਿਸੇ ਦਾ ਨਹੀਂ ਬਣਦਾ ਉਹਦਾ ਬਈ ਆਪਣੇ ਪੁੱਤਾਂ ਤੋਂ ਹੀ ਮਾਨਖੱਟਾ ਹੋ ਗਿਆ ਜੀ ਸਾਨੂੰ ਬਈ ਜੱਟ ਗਿਓ ਪਿੰਡੋਂ ਨਾਨਕਿਓ ਉੱਥੇ ਬਾਕੀ ਵੀ ਉਹਨੇ ਜਾ ਕੇ ਕਿਤੇ ਹੋਰ ਵਿਆਹ ਕਰਾ ਲਿਆ ਮੇਰੀ ਮਾਂ ਨੇ ਮੈਨੂੰ ਬਈ ਇਹ ਚੀਜ਼ਾਂ ਪਤਾ ਨਹੀਂ ਸੀ ਹੁੰਦੀਆਂ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਸੀ ਇਹ ਗੱਲ ਦਾ ਮੇਰੇ ਬਰਦਰ ਨੂੰ ਪਤਾ ਹੁੰਦਾ ਸੀ ਜੀ ਸਾਰੀ ਸੁਰਤ ਸੀ ਹਮ ਹਾਂਜੀ ਉਸ ਤੋਂ ਬਾਅਦ ਤੇ ਮੇਰੀ ਮਾਂ ਸਾਨੂੰ ਲੈਣ ਵੀ ਆਈ ਹੈ ਬਈ ਕਈ ਵਾਰ ਵੀ ਤੱਕੇ ਨਾਲ ਤੇ ਸਾਨੂੰ ਕਹਿਣਾ ਸੀ ਤੁਹਾਨੂੰ ਮੈਂ ਮਰਵਾ ਦੂੰਗੀ ਹੁਣ ਐ ਕਰ ਦੂੰਗੀ ਤੇ ਵੀ ਅਸੀਂ ਬਚਦੇ ਰਹੇ ਬਾਈ ਨਾਨਕ ਕਿਉਂ ਹਮ ਮਾਮੇ ਬਾਈ ਸਾਡੇ ਥੋੜੇ ਜਿਹਾ ਹੋਰ ਸਾਹਬ ਦੇ ਆ ਉਹ ਬਈ ਆਪਦੇ ਪਰਿਵਾਰ ਨਾਲ ਹੀ ਸਹੀ ਸੀ ਹਮ ਉਹਨਾਂ ਨੂੰ ਉਸ ਰੀਕੇ ਬਾਜੀ ਚ ਹੋ ਗਏ ਬਾਈ ਹੁਣ ਆ ਮੇਰੀ ਇੰਟਰਵਿਊ ਤੋਂ ਬਾਅਦ ਬਾਈ ਬਹੁਤ ਕਲੇਸ਼ ਹੋਇਆ ਬਹੁਤ ਮੈਨੂੰ ਮੇਰੇ ਤੇ ਚੜ ਚੜਾਈ ਹੋ ਤੇਰੇ ਮਾਮੇ ਹਮ ਸ਼ਾਇਦ ਬਾਈ ਮੇਰੀ ਇਹ ਇੰਟਰਵਿਊ ਵੀ ਲਾਸਟ ਹੋ ਸਕਦੀ ਆ ਕਿਉਂਕਿ ਮੈਨੂੰ ਪਤਾ ਬਾਈ ਇਸ ਤੋਂ ਬਾਅਦ ਪਤਾ ਨਹੀਂ ਯਾਦੀ ਗੁਣੀ ਕਹਿ ਰਊਗਾ ਪਤਾ ਨਹੀਂ ਬਾਈ ਮੈਂ ਇੱਕ ਵਾਰ ਸੱਚ ਤਾਂ ਬਈ ਸਾਰਿਆਂ ਦੇ ਸਾਹਮਣੇ ਕਰਨ ਆਇਆ ਬਈ ਕੱਲ ਨੂੰ ਬਈ ਮੇਰੇ ਮਰੇ ਤੋਂ ਬਾਅਦ ਕੋਈ ਇਹ ਨਾ ਕਹੇ ਬਈ ਯਾਦੀ ਗੁਣੀ ਕੇ ਕੌਣ ਸੀ ਕਿੱਦਾਂ ਦਾ ਸੀ ਉਹ ਚੀਜ਼ਾਂ ਸਾਬਤ ਕਰਨ ਆਇਆ ਬਈ ਅੱਜ ਨਾਨੀ ਜੀ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਬਈ ਮੱਠ ਵਿੱਚ ਸੀਗਾ ਮੇਰਾ ਨਾਨਾ ਬਈ ਪਿੰਡ ਦਾ ਚੌਂਕੀਦਾਰ ਸੀ ਵੀ ਇੰਨੀ ਕ ਮਾਨਦਾਰੀ ਨਾ ਕੀਤਾ ਨਾ ਬਈ ਉਹਨਾਂ ਨੇ ਮੇਰਾ ਭਰਾ ਉਹਨਾਂ ਨਾਲ ਕੰਮ ਕਰਾਉਂਦਾ ਫਿਰ ਅਸੀਂ ਬਈ ਪਿੰਡ ਚ ਅਈ ਬਈ ਬਹੁਤ ਛੋਟੇ ਛੋਟੇ ਲੱਗੇ ਸੀ ਕਿ ਪਿੰਡ ਚੋਕਾ ਦੇਣ ਹੂੰ ਬਹੁਤ ਛੋਟੇ ਤੁਸੀਂ ਨਾਲ ਹੀ ਸੀਗੇ ਨਾਨੇ ਦੇ ਬਈ ਸਾਨੂੰ ਸਿਖਾਈ ਮੇਰੀ ਨਾਨੀ ਨੇ ਆ ਕੁਛ ਹੁੰਦਾ ਜੀ ਜਦੋਂ ਮਤਲਬ ਅਸੀਂ ਘਰੇ ਤਾਂ ਰਹਿੰਦੀ ਸੀਗੇ ਬਈ ਘਰੇ ਫਿਰ ਮਾਮਿਆਂ ਨਾਲ ਲੜਪੈਣਾ ਹੂੰ ਕਦੇ ਮਾਮਿਆਂ ਨੇ ਪਰ ਮੇਰੀ ਨਾਨੀ ਦਾ ਕਸੂਰ ਹੁੰਦਾ ਜੀ ਬਈ ਜੇ ਸਾਨੂੰ ਦਾਹਰ ਵੀ ਦਿੱਤੇ ਤਾਂ ਮੇਰੇ ਮਾਮੇ ਦੇ ਮੁੰਡਿਆਂ ਨੂੰ ਐ ਥੋੜੀ ਹੁੰਦਾ ਸੀ ਵੀ 70 ਰੁਪਏ ਦੇ ਜੇ 5 ਦਿੱਤੇ 10 ਹੀ ਦੇਣੇ ਨੇ ਸਭ ਤੋਂ ਵੱਧ ਭਮਾ ਦੇ ਦਿੰਦੀ ਸੀ ਸਭ ਤੋਂ ਘੱਟ ਅੱਜ ਤੱਕ ਨਹੀਂ ਦਿੱਤੇ ਪਰ ਮੇਰੇ ਮਾਮੇ ਨੂੰ ਪਤਾ ਨਹੀਂ ਬਈ ਕਿਉਂ ਲੱਗਦਾ ਰਿਹਾ ਵੀ ਦੋਤੇ ਪਾਲਦੀ ਆ ਹੂੰ ਉਹਦਾ ਬਈ ਉਹਨਾਂ ਦੀ ਜ਼ਰਤ ਸੀ ਮੇਰੇ ਨਾਨਾ ਨਾਨੀ ਦੀ ਧਾਮ ਰੱਖ ਦੇਈ ਸੀ ਸਾਨੂੰ ਰੱਖਣ ਦਾ ਅਜੀ ਬਈ ਉਹਨਾਂ ਨੇ ਮਤਲਬ ਮੇਰੀ ਨਾਨੀ ਨੂੰ ਬਈ ਕਿਸੇ ਨੇ ਜੀ ਦਾਲ ਦੇ ਦਾਨੀ ਪਿੰਡ ਚੋਂ ਤਾਂ ਮੇਰੀ ਨਾਨੀ ਦੀ ਕਾਤ ਹੁੰਦੀ ਸੀ ਬਈ ਅੱਧੀ ਧਰ ਮਾਮੇ ਉਹਨਾਂ ਨੂੰ ਦੇਵਤ ਆਜ ਆ ਚਿੱਤ ਜਮੇਰੀ ਨਾਨੀ ਕਰਦੀ ਰਹੀ ਬਈ ਅਸੀਂ ਮਰੀ ਨਾਨੀ ਕੋਲ ਆਈ ਚੀਜ਼ਾਂ ਸਿੱਖਦੇ ਰਹੇ ਬਈ ਹਨਾ ਜੋ ਕਾ ਖਾਣਾ ਵੰਡ ਕੇ ਖਾਣਾ ਐਵੇਂ ਨਹੀਂ ਹਾਂ ਪਰ ਬਈ ਮੈਂ ਨਾ ਅੱਜ ਕੈਮਰੇ ਮੂਰੇ ਕਹਿਣਾ ਵੀ ਚੱਲ ਮੇਰੇ ਮਾਮੇ ਏਦੋ ਬਾਅਦ ਚ ਮੇਨਾਂ ਕੋ ਮਰਜ਼ੀ ਕਰੀ ਜਾਣ ਬਈ ਕੋਈ ਹੁਣ ਪਰ ਬਈ ਮੈਂ ਕਹਣਾ ਮੇਰੇ ਮਾਮੇ ਦਾ ਪੰਜੇ ਪੈ 20 ਅੱਜ ਤੱਕ ਨਹੀਂ ਆਪਣੇ ਤੇ ਲੱਗੇ ਮੇਰੀ ਨਾਨੀ ਨੇ ਮੇਰੇ ਪਰਾਹ ਦੀਆਂ ਦਿਹਾੜੀਆਂ ਬਹੁਤ ਲੱਗੀਆਂ ਹੋਣੀਆਂ ਪਰ ਮੇਰੀ ਨਾਨੀ ਨੇ ਕਦੇ ਸਾਨੂੰ ਬਈ ਐ ਨਹੀਂ ਕਿਹਾ ਵੀ ਮੇਰੇ ਮਾਮੇ ਕੋ ਦਾਲ ਚੱਕ ਲਿਓ ਏ ਬਾਈ ਮੇਰਾ ਪੂਰਾ ਪਿੰਡ ਨਾਨਕਾ ਮੇਰਾ ਗਵਾਹ ਕੋਈ ਆ ਕੇ ਇਨਕਵਾਰੀ ਕਰਕੇ ਵੇਖੇ ਬਾਈ ਸਾਨੂੰ ਤਾਂ ਪਾਲਣ ਵਾਲੀ ਸਾਡੇ ਸਾਰੇ ਨਾਨਕਾ ਬਾਈ ਹੂੰ ਕਿਉਂਕਿ ਬਾਈ ਪਿੰਡ ਜੇ ਜੀ ਨੂੰ ਬੁਲਾਉਣਾ ਹਾਂਜੀ ਹਾਂਜੀ ਮਾਮੀ ਜੀ ਹਾਂਜੀ ਮਾਮਾ ਜੀ ਜੀ ਨੂੰ ਵੀ ਬੁਲਾਉਣਾ ਬਈ ਇਦਾਂ ਹੀ ਬੁਲਾਉਣਾ ਤੇ ਬਈ ਸਾਰੇ ਪਿੰਡ ਸਾਨੂੰ ਇੰਨਾ ਕਿ ਪਿਆਰ ਕਰਦਾ ਸੀ ਨਾਨਕਾ ਘਰ ਵੀ ਬਹੁਤ ਜਿਆਦਾ ਬਾਈ ਕੋਈ ਪਿੰਡ ਦਾ ਬਾਈ ਮੈਂ 20 22 ਸਾਲਾਂ ਬਾਅਦੋਂ ਆਇਆ ਹਾਂ ਬਹੁਤ ਸਮੇਂ ਬਾਅਦ ਪਿੰਡ ਗਏ ਆ ਹਾਂ ਜੀ ਬੋ ਤਾਂ ਭਾਈ ਮੈਨੂੰ ਐ ਹੁੰਦਾ ਸੀ ਭਾਈ ਪਿੰਡ ਨਾ ਵੀ ਕਿਤੇ ਵੀ ਸਾਡੇ ਨਾਲ ਧੱਕਾ ਹੋਇਆ ਹੋਇਆ ਵੀ ਕਿਤੇ ਮਾਮੇ ਸਾਡੇ ਆ ਜਾਂ ਸਾਡੇ ਵੀ ਚਾਚੇ ਤਾਏ ਸਾਡੇ ਇਦਾਂ ਦੇ ਹੋਣਗੇ ਸਾਡੇ ਮੰਮੀ ਹੁਣੀ ਨਹੀਂ ਨੇ ਉਹ ਤਾਂ ਸਾਡੀ ਛੋਟੀ ਅੰਮੀ ਆ ਸਾਡੀ ਬੜੀ ਅੰਮੀ ਆ ਉਹਦਾ ਭਾਈ ਪਿੰਡ ਜਾ ਕੇ ਪਤਾ ਲੱਗੇ ਵੀ ਕੌਣ ਛੋਟੀ ਕੌਣ ਬੜੀ ਜਦੋਂ ਸੁਰਤ ਆਈ ਸੁਰਤ ਆਈ ਬਈ ਤਰੋ ਭਾਈ ਨਾਨੇ ਦੀ ਦਿੱਤ ਹੋ ਗਈ ਮੇਰੀ ਨਾਨੀ ਭਾਈ ਬਹੁਤ ਜ਼ਿਆਦਾ ਟੁੱਟ ਗਈ ਬਹੁਤ ਜ਼ਿਆਦਾ ਝਟਕਾ ਲੱਗਦਾ ਹੈ ਤੜਕਾ ਲੱਗੇ ਬਈ ਤਰੋਂ ਨਾਨੇ ਦਾ ਹੁੰਦਾ ਤਾਂ 800 ਹੀ ਹੁੰਦਾ ਸੀ ਬਈ ਪੰਡਤ ਉਹਦਾ ਵੀ ਚੌਂਕੀਦਾਰੇ ਦਾ ਤੇ ਬਈ ਪ੍ਰਕਰ ਦਾ ਮੁਖੀ ਯਗਦੀ ਕਰਦਾ ਮੁਖੀ ਹੁੰਦਾ ਬਈ ਬਹੁਤ ਉਹਦਾ ਸਹਾਰਾ ਹੀ ਮੇਰੇ ਮਾਮੇ ਬੋਲਦੇ ਨਹੀਂ ਸੀ ਹੁੰਦੇ ਜਿੱਨਾਂ ਜਿੱਕਰ ਮੇਰਾ ਨਾਨਾ ਬੈਠਾ ਹੁੰਦਾ ਸੀ ਸਾਡੇ ਨਾਲ ਹੂੰ ਉਹ ਰੋ ਬਹੁਤ ਹੁੰਦਾ ਉਹ ਦਬਕਰ ਤੜਕੜ ਬੰਦਾ ਬਹੁਤ ਸੀ ਬਹੁਤ ਜਿਆਦਾ ਦੇਖ ਲਓ ਉਹਨਾਂ ਨੇ ਸਾਈਕਲ ਤੋਂ ਡਿੱਗ ਜਾਣਾ ਸੀ ਭਾਰੀ ਬਹੁਤ ਸੀਗੇ ਅੱਛਾ ਫੇਰ ਵੀ ਸਾਡੇ ਲਈ ਉੱਠ ਕੇ ਫੇਰ ਅੱਗੇ ਵਧੇ ਨੇ ਬੰਦਾ ਉਹ ਉਮਰ ਚ ਨਾ ਬਈ ਬਹੁਤ ਮਰਾ ਗਿਆ ਸਾਡੇ ਨਾਨਾ ਨਾਨੀ ਦੀ ਅੱਛਾ ਹਾਂ ਤੇ ਵੀ ਸਾਨੂੰ ਬਈ ਮੈਨੂੰ ਤਾਂ ਕਦੀ ਮਹਿਸੂਸ ਨਹੀਂ ਸੀ ਹੁੰਨ ਦਿੱਤਾ ਵੀ ਸਾਡੇ ਕੀ ਚੀਜ਼ ਨਹੀਂ ਬਈ ਸਾਡੇ ਲਈ ਹਾਜ਼ਰ ਕੀਤੀ ਅੱਜ ਕੱਲ ਬਈ ਦੋ ਪੜਾਉਣਾ ਔਖਾ ਹੋ ਜਾਂਦਾ ਬੰਦੇ ਨੂੰ ਅਸੀਂ ਪਲੱਸ 2 ਮੇਰਾ ਭਰਾ ਬੀਏ ਕਾਲਜਾਂ ਚ ਬਾੜਤੀ ਸੀ ਬਈ ਮੇਰੇ ਨਾਨਾ ਨਾਨੀ ਨੇ ਸਾਨੂੰ ਕਿਹੜੀ ਚੀਜ਼ ਨਹੀਂ ਸੀ ਬਈ ਚਾਹੇ ਚੋਰੀਓ ਦਵਾਉਂਦੇ ਸੀ ਸਾਨੂੰ ਦਵਾਉਂਦੇ ਕੰਡ ਜੋ ਬਾਈ ਹੁਣ ਵਿਆਹ ਦੇ ਲਾਗ ਪਣੇ ਦਾ ਨਾ ਆਪਾਂ ਲਾ ਲਈਏ ਵੀ ਵਿਆਹ ਦੇ ਲਾਗ ਪਣੇ ਦਾ ਸਾਰਾ 500 ਰੁਪਈਆ ਮਿਲਦਾ ਹੋ 3 400 ਰੁਪਈਆ ਮਿਲਦਾ ਇਹਨਾਂ ਕੀ ਮਿਲਦਾ ਹਨਾ ਬਾਈ ਲਾਗੀ ਨੂੰ ਤਾਂ ਇਹਨਾਂ ਕੇ ਮਿਲਦਾ ਹਾਂ ਤੇ ਬਾਈ ਅਸੀਂ ਦੇਲਾ ਚਾਰ ਜਣਿਆਂ ਨੇ ਕੰਮ ਕਰਨਾ ਤੇ 500 ਰੁਪਈਆ ਮਿਲਣਾ ਤੇ ਮੇਰੀ ਨਾਨੀ ਨੇ ਉਹੀ 500 ਜੀ ਸਾਨੂੰ ਸਾਰਾ ਜੱਗ ਦਿਖਾਇਆ ਬਾਈ ਅੱਜ ਜੀ ਜੱਦੀ ਉਰੇ ਬੈਠਾ ਬਾਈ ਹੁਣ ਜੀ ਨਾਨੀ ਜੀ ਬਦੌਲਤ ਕਬਡੀ ਬਹੁਤ ਛੋਟੀ ਉਮਰ ਜੇ ਖੇਡਣ ਲੱਗ ਗਈ ਬਾਈ ਹੂੰ ਕਰੇ ਬੱਥੇ ਦੀਆਂ ਉਂਗਲਾਂ ਬੱਤੀਆਂ ਲੱਗੀਆਂ ਇਹਨਾਂ ਦੇ ਲੱਤਾਂ ਟੱਟ ਜਾਣੀਆਂ ਇਹਨਾਂ ਦੀ ਐ ਹੋ ਜੂ ਪਰ ਮੇਰੀ ਨਾਨੀ ਨੇ ਬਈ ਚੋਰੀਆਂ ਰਾਤਾਂ ਨੂੰ 11 11 ਵਜੇ ਠਾ ਠਾ ਕੇ ਚੋਰੀਆਂ ਕਬਈਆਂ ਨੇ ਬਈ ਮੈਨੂੰ ਤੁਹਾਡੀ ਨਾਨੀ ਨੇ ਹਾਂ ਬਈ ਪਿੰਡ ਜੋ ਕਿਸੇ ਨੇ ਇੱਕ ਗਲਾਸ ਦੁੱਧ ਦਾ ਦੇਤਾ ਹਾਂ ਆਪਣੀ ਚਾਹ ਪੀਣੀ ਮੈਨੂੰ ਪਿਉਣਾ ਬਈ ਪਰ ਬਈ ਉਦੋਂ ਨਿਆਣਾ ਹੀ ਆ ਮੈਂ ਜੀ ਵੀ ਤਾਂ ਇਹਨਾਂ ਨੂੰ ਕੀ ਹੋਣਾ ਨਹੀਂ ਪਤਾ ਜੀ ਬਈ ਜੇ ਉਹਦੀ ਤਗੜੀ ਹੋ ਜਾਂਦੀ ਤਾਂ ਤਗੜੀ ਹੋ ਜਾਂਦੀ ਬਈ ਮੈਂ ਨਿਆਣੀ ਮੱਤ ਜੀ ਫੇਰੀ ਗਿਆ ਬਈ ਸਾਰਾ ਕੁਝ ਹੈਗਾ ਲੱਭੀ ਪਰ ਪਤਾ ਨਹੀਂ ਜੀ ਬਾਈ ਵੀ ਆ ਕੁਝ ਹੋ ਜੂਗਾ ਜ਼ਿੰਦਗੀ ਨਾਲ ਨਾ ਚਲੋ ਬਈ ਨਾਨੀ ਮੇਰੀ ਮੈਂ ਬਈ ਨੈਸ਼ਨਲ ਖੇਡਣ ਗਿਆ ਸੀਗਾ ਸਕੂਲ ਵੱਲੋਂ ਕਬੱਡੀ ਕਬੱਡੀ ਬਈ ਮੇਰੀ ਨਾਨੀ ਨੇ ਵਿਚਾਰੀ ਡਾਊਨ ਹੋ ਗਈ ਬਈ ਇਕੋ ਲੱਤ ਅੱਛਾ ਉਧਰ ਮੈਂ ਦੇਖ ਲਿਆ ਬਈ 골ਡ ਆ ਇਧਰੋਂ ਉੱਥੇ ਮੇਰਾ ਫੋਨ ਚੱਕਿਆ ਗਿਆ ਲੈਰੇ ਚਲ ਕੇ ਮੈਚ ਖੇਡਣ ਗਿਆ ਸੀ ਬਈ ਮੈਂ ਤੇ ਬਈ ਮੈਂ ਘਰੇ ਆਇਆ ਮੈਂ ਘਰੇ ਆ ਕੇ ਮੈਨਾਂ ਵਈ ਮੇਰੀ ਨਾਨੀ ਨੂੰ ਤੰਗ ਬਹੁ ਕਰਦਾ ਸੀ ਪਰ ਹੁਣ ਬਈ ਬਹੁਤ ਦੁੱਖ ਹੁੰਦਾ ਲੜਦਾ ਰਹਿਣਾ ਬਈ ਮੈਂ ਉਹੀ ਵੀ ਤੂੰ ਐਂ ਆ ਤੂੰ ਐਂ ਆ ਸਾਡੀ ਮਾਂ ਖਬਰ ਕਹੇ ਜੀ ਵੀ ਲੜਦਾ ਰਹਿਣਾ ਮਜਵਾਕਾਂ ਮੰਗ ਬਈ ਉਹਦੇ ਨਾਲ ਮੋਹ ਪਿਆਰ ਕਰਦਾ ਰਹਿਣਾ ਮੈਂ ਘਰੇ ਆਇਆ ਬਈ ਮੇਰਾ ਭਰਾਣ ਮਿਲਕ ਬਰਾਣ ਚ ਲਵਾਤਾ ਜੀ ਐਮਐਲਏ ਨੇ ਕੋਲਡੀ ਨੇ ਹਮ ਤੇ ਭਰਾ ਤਾਂ ਮੇਰਾ ਉੱਥੇ ਬੀਜੀ ਸੀਗਾ ਬਈ ਹਮ ਮੇਰੀ ਨਾਨੀ ਇਹਦੀ ਵੀ ਤੂੰ ਉਹਨੂੰ ਸੱਤ ਲਾ ਪਾਈ ਨੂੰ ਵੱਡੇ ਨੂੰ ਹੂੰ ਮੈਂ ਬਈ ਉਦਾਂ ਹੀ ਉਹਨੂੰ ਫੋਨ ਲਾਤਾ ਮੈਂ ਵੀਰੇ ਵੀ ਐ ਕਰਕੇ ਵੀ ਬਈ ਬੀ ਦਿੱਲੀ ਵਾਲੀ ਹੈ ਤੂੰ ਆ ਜਾ ਉਹ ਸੱਚੀ ਆ ਗਈ ਮੇਰੀ ਨਾਨੀ ਉਹ ਗਾਲਾਂ ਕੱਢਣ ਲੱਗੀ ਕਿ ਤੈਨੂੰ ਕਿਹਨੇ ਆਸੀ ਆਉਣ ਨੂੰ ਤੂੰ ਉੱਧਰ ਜਾ ਉਹਨੂੰ ਉਹਨੇ ਪੈਰੀ ਮੋੜਤਾ ਹੀ ਨਾਨੀ ਨੇ ਬਸ ਬਜਾਰਾ ਉਹ ਅੱਧਾ ਘੰਟਾ ਘੰਟਾ ਘੜਿਆ ਕੋੜੀ ਭੱਗ ਗਿਆ ਚਲੋ ਮੈਂ ਇਸ ਡਾਕਟਰ ਕੋਲੇ ਗਿਆ ਮੈਂ ਕਹੇ ਵੀ ਐਦਾਂ ਕਰਕੇ ਡਰਿੰਦਾ ਬੰਨ ਪੈ ਗਿਆ ਮੇਰੀ ਨਾਨੀ ਨੂੰ ਉਹ ਕਹਿੰਦਾ ਵੀ ਐਦਾਂ ਕਰਕੇ ਨਾ ਸਲੀਮ ਵੀਰੇ ਵੀ ਇਹ ਨੂੰ ਨਾ ਮੇਰਾ ਪੱਕਾ ਨਾ ਸਲੀਮ ਆ ਵੀਰੇ ਤੇ ਉਹ ਕਹਿੰਦਾ ਵੀ ਸਲੀਮ ਵੀਰੇ ਨੂੰ ਨਾ ਵੀ ਸਾਡੇ 6:00 ਵਜੇ ਨੂੰ ਬੰਨ ਖੁੱਲ ਜੂਗਾ ਕੋਈ ਚੱਕਰ ਨਹੀਂ ਹੂੰ ਤੇ ਭਾਈ ਤੂੰ ਟੈਨਸ਼ਨ ਨਾ ਲੈ ਮੇਰੇ ਪਿੰਡੋ ਬਈ ਜਿਹੜੇ ਮੁੰਡੇ ਸਪੋਰਟ ਕਰਦੇ ਸੀ ਚਲੋ ਮੈਂ ਉਹਨਾਂ ਨਾਲ ਬਈ ਮਿਲ ਮੁਲ ਕੇ ਮੇਰੀ ਨਾਨੀ ਬਈ ਔਖੀ ਬਹੁਤ ਜ਼ਿਆਦਾ ਸੀ ਮਿੰਦਾ ਨਹੀਂ ਕਹਿੰਦੀ ਪੁੱਤ ਵੀ ਵੀ ਬੰਨ ਨਹੀਂ ਖੋਲਦਾ ਵੀ ਦਰਦ ਬਹੁਤ ਜ਼ਿਆਦਾ ਹੁੰਦਾ ਵੀ ਤੂੰ ਲੈ ਕੇ ਚੱਲ ਮੈਨੂੰ ਈ ਬਈ ਪਿੰਡੋਂ ਬੰਦੇ ਨੂੰ ਕਿਹਾ ਬਈ ਉਹ ਬੰਦੇ ਮੈਨੂੰ ਕਹਿੰਦੇ ਕਹਿੰਦੇ ਵੀ ਹੈਪੀ ਸੀ ਮੁੰਡਾ ਇੱਕ ਬਈ ਸਾਡੇ ਪਿੰਡ ਆ ਮੰਨ ਸੀ ਮੁੰਡਾ ਉਹਨੇ ਬਈ ਗੱਡੀ ਲਿਆਂਦੀ ਮੇਰੀ ਨਾਨੀ ਵੀ ਸੀ ਸਮਰੂਰ ਲੈ ਕੇ ਬਈ ਜਦ ਬਈ ਮੇਰੀ ਛੋਟੀ ਮਾਮੀ ਮੇਰੇ ਨਾਲ ਗਈ ਮਤਾਂ ਨਹੀਂ ਚੋਣ ਸੀ ਹਸਤੜ ਲੈ ਕੇ ਗਏ ਹਾਂ ਪਤਾ ਨਹੀਂ ਬਈ ਉਹਨਾਂ ਨੂੰ ਹੈ ਨਾ ਕੀ ਲੱਗਿਆ ਕਿ ਮੈਂ ਦੋਵਾਂ ਨੂੰ ਕਿਹਾ ਸੀ ਤੇ ਬਈ ਚਲੋ ਮੇਰੇ ਅਸੀਸ ਸਿੰਘ ਰੂਰ ਲੈ ਕੇ ਬਈ ਸੰਗਰੂਰ ਜਦੋਂ ਗਿਆ ਮਰੀਦਾਨੀ ਕਹਿੰਦੀ ਵੀ ਬੁੱਤ ਮੈਨੂੰ ਆਹ ਚੱਕੀ ਫਿਰਦਾ। ਵੀ ਰੈਣ ਦੇ ਵੀ ਮੈਂ ਲੋਟ ਹੋ ਜੂੰਗੀ। ਤੇ ਬਈ ਮੈਂ ਗਾਂਹ ਜਦੋਂ ਲੈ ਕੇ ਗਿਆ ਮੈਨੂੰ ਕਹਿੰਦੀ ਮੈਂ ਹੁਣ ਨਹੀਂ ਲੋਟ ਆਉਂਦੀ। ਮੈਂ ਨਾ ਆਇਆ ਨਾ ਚੱਕੀ ਫਿਰ। ਹੁਣ ਬਈ ਜੇ ਉਹੀ ਚੀਜ਼ਾਂ ਪੁਰਾਣੇ 15 16 ਸਾਲਾਂ ਵਾਲੇ ਨੂੰ ਸੁਣਨੀ ਆ ਪੈ ਜਾਂਦਾ ਬਈ। ਬੰਦੇ ਦੀ ਉੱਤੇ ਹੀ ਜਾਨ ਨਿਕਲ ਜਾਂਦੀ ਹੈ ਹਨਾ ਬਈ। ਵੀ ਯੂਰੋ ਇੱਕ ਭਰਾ ਬਾਹਰ ਆ ਬਈ। ਤੇ ਘਰੇ ਜਿਹੜੇ ਬੈਠੇ ਆ ਉਹਨਾਂ ਦਾ ਵੀ ਕੋਈ ਕੋਈ ਹਸਾਰਾ ਨਹੀਂ ਸੀ। ਬਾਪ ਸਿਰ ਤੇ ਨਹੀਂ। ਬਾਪ ਸਿਰ ਤੇ ਨਹੀਂ। ਮਾਂ ਨਹੀਂ। ਮਾਂ ਨਹੀਂ ਸੀ। ਤੇ ਬਈ ਮੈਂ ਚਲੋ ਬਈ ਅਹੀਂ ਉਹਨਾਂ ਨਾਲ ਅਜੇ ਉਹ ਕਹਿੰਦੇ ਵੀਰੇ ਵੀ ਤੁਸੀਂ ਨਾ ਵੀ ਪਟਿਆਲੇ ਲੈ ਜਾਓ ਉਹਨਾਂ ਨੇ ਪਟਿਆਲੇ ਦਾ ਪਰਚਾ ਘੱਟਦਾ ਹੀ ਪਹਿਲਾਂ ਧੂਰੀ ਲੈ ਕੇ ਗਈ ਫਿਰ ਸੰਗਰੂਰ ਲੈ ਕੇ ਗਿਆ ਫਿਰ ਪਟਿਆਲੇ ਦਾ ਘੱਟਦਾ ਹਾਂ ਬਈ ਅਸੀਂ ਤਾਂ ਸੰਗਰੂਰ ਧੂਰੀ ਵਾਲੇ ਮਸਾਂ ਜੀ ਅਸੀਂ ਪਟਿਆਲੇ ਕਿੱਥੋਂ ਲੈ ਜਾਂਦੇ ਹਾਂ ਨਾ ਤੇ ਬਈ ਮੈਨੂੰ ਜਾਣੀ ਹੈ ਜੀ ਤੁਮ ਨੂੰ ਪਿੰਡ ਲੈ ਜਾ ਵੀ ਮੈਂ ਠੀਕ ਹਾਂ ਤੇ ਬਈ ਉਹਨੂੰ ਹੁਣ ਪਤਾ ਸੀ ਸਾਰਾ ਹਣਾ ਵੀ ਮੇਰਾ ਕੀ ਬੇਤਰੀ ਕੀ ਨਹੀਂ ਹੋ ਗਿਆ ਨਾ ਕੋ ਪੈਸੇ ਨਹੀਂ ਆ ਗਏ ਤੇ ਬਈ ਪਹਿਲੇ ਬਈ ਮੈਂ ਲਾਈ ਵੀ ਬਹੁਤ ਆ ਬਈ ਐਵੇਂ ਆ ਵੀ ਉੱਥੇ ਆਪਾਂ ਮੇਰੇ ਯਾਰ ਦੋਸਤ ਕਹਿ ਵੀ ਲਈ ਵੀ ਵੀ ਕੋਈ ਨਹੀਂ ਰਣਾ ਵੀ ਬੇ ਟੈਨਸ਼ਨ ਹੋ ਜਾ ਵੀ ਆਪਾਂ ਲਾ ਦਾਂਗੇ ਚਲ ਬਈ ਮੇਰੀ ਨਾਨੀ ਆ ਪ੍ਰਭੂ ਸਾਹਿਬ ਵੀ ਵੀ ਮੈਂ ਦਾਈ ਪਾਣਾ ਕਰਦਾ ਉਹਨੂੰ ਪਤਾ ਸੀਗਾ ਜੀ ਸਭ ਕੁਝ ਹੀ ਕਹਿੰਦੀ ਕੋਈ ਨਹੀਂ ਪੁੱਤ ਮੈਂ ਠੀਕ ਹਾਂ ਤੇ ਬਈ 9 9:30 10:00 ਵਜ ਗਏ ਮੇਰੀ ਮਾਮੀ ਵੀ ਕੋਠੇ ਤੇ ਚੜ ਗਈ ਮੈਂ ਬਈ ਮੇਰੀ ਨਾਨੀ ਕੋਲੇ ਇਕੱਲੇ ਬੈਠਾ ਕੋਈ ਮਨ ਨੂੰ ਨਹੀਂ ਮੈਂ ਹੋ ਜੂਗੀ ਪੁੱਤ ਟੀਕੇ ਦੇ ਟੀਕੇ ਲੱਗੇ ਗਏ ਬਈ ਟੀਕੇ ਦੇ ਟੀਕੇ ਲੱਗੇ ਗਏ ਕੋਈ ਰਸਤਾ ਨਾ ਮਿਲਿਆ ਬਈ ਕਿਸੇ ਪਾਸੇ ਮੈਂ ਮਨੀ ਨਾਂਜੂ ਗਿਆ ਮੈਂ ਕਿਹਾ ਵੀ ਮੈਂ ਕਿਹਾ ਬੀਬੀ ਤੂੰ ਆਪ ਟ੍ਰਾਈ ਕਰਕੇ ਦੇਖ ਲੈ ਵੀ ਤੈਨੂੰ ਸਾਰਾ ਕੁਝ ਹੀ ਪਤਾ ਤੇ ਕਿੰਨੇ ਠੀਕ ਆ ਮੈਂ ਕੱਲ ਨੂੰ ਤੇ ਐਂ ਵੀ ਮੈਂ ਪਿਆਵ ਬਈ ਮੈਂ ਕਥੱਕਿਆ ਬਹੁਤ ਜ਼ਿਆਦਾ ਨਜਾਇਜ਼ੀ ਜ਼ੋਰ ਮਾਰ ਕੇ ਆਇਆ ਬਈ ਮੈਂ ਕਿਹਾ ਬੀਬੀ ਐ ਘਰ ਵੀ ਮੈਂ ਤੇਰੇ ਲਈ ਕੁਝ ਬਣਾਵਾਂ ਮੈਂ ਜਾ ਕੋਈ ਖਾਣਾ ਤੋਂ ਕੋਈ ਨਹੀਂ ਖਾਣਾ ਮੈਂ 11 ਵਜੇ ਗਈ ਬਾਈ 12 ਵਜੇ 1 ਵਜੇ ਪਤਾ ਨਹੀਂ ਕਿ ਸਾਢੇ 12 ਪਤਾ ਨਹੀਂ ਉਹਨੂੰ ਕੀ ਹੋਇਆ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰਨ ਲੱਗੀ ਮਾਂ ਵੀ ਬੀਸ ਹੋ ਜਾਂ ਤੂੰ ਕਹਿੰਦੀ ਪੁੱਤ ਦਰਦ ਉਠੀ ਜਾਂਦਾ ਕੀ ਕਰਾਂ ਕਹਿੰਦੀ ਜਾ ਛੇਤੀ ਘਰ ਵੀ ਡਾਕਟਰ ਨੂੰ ਲੈ ਕੇ ਆ ਅੱਜ ਕੀ ਨਾਨੀ ਕਹਿੰਦੀ ਹਾਂ ਬਾਈ ਸਾਡੇ ਪਿੰਡ ਦਾ ਇੱਕ ਡਾਕਟਰ ਸੀ ਮੈਂ ਉਹ ਗੇਟ ਖੜਕਾ ਕੇ ਆਇਆ ਉਹ ਬੰਦਾ ਸਾਡੇ ਘਰ ਹੀ ਨਹੀਂ ਆਇਆ ਰੇਟੀ ਨਹੀਂ ਖੁੱਲਿਆ ਵੀ ਕਰੀ ਤੱਕੀ ਹੋਣਾ ਸੀ ਬੰਦੇ ਦਾ ਬਹੁਤ ਜ਼ੋਰ ਬਈ ਖੜਕਾ ਖੜਕਾ ਕੇ ਆ ਗਿਆ ਰੇਟੀ ਨਹੀਂ ਖੁੱਲਿਆ ਬਈ ਡਾਕਟਰ ਸੀ ਉਹ ਪਿੰਡ ਦਾ ਹਾਂ ਬਈ ਚਲੋ ਬਈ ਮੈਂ ਘਰੇ ਆ ਗਿਆ ਘਰੇ ਆ ਕੇ ਤੇ ਫਿਰ ਫਿਰ ਬਈ ਮੈਂ ਕਹਾਂ ਮੈਂ ਬੀਬੀ ਠੀਕ ਹਨ ਕਹਿੰਦੀ ਹਾਂ ਠੀਕ ਆ ਮੇਰੀ ਆਤਈ ਬਈ ਮੈਂ ਕਹੀ ਬਾਂ ਗਿਆ ਜਾਣਾ ਸੈਟਾ ਹੋਣਾ ਤੇ ਮੈਂ ਜੱਫੀ ਪਾ ਲਈ ਬਈ ਮੈਨੂੰ ਕਦੇ ਨਹੀਂ ਸੀ ਬਈ ਐਵੇਂ ਉਹਨੇ ਕੀਤਾ ਬੀਬੀ ਨੇ ਮੈਨੂੰ ਨੇ ਵੀਰ ਪਰਾ ਕਰਤਾ ਮੈਨੂੰ ਮੈਨੂੰ ਵੀ ਪਰਾ ਹੋਇਆ ਪੁੱਤ ਮੇਰੀ ਜਾਨ ਓਕੀ ਆ ਕਦੇ ਵੀ ਬਈ ਦੇ ਨਾਲ ਲੱਤ ਟੁੱਟ ਗਈ ਲੱਤ ਟੁੱਟੀ ਜੀ ਬੰਦਾ ਇੰਨਾ ਤੁਰ ਨਹੀਂ ਸਕਦਾ ਉਹਨੇ ਸਾਰਾ ਪਿੰਡ ਘਾਤਾ ਬਈ ਸਾਡੇ ਪਿੱਛੇ ਛੋਟੀ ਲੈ ਕੇ ਬਈ ਉੱਥੇ ਪੱਟੀ ਬੰਨ ਲੈਣੀ ਉਹਦੇ ਦੀ ਗਰਮਾ ਹਨ ਤੇ ਲੱਤ ਟੁੱਟੀ ਜੀ ਮੋਰੇ ਸਟੋਪ ਧਰ ਕੇ ਸਾਨੂੰ ਰੋਟੀ ਖਵਾ ਦੇਣੀ ਆਪ ਹੀ ਬਗਾ ਕੇ ਤੂੰ ਜੀ ਇਹ ਦੇਖ ਲਓ ਬਈ ਜਿੰਨਾ ਚੱਕਰ ਸੀ ਪੜਿਆ ਦੋਈ ਬਈ ਅਜੀ ਤਾਂ ਨਹੀਂ ਕਿਸੇ ਘਰੇ ਰੋਟੀ ਖਾਦੇ ਬਈ ਆਪੀ ਰੋਣੇ ਸਵੇਰੀ ਬਈ ਪਰੌਂਠੇ ਲਾ ਦੇਣੇ ਸਵੇਰੀ ਸਾਰਾ ਕੁ ਕਰ ਦੇਣਾ ਸਾਡੇ ਲਈ ਤੇ ਬਈ ਮੈਂ 15 ਹੋ ਗਏ ਮੈਂ ਹਜੇ ਕਹੀਂ ਨਾ ਮੈਂ ਅਭੀ ਮਨ ਲਈ ਬੁੱਧੂ ਆਇਆ ਘਰ ਪਾਸਾ ਲੈਣਾ ਮੇਰੀ ਜਾਨ ਨਿਕਲਦੀ ਆਏ ਮੈਂ ਬਈ ਮੈਂ ਕਹਾ ਤੂੰ ਕਾਨੂੰ ਬੀਬੀ ਹੋਰੀ ਗੱਲਾਂ ਕਰੀ ਜਿੰਦੀ ਮੈਂ ਕਹੇ ਘੱਟ ਉਜੜੇ ਹੋਇਆ ਜਿਹੜੇ ਹੁਣ ਆਪ ਆਇਆ ਹੋਈ ਤੇ ਬਈ ਉਹ ਛਣ ਆਵੀ ਪਤਾ ਨਹੀਂ ਪਰਮਾਤਮਾ ਹੈਗਾ ਬਈ ਪਤਾ ਨਹੀਂ ਆ ਦਿੱਲੀ ਦਾ ਪਰਮਾਤਮਾ ਵੀ ਨਹੀਂ ਬਈ ਜਦੋਂ ਬਈ ਬਸ ਉਹ ਹੀ 15 ਮਿੰਟਾਂ ਚ ਸਾਰਾ ਜਾ ਕੇ ਉਜੜ ਗਿਆ ਬਈ ਝੱਟ ਤੇ ਮੈਂ ਇਹ ਹੱਥ ਵੜੀ ਜਨ ਉਦੋਂ ਬਾਅਦ ਬਈ ਪਤਾ ਹੋਣੀ ਲੱਗਿਆ ਤੇ ਮੂੰਹ ਅੱਡੇ ਰਿਹਾ ਗਿਆ ਬਈ ਮੈਂ ਸੋਚੀ ਜਨ ਵੀ ਮੈਨੂੰ ਕੀ ਪਤਾ ਜੀ ਬਈ ਜਵਾਕ ਸੀਗਾ ਕੀ ਹੋ ਗਿਆ ਝੱਟ ਰੋ ਕੋਈ ਨਾ ਯਾਦੀ ਰ ਭਾਈ ਉਦਵਰ ਮੈਂ ਮਾਮੇ ਕੋਲੇ ਗਿਆ ਦੂਆ ਕੋਲੇ ਵੱਜ ਕੇ ਉਸੇ ਟਾਈਮ ਉਹਨੇ ਹਾਂ ਭਾਈ ਉਹਨੇ ਵੀ ਭਾਈ ਮੂੰਹ ਬੰਦ ਕਰਾਤਾ ਮੇਰਾ ਮੂੰਹ ਬੰਦ ਕਰਾਤਾ ਮਤਲਬ ਬੀ ਬੋਲ ਲੈਣੀ ਭਾਈ 1:30 ਦੀ ਪੂਰੀ ਹੋਈ ਕੋਈ ਨਿਆਦੀ ਹੌਂਸਲਾ ਰੱਖ ਹੁਣ ਬਹੁਤ ਚੀਜ਼ਾਂ ਨੇ ਜੈਂ ਡੋਲ ਕੇ ਫਿਰ ਆਪਾਂ ਜ਼ਿੰਦਗੀ ਬਹੁਤ ਪਈ ਹੈ ਤਾਂ ਉਮਰ ਕੁਛ ਨਹੀਂ 23 ਸਾਲ ਦੀ ਯਾਰ ਤੇ ਬਈ ਉਹਨਾਂ ਨੇ 5 ਵਜੇ ਗੇਟ ਖੋਲਿਆ ਵੀ 1.5 ਵਜੇ ਦੀ ਪੂਰੀ ਹੋਈ ਬੇਬੇ 5 ਵਜੇ ਬਈ ਸਵੇਰੇ ਬਈ ਪਰਲੀਆਂ ਬੁੱਲੀਆਂ ਫਸਾਤੀਆਂ ਚਲ ਬਈ ਪਿੰਡ ਵਾਲਾ ਮੁੰਡਾ ਭੱਜ ਕੇ ਆ ਗਿਆ ਬਈ ਨਹੀਂ 1.5 ਵਜੇ ਤੋਂ 5 ਵਜੇ ਦੇ ਵਿੱਚ ਵਿੱਚ ਫਿਰ ਕੀ ਕੁਝ ਹੋਇਆ ਪਤਾ ਨਹੀਂ ਪਈ ਯਾਰ ਤੁਸੀਂ ਆਪਣੇ ਮਾਮਿਆਂ ਕੋਲ ਗਏ ਜਿਵੇਂ ਤੁਸੀਂ ਦੱਸ ਰਹੇ ਹੋ ਤੁਸੀਂ ਗੇਟ ਖੜਕਾਇਆ ਕੋਈ ਬਾਹਰ ਆਇਆ ਨਹੀਂ ਬਸ ਉਹ ਬਈ ਮੇਰੇ ਮਾਮਾ ਛੋਟਾ ਆ ਗਿਆ ਸੀ ਉਸ ਟਾਈਮ ਹਾਂ ਫਿਰ ਵੱਡਾ ਆ ਯੂਟੂਬ 'ਚ ਹਾਂ ਇਹ ਨਾਲ ਹੀ ਸੀਗਾ ਇਹ ਉਹ ਛੋਟੋ ਪਰ ਇਹ ਨਾਲ ਹੀ ਸੀ ਉਸ ਵੇ 5 ਵਜੇ ਬਈ ਉਹਨਾਂ ਨੇ ਉਹ ਚੀਕ ਜਿਹਾ ੜਾ ਪਾਇਆ ਉਸ ਤੋਂ ਪਹਿਲਾਂ ਸਾਰੇ ਬੈਠੇ ਰਹੇ ਆਲੇ-ਦਾਲੇ ਚਾਰੇ ਬਾਈ ਬਈ ਫਿਰ ਟੀਸੀ ਨਾਨੀ ਦੀ ਬਈ ਟੀ ਅੰਦਰ ਕਰ ਲਈ ਆਪਣੇ ਕੋਲੇ ਸਾਰੇ ਨੇ ਬਈ ਖੇਰਤਾ ਬਈ ਉਦੋਂ ਬਾਅਦ ਕੋਈ ਪਤਾ ਨਹੀਂ ਮੈਨੂੰ ਤਾਂ ਹੋਰ ਨਹੀਂ ਪਤਾ ਲੱਗਿਆ ਵੀ ਘਰ ਤੇਰਾ ਕੀ ਬੀਤ ਗਿਆ ਕੀ ਨਹੀਂ ਮਾਮੇ ਬਈ ਫਿਰ ਆਪ ਦੇ ਰੰਗ ਦਿਖਾਉਣ ਲੱਗੇ ਉਹਦਾ ਬਈ ਬੰਨ ਨਹੀਂ ਜੀ ਬਣੀ ਨਾਨੀ ਜਉਂਦੇ ਜੀ ਕਹਿੰਦਿੰਦੀ ਸੀ ਵੀ ਜਿੰਨਾ ਦੇ ਕਰ ਅਸੀਂ ਹੈ ਨਾ ਉਹਨਾਂ ਦੀ ਕਰੀਬਤ ਉਦੋਂ ਬਾਅਦ ਸਾਨੂੰ ਭੋਗ ਵੀ ਨਹੀਂ ਟੱਪਣ ਦੇਣਾ ਇਹਨਾਂ ਨੇ ਸੱਚੀ ਬਈ ਉਹ ਚੀਜ਼ ਟੱਪਣ ਹੀ ਨਹੀਂ ਦਿੱਤੀ ਉਹਨਾਂ ਨੇ ਹੂੰ ਫੇਰ ਬਈ ਅਸੀਂ ਉਹਦੇ ਪਿੰਡ ਆ ਗਏ ਬਈ ਗੁਣੀਕੇ ਉਣੀ ਕੇ ਉਣੀ ਕੇ ਬਈ ਦੱਤ ਵਾਪਸ ਕੌਣ ਕਰਨ ਤੂੰ ਤੁਸੀਂ ਤੁਹਾਡਾ ਭਰਾ ਨਹੀਂ ਤੇ ਮੇਰਾ ਵੱਡਾ ਭਰਾ ਹੀ ਹੂੰ ਇਹ ਕਿਹੜੇ ਸਾਲ ਦੀ ਗੱਲ ਆ ਜਦੀ ਅਸੀਂ ਬਈ 17 ਚ ਆਇਆ 18 ਚ 2018 ਚ ਆ ਜੀ ਬਈ 17 ਚ ਮੈਂ ਪਾਸ ਆਉਟ ਹੋਇਆ ਨਹੀਂ 16 ਚ ਅੱਛਾ ਹਾਂ ਜੀ ਬਈ ਪਲੱਸ 2 ਮੇਰੀ ਬਈ ਅੱਧ ਚ ਸੀ ਤੇ ਚਲੋ ਬਈ ਅਸੀਂ ਉਤੋਂ ਕਰਦੇ ਰਹੇ ਕਰਦੇ ਰਹੇ ਤੇ ਮਰੀ ਦਾਦੀ ਸਾਨੂੰ ਬਈ ਹੋਰ ਹੀ ਗੱਲਾਂ ਸਿਖਾਇਆ ਕਰੇ ਤੁਹਾਡੇ ਡੈਡੀ ਦੇ ਮੂੰਹ ਉਹ ਦਾ ਡੈਡੀ ਤਾਂ ਇਦਾਂ ਹੀ ਉਹਦੇ 스멜 ਮਤਲਬ ਮਸਕਤ ਮਾਰਦਾ ਹੁੰਦਾ ਸੀ ਉਹਦੇ ਤੋਂ ਤਾਂ ਉਹਦੇ ਤੋਂ ਇਹ ਐ ਫੀਲ ਹੁੰਦਾ 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 ਜੀ ਚਾਚੇ ਦਾ ਇਹ ਸਾਡੇ ਲਈ ਪਹਿਲਾਂ ਹੀ ਮਰੇ ਸੀ ਬਈ ਉਹ ਉਹ ਨਹੀਂ ਐਡਾ ਕੋਈ ਹਾਂ ਆਪਾਂ ਨੂੰ ਨਾ ਅੱਜ ਵੀ ਨਹੀਂ ਆ ਪੌ ਚੀਜ਼ ਦਾ ਕਰਦੇ ਉਹਨਾਂ ਨਾਲ ਜਿਹੜੇ ਬੰਦੇ ਬਈ ਆਪ ਦੇ ਲਈ ਸਾਰਾ ਕੁਝ ਕਰਦੇ ਹੋ ਕਿਸੇ ਲਈ ਕੀ ਕਰਦੇ ਨੇ ਜਣਾ ਬਈ ਉਹਨਾਂ ਨੇ ਬਈ ਸਾਰੀ ਜਿੰਦਗੀ ਸਾਡੇ ਨਾਲ ਹੀ ਇਹੀ ਕੁਝ ਕਰਦੇ ਰਹੇ ਤੇ ਚਲੋ ਬਈ ਅਸੀਂ ਉੱਤੇ ਮਹੀਨਾ 1.5 ਮਹੀਨੇ ਹਾਂ ਪਿੰਡ ਉਦੋਂ ਬਾਅਦ ਚ ਬਈ ਚਲੋ ਮੈਨੂੰ ਬਈ ਕਿਸੇ ਨੇ ਦੱਸਿਆ ਵੀ ਤੇਰੀ ਮੰਮੀ ਨਾ ਉੱਥੇ ਰਹਿੰਦੀ ਆ ਨਾਬੇ ਅੱਛਾ ਜਿਹੜੀ ਮਾਂ ਨੂੰ ਤੁਸੀਂ ਇਹ ਸਮਝਦੇ ਸੀ ਵੀ ਮਰੀ ਹੋਈ ਆ ਮਰੀ ਗਈ ਤੇ ਬਈ ਮੈਂ ਉਹਨੂੰ ਲੱਭਣ ਲੱਗ ਗਿਆ ਉਹ ਜਿਉਂਦੀ ਨਿਕਲੀ ਜਿਉਂਦੀ ਨਿਕਲ ਗਈ ਬਈ ਈਜ਼ ਵਾਲੇ ਜਨ ਨਾ ਮੇਰੀ ਮਾਂ ਮੈਨੂੰ ਦੇਖ ਕੇ ਭੱਜ ਲਈ ਮੋਰੋ ਕਿਹੜੀ ਜਗਾ ਨਾਬੇ ਬਈ ਨਾਬੇ ਨਾਬੇ ਜਦੋਂ ਤੁਹਾਨੂੰ ਦੱਸਿਆ ਦੱਸਿਆ ਕਿ ਪਤਾ ਕਿਵੇਂ ਲੱਗਿਆ ਕਿਹਨੇ ਦੱਸਿਆ ਉਹ ਜਿਹੜਾ ਟਪੰਡਾ ਦੇ ਵਿੱਚ ਮੇਰਾ ਚਾਚਾ ਲੱਗਦਾ ਸੀ ਮੁੰਡਾ ਅੱਛਾ ਇੱਕ ਮੇਰਾ ਭਰਾ ਸੀ ਇਹ ਮੁੰਡਾ ਜੀ ਉਹ ਮੇਰੇ ਨਾਲ ਰੋਜ਼ ਮੈਂ ਉਹਦੇ ਕੋਲ ਦੱਸਦਾ ਹੁੰਦਾ ਸੀ ਮੈਂ ਕਿਹਾ ਯਾਰ ਬਾਈ ਸਾਨੂੰ ਐਂ ਕਹਿੰਦੇ ਆ ਵੀ ਇਹਨਾਂ ਦਾ ਕੀ ਪਤਾ ਕਰੋ ਬਈ ਹਾਂ ਤਾਂ ਸਾਨੂੰ ਯਾਰ ਐਂ ਕਰ ਕਿ ਉਹ ਕਹਿੰਦਾ ਯਾਰ ਵੀ ਤੁਸੀਂ ਆਪਣੀ ਮਾਂ ਕੋਲੇ ਜਾਓ ਖਬਰਾਂ ਸਾਨੂੰ ਲਵੇ ਲਾ ਲਵੀ ਚਲੋ ਭਾਈ ਮੈਨ ਲੱਗੀ ਮੈਨੂੰ ਦੇਖ ਕੇ ਭੱਜ ਲਈ ਮੈਂ ਮੋਰ ਦੀ ਕੇ ਲੀ ਚਲ ਮੇਰੇ ਨਾਲ ਗੱਲਾਂ ਕਰਨ ਲਾ ਕੀ ਥੋੜੀ ਸਗੀ ਮਾਂ ਹਾਂ ਮੇਰੇ ਨਾਲ ਗੱਲਾਂ ਕਰਨ ਲਾ ਕੀ ਸੋੜ ਮੈਂ ਨਾ ਕੁਝ ਹੋਇਆ ਪਤ ਮੈਂ ਨਾ ਦੱਸਣ ਲੱਗੀ ਚੱਲ ਦੱਸਣ ਦਵਾ ਬਈ ਮੈਨੂੰ ਖਵਾ ਪਲਾ ਗਈ ਜੀ ਕਹਿੰਦੀ ਚਲ ਤੇਰੇ ਡੈਡੀ ਨੂੰ ਸਾਦੀਆ ਨਹੀਂ ਡੈਡੀ ਡੈਡੀ ਨੂੰ ਮੈਂ ਕਿ ਡੈਡੀ ਦਾ ਵੀ ਉਹਨਾਂ ਦਾ ਨਾਚਰ ਹੋ ਗਿਆ ਵੀ ਡੜੀ ਤੇ ਪੂਰਾ ਹੋ ਗਿਆ ਨਹੀਂ ਹੈ ਜਿਹੜਾ ਡੈਡੀ ਹੈਗਾ ਕਹਿੰਦੀ ਵੀ ਮੈਂ ਤੇਰਾ ਦੂਜਾ ਡੈਡੀ ਹੈਗਾ ਬਈ ਵਧੀਆ ਰਹਿੰਦਾ ਮੈਂ ਉਹਦੀ ਕਹਾਂਦਾ ਵੀ ਨਾ ਮਜ਼ਾ ਚੱਲਿਆ ਇੱਥੋਂ ਮੈਂ ਮਾਂ ਦੇ ਮਗਰ ਲੱਗ ਗਿਆ ਬਈ ਰਸਤਾ ਨਹੀਂ ਸੀ ਕੋਈ ਬਈ ਮੈਂ ਕਿਹਾ ਚੱਲ ਮੈਂ ਕਿਹਾ ਮਾਮੀ ਚੱਲ ਠੀਕ ਆਇਆ ਉਹ ਬੰਦਾ ਬਈ ਉਹਨੇ ਮੈਨੂੰ 2000 ਰੁਪਏ ਦਿੱਤਾ ਬਈ ਜਿਹੜੇ ਤੁਹਾਡੇ ਤੁਹਾਡੀ ਮਦਰ ਦੇ ਨਾਲ ਜਿਨ੍ਹਾਂ ਨੇ ਦੂਸਰਾ ਵਿਆਹ ਕਰਾਇਆ ਸੀ ਗਾ ਉਹ ਬੰਦੇ ਨੇ ਵੀ ਦੋ ਵਿਆਹ ਕਰਾਏ ਨੇ ਵੀ ਉਹਦੀ ਵੀ ਫੈਮਿਲੀ ਸੀ ਬਈ ਗਾ ਚਲੋ ਬਈ ਮੈਂ ਪਿੰਡ ਫੇਰ ਵਾ ਗਿਆ ਬਾਪਸ ਬਈ ਤਲੋ ਪਿੰਡੋਂ ਰੰਗ ਢੰਗ ਪਤਾ ਲੱਗ ਗਿਆ ਲੱਗੇ ਭਰਾ ਮੇਰਾ ਭਈ ਠੀਕ ਕਹਣਾ ਨਾਲ ਸੀਆਈ ਚ ਲੱਗਿਆ ਸੀ ਵੀ ਇੱਥੇ ਆ ਗਿਆ ਸੀਆਈ ਨਾਲ ਬੱਗ ਗਈ ਤੇ ਮੈਂ ਭਈ ਆਪਣੇ ਭਰਾ ਨੂੰ ਫੋਨ ਲਾ ਮੈਂ ਕਿਹਾ ਮੰਮੀ ਮਰ ਗਈ ਭਰਾ ਮੇਰੇ ਮੂਰੇ ਗੱਲ ਨਾ ਕਰਿਆ ਕਰ ਉਹਦੀ ਮੈਂ ਮਾਰ ਦੂੰਗਾ ਨਾ ਉਹਨੂੰ ਪਰ ਮੈਨੂੰ ਪਤਾ ਕਹਿੰਦਾ ਸਾਰਾ ਉਹ ਮੇਰੇ ਕੋਲ ਮੈਂ ਭਈ ਉਹ ਉਹ ਆਪਦੇ ਪਹਿਰ ਤੇ ਆਪ ਗੱਲੜੀ ਮਾਰੀ ਭਈ ਮੈਂ ਤੁਹਾਨੂੰ ਉਸ ਟਾਈਮ ਜਦ ਤੁਹਾਡੇ ਭਰਾ ਨੇ ਗੱਲ ਕਹੀ ਆ ਵੀ ਉਹਦੇ ਮੇਰੇ ਮੂਰੇ ਗੱਲ ਨਾ ਕਰਿਆ ਕਰ ਉਸ ਤੋਂ ਪਹਿਲਾਂ ਤੁਹਾਡੇ ਤੁਹਾਡੇ ਥੋੜੇ ਸਾਹਮਣੇ ਪ੍ਰਾਨਿਕ ਦੇ ਜ਼ਿਕਰ ਕੀਤਾ ਸੀ ਵੀ ਮੰਮੀ ਜਿਉਂਦੀ ਆ ਇਸ ਤਰੀਕੇ ਨਾਲ ਕਿੱਥੇ ਆ ਕਿੱਥੇ ਨਹੀਂ ਬਈ ਗੱਲ ਜਦੋਂ ਕਰਦਾ ਹੀ ਨਾ ਹਾਂ ਵੀ ਹੁੰਦਾ ਨਹੀਂ ਆਪਾਂ ਜਦੋਂ ਵੱਡਾ ਵੱਡਾ ਭਰਾ ਪਿਆ ਬਾਪ ਦੇ ਸਮਾਨ ਆ ਬਈ ਉਹ ਜਿਸ ਹਿਸਾਬ ਨਾਲ ਗੱਲ ਕਰਦਾ ਹੁੰਦਾ ਨਾਨੀ ਹੁੰਦਾ ਨਾ ਮੈਨੂੰ ਐ ਹੁੰਦਾ ਸੀ ਵੀ ਖਾਨੀ ਮਰ ਮੋਰੀ ਗਈ ਉਹ ਤਾਂ ਜੀ ਮੈਨੂੰ ਤਾਂ ਮੈਨੂੰ ਤਾਂ ਹੀ ਫੀਲ ਹੁੰਦਾ ਸੀ ਮੈਂ ਤਾਂ ਆਪ ਦੀ ਮੰਦਰੇ ਬਈ ਜਿਵੇਂ 2:30 ਵਜੇ ਸਕੂਲੋਂ ਆ ਗਿਆ ਤਾਂ ਮੈਂ 3:00 ਵਜੇ ਘਰੋਂ ਹੁੰਦਾ ਸੀ ਬਈ ਇੰਨਾ ਬਾਗਲ ਸੀ ਮੈਂ ਜੇ ਮਲੀ ਬਈ ਬਸ ਉਹ ਈ ਨਹੀਂ ਲੱਗੀ ਬਈ ਮੈਨੂੰ ਸ਼ੁਰੂ ਨਹੀਂ ਤੇ ਬਈ ਚਲੋ ਉੱਥੋਂ ਆ ਗਏ ਮੈਂ ਜਦੋਂ ਮੈਂ ਕਿਹਾ ਵੀਰਾ ਕਹਿੰਦਾ ਯਾਰ ਮੈਂ ਨਹੀਂ ਆਉਣਾ ਭਲਾ ਮੈਂ ਕਿਹਾ ਬਾਈ ਤੂੰ ਇੱਕ ਵਾਰ ਮਿਲ ਲੈ ਕੋਈ ਨਹੀਂ ਆਪਣੀ ਮਾਂ ਯਾਰ ਫਿਰ ਕੀ ਆ ਕੱਢੀ ਗੱਲ ਆ ਹਾਂ ਕਹਿੰਦਾ ਚੱਲ ਕੋਈ ਨਹੀਂ ਮੈਂ ਮਿਲ ਲਵਾਂ ਬਾਈ ਉਹ ਆਇਆ ਨਹੀਂ ਤੇ ਮੇਰੀ ਇੱਜ਼ਤ ਘਟੀ ਨਹੀਂ ਪੈਸਾ ਪੈਸਾ ਮੂਰੇ ਲੱਗ ਗਿਆ ਬਈ ਬਾਈ ਮੈਂ ਇੱਥੇ ਨਾਬੇਸ ਸਕੂਲ ਇੱਕ ਬਹੁਤ ਵੱਡਾ ਮੈਂ ਉੱਥੇ ਕੱਪੜੇ ਵੀ ਧੋਤਿਆ ਵੀ ਪੀ ਪੀ ਸੀ ਐਸ ਪਤਨੀ ਇਦਾਂ ਦਾ ਕੋਈ ਸਕੂਲ ਹੈ ਬਈ ਨਾ ਬੇ ਹਾਂ ਬਈ ਬਹੁਤ ਵੱਡਾ ਹਾਂ ਹੈਗਾ ਇੱਕ ਬਿਲਕੁਲ ਹੈਗਾ ਤੇ ਉੱਥੇ ਬਈ ਮੈਂ ਕੱਪੜੇ ਵੀ ਧੋਤਿਆ ਅੱਛਾ ਪਰੀਜ਼ ਫੈਕਟਰੀ ਚ ਬਈ ਮੈਂ ਬਲੇਡ ਵੀ ਬਲੇਟਾਂ ਨਾਲ ਵੀ ਬਈ ਬਈ ਉੱਥੇ ਕੰਮ ਕਰਿਆ ਮੈਂ ਠੀਕ ਆ ਬਈ ਦਿਹਾੜੀਆਂ ਵੀ ਕੀਤੀਆਂ ਬਈ ਹਾਂ ਠੀਕ ਆ ਬਈ ਤੇ ਬਈ ਸਕਿਉਰਟੀ ਗਾਰਡ ਵੀ ਲੱਗਿਆ ਰਹੇ ਹਾਂ ਹਾਂ ਜਦੋਂ ਬਈ ਮੈਸਰਟੀ ਗਾਰਡ ਲੱਗ ਗਿਆ ਜਦ ਮੇਰੀ ਮਾਂ ਮੇਰੇ ਸਾਹ ਚ ਸਾਹ ਲੈ ਕਰੀ। ਯਾ ਗਰ ਲਾਏ ਮੇਰੇ ਪੁੱਤਾਂ ਆ ਬੂਆ। ਮੈਨੂੰ ਨਾ ਬਈ ਉੱਥੇ ਗੱਲਾਂ ਕਿਹੜੀਆਂ ਨਹੀਂ ਵਧੀਆ ਲੱਗੀਆਂ ਮੇਰੀ ਮਾਂ ਕੋਲੇ ਬਈ। ਮੇਰੀ ਮਾਂ ਬੈਲ ਤੇ ਪੈਂਦੀ ਨਹੀਂ ਅਸੀਂ ਏਹਟਾ ਪੈਂਦੇ ਹੁੰਦੇ। ਤੇ ਬਈ ਹੌਲੀ ਹੌਲੀ ਜਦੋਂ ਅੱਖੀ ਜੇ ਜਾ ਕੇ ਨਾ ਬਈ। ਬਈ ਮੈਂ ਨਾ ਸੋਚਣ ਲੱਗ ਗਿਆ ਵੀ ਯਾਰ ਮੈਂ ਵੀ ਕੰਮ ਤੇ ਜਾਣਾ ਵੀ ਕੰਮ ਤੋਂ ਮੇ ਆਉਣਾ ਵਾਪਸ। ਫੇਰ ਵੀ ਮਾਣਾ ਪਲੇਅਰ ਨੇ ਆ ਵੀ ਪਲੇਅਰ ਬੰਦਾ ਤਾਂ ਐ ਡਿੱਗਦਾ ਨਹੀਂ ਹੁੰਦਾ ਨਾਨੀ ਤੋਂ ਗਾਲਾਂ ਖਾ ਖੂ ਕੇ ਬਈ ਸੋਚਣਾ ਵੀ ਨਾਨੀ ਨੇ ਵੀ ਕਈ ਵਾਰ ਗਾਲਾਂ ਕੱਢਣੀਆਂ ਵੀ ਜਿਹੜਾ ਪਲੇਅਰ ਹੁੰਦਾ ਉਹ ਐ ਹੁੰਦਾ ਉਹ ਐ ਵੀ ਉਹਨਾਂ ਨੇ એનર્ਜੀ ਦੇਣੀ ਸਾਨੂੰ ਤੇ ਮੈਨੂੰ ਵੀ ਨਾਨੀ ਦੀਆਂ ਗੱਲਾਂ ਜ਼ਿਆਦਾ ਕਰ ਕਰ ਰੋਣਾ ਬਈ ਵੀਰ ਮੈਂ ਐਂ ਕਹ ਤੂੰ ਡਿੱਗ ਜਾਣਾ ਉਹੀ ਗੱਲ ਬਈ ਉਹੀ ਮਾਂ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਠੀਕ ਹੈ ਉਹੀ ਮਾਂ ਬਈ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਨੀਂਦ ਦੀਆਂ ਗੋਲੀਆਂ ਹਾਂ ਬਈ ਕਿਉਂ ਪਤਾ ਨਹੀਂ ਬਈ ਰਾਤ ਨੂੰ ਬਈ ਜਦੋਂ ਆ ਜਾਣਾ ਕਦੇ ਦੁੱਧ ਪਲਾ ਦੇਣਾ ਕਦੇ ਨਹੀਂ ਪਲਾਉਣਾ ਬਈ ਰੋਜ਼ ਮੰਗਦੀ ਐ ਲੱਗੀ ਜਾਣਾ ਵੀ ਨਸ਼ੇੜੀਆਂ ਯਾਰ ਭਰਾ ਨੂੰ ਦੱਸਣ ਦੀ ਕੋਸ਼ਿਸ਼ ਕਰੀ ਬੜੇ ਨੂੰ ਨਹੀਂ ਨਹੀਂ ਮਾਂ ਆਪਣੀ ਐ ਤੇ ਤੇਰਾ ਤਾਂ ਕੰਮ ਹੀ ਏ ਆ ਕਹਿੰਦਾ ਤੂੰ ਤਾਂ ਲੜ ਪੈਣਾ ਅੱਛਾ ਭਰਾ ਰਹਿਣ ਲੱਗ ਗਿਆ ਸੀ ਨਾਲ ਹਾਂਜੀ ਬਈ ਭਰਾ ਬਈ ਜਾਂਦਾ ਤਾਂ ਉੱਥੇ ਹੁੰਦਾ ਸੀ ਕੰਮ ਤੇ ਘਰੇ ਆਉਣ ਲੱਗ ਗਿਆ ਸੀ ਪਰ ਮੰਮੀ ਨੂੰ ਮਿਲਣ ਲੱਗ ਗਿਆ ਸੀ अच्छा हां ਜਾਂ ਤੁਸੀਂ ਉੱਥੇ ਹੁੰਦੇ ਸੀ ਹਾਂ ਬਈ ਬਈ ਮੇਰੇ ਨਾਲ ਨਾ ਮੁੰਡਾ ਸੀਗਾ ਛੱਠਾ ਸੁੱਖੀ ਛੱਠਾ ਛੱਠੇ ਮਿੰਡ ਦਾ ਹੀ ਹੈ ਸ਼ਾਇਦ ਬਈ ਉਹ ਆਪਣੇ ਨਾਬੇਰੀ ਜੀ ਤੇ ਬਈ ਉਹ ਬੰਦਾ ਨਾ ਮੈਨੂੰ ਆਪਦੇ ਘਰੋਂ ਰੋਟੀ ਲੈ ਕੇ ਆਉਂਦਾ ਹੁੰਦਾ ਸੀ ਘਰੋਂ ਹੀ ਉਹਨੇ ਦੁੱਧ ਪਿਉਣਾ ਮੈਨੂੰ ਸਕਿਉਰਿਟੀ ਗਾਰਡ ਲੱਗੇ ਹੋਏ ਸੀ ਬਈ ਮੈਂ ਜਦੋਂ ਉਹ ਘਰੋਂ ਹੀ ਉਹਨੇ ਮੈਨੂੰ ਦੁੱਧ ਪਿਉਣਾ ਘਰੋਂ ਹੀ ਮੇਰੇ ਲਈ ਸਾਰਾ ਕੁਝ ਲੈ ਕੇ ਆਉਣਾ ਨੇ ਉਹਨਾਂ ਨੇ ਵੀ ਮੈਨੂੰ ਕਈ ਵਾਰ ਸਵਾਲ ਪੁੱਛਣਾ ਵੀ ਯਾਰ ਤੇਰੇ ਫੈਮਿਲੀ ਹੈ ਨਹੀਂ ਤੇ ਬੋਈ ਮੈਂ ਮੂਹ ਆਪ ਦਾ ਮੂਹ ਬੰਦ ਕਰ ਲੰਦਾ ਸੀ ਕੀ ਕਹਿੰਦੇ ਹੁੰਦੇ ਸੀ ਫਿਰ ਮੈਂ ਕਹਿੰਦਾ ਨਹੀਂ ਬਈ ਹੈਗੇ ਬਈ ਬਈ ਮੰਮੀ ਨਹੀਂ ਉੱਠੀ ਸੀ ਮੰਮੀ ਆਇਆ ਸੀ ਬਈ ਮੈਨੇਜਰ ਨੇ ਵੀ ਕਹਿਣਾ ਮੈਨੂੰ ਤੇ ਬਈ ਮੈਂ ਬੇਹੋਸ਼ ਹੋਣ ਲੱਗ ਗਿਆ ਉੱਥੇ ਜਦੋਂ ਬਈ ਦੋ ਦੋ ਤਿੰਨ ਤਿੰਨ ਦਿਨ ਰੋਟੀ ਨਾ ਮਿਲਨੀ ਕਲੇਸ਼ ਕਰਕੇ ਸਮਝਾਣਾ ਬਈ ਇਦਾਂ ਹੋਇਆ ਦੋ ਤਿੰਨ ਦਿਨ ਰੋਟੀ ਨਾ ਖਾਦੀ ਹੋਵੇ ਬਈ ਹੁਣ ਉਦੋਂ ਵੀ ਬੁਰਾ ਹਾਲ ਆ ਮੇਰਾ ਅੱਜ ਬਈ ਤੇਰੇ ਕੋਲ ਆ ਕੇ ਰੋਟੀ ਖਾਦੀ ਆ ਮੈਂ ਡੇਢ ਦਿਨ ਹੋ ਗਿਆ ਪੂਰਾ ਡੇਢ ਦਿਨ ਬਾਦ ਰੋਟੀ ਖਾਦੀ ਆ ਹਾਂ ਬਈ ਤੇਰੇ ਕੋਲ ਆ ਕੇ ਰੋਟੀ ਖਾਦੀ ਹੋਈ ਉੱਚਣਾ ਬਈ 200 ਰੁਪਏ ਕੇ ਤੋ ਫੜ ਕੇ ਲੈ ਆਇਆ ਬਈ ਕੋਲੇ ਜਾਣਾ ਵੀ ਮਰਦੇ ਮਰਦੇ ਕੋਈ ਤਾਂ ਕੰਮ ਚੰਗਾ ਕਰ ਜੀ ਬਈ ਸੱਚੀ ਬਈ ਉਹ ਲੈਣ ਤੇ ਆਇਆ ਹੋਆ ਕੋਈ ਕੋਈ ਪਾਸੇ ਕਿਸੇ ਹਸਾਰਾ ਨਹੀਂ ਤੇ ਬਈ ਮੈਂ ਵੀ ਉਸ ਹੋ ਗਿਆ ਬਈ ਮੈਨੂੰ ਚੱਠਾ ਵੀਰੇ ਚੱਕ ਕੇ ਨਾ ਕਰੇ ਲਿਆ ਕਬਦੇ ਸਾਡੇ ਗਰੇ ਅੱਛਾ ਮੇਰੀ ਮਾਂ ਨੇ ਬਈ ਉਹਨੂੰ ਕੁਛ ਨਹੀਂ ਨਾ ਉਹਨੂੰ ਚਾਹ ਨਾ ਪਾਣੀ ਉਹਨੂੰ ਕਹਿੰਦੀ ਇਹਨੂੰ ਘਾਤੋ ਰਿਲੇ ਇਹਨੂੰ ਕਾਹੇ ਕੰਮ ਤੇ ਭੇਜ ਜੀ ਉਹਨੂੰ ਉੱਥੇ ਰੱਖ ਲੰਦੇ ਉਹ ਕਹਿੰਦਾ ਜੀ ਫਿਰ ਹੁਣ ਨਹੀਂ ਆਉਂਦਾ ਦੋਲੋ ਬਈ ਉਹਦੇ ਕੋਲੇ ਮੈਂ ਸਾਰੀ ਗੱਲ ਦੱਸ ਦਾਂ ਜੀ ਬਈ ਉਹਨੂੰ ਮੈਂ ਤੇ ਬਈ ਉਹਨਾਂ ਨੇ ਨਾ ਮੈਨੂੰ ਉੱਥੇ ਨਾ ਵੀ ਕਾਰਾਂ ਲੱਗਦੀ ਹੁੰਦੀ ਜਿੱਥੇ ਮੈਨੂੰ ਰਾਤ ਨੂੰ ਪੈਣਾ ਸੌਣਾ ਮੈਂ ਸੌਂਦੇ ਕਿਥੇ ਹੁੰਦੇ ਸੀ ਜਦੋਂ ਬਈ ਚੱਠੇ ਹੁਣੀ ਲੈ ਕੇ ਆਇਆ ਬਈ ਹੂੰ ਉਦੋਂ ਮੈਂ ਕਾਰਾਂ ਕੋਰਾ ਤੇ ਬਈ ਰਾਤ ਨੂੰ ਕਾਰਾਂ ਨਹੀਂ ਲੱਗਦੀ ਹੁੰਦੀ ਜਿੱਥੇ ਕਾਰ ਸਟਾਪ ਹੁੰਦਾ ਵੀ ਜਿੱਥੇ ਹੂੰ ਕਾਰ ਪਾਰਕਿੰਗ ਕਾਰ ਪਾਰਕਿੰਗ ਉੱਥੇ ਬਈ ਮੈਂ ਸੌਣਾ ਰਾਤ ਨੂੰ ਆ ਕੇ ਤਸਵੀਰੇ ਬਈ 10 ਤੋਂ 10 ਉੱਥੇ ਡਿਊਟੀ ਕਰਨੀ ਬੈਂਕ ਚ ਆਧਾਰ ਸਟੋਰ ਸੀਗਾ ਬਈ ਆਧਾਰ ਸਟੋਰ ਅੱਛਾ ਉਹ ਚ ਬਈ ਡਿਊਟੀ ਕਰਨੀ 8000 ਰੁਪਏ ਬਈ ਫੇਰ ਬਈ ਮੇਰੀ ਮਾਂ ਮੇਰੇ ਲੈਵੇ ਲੱਗ ਗਿਆ ਕਰ ਜਦੋਂ 8000 ਆਇਆ ਕਰੇ ਉਸ ਤੋਂ ਪਹਿਲਾਂ ਬਈ ਤਾਨੂੰ ਇਹ ਚੀਜ਼ ਕਿਵੇਂ ਪਤਾ ਲੱਗੀ ਅਦੇ ਵੀ ਤੁਸੀਂ ਦੱਸਿਆ ਵੀ ਤੁਹਾਡੀ ਮਾਂ ਤੁਹਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨੀਂਦ ਦੀ ਗੋਲੀਆਂ ਪਾਈਆਂ ਲਈ ਬਾਈ ਮੈਂ ਅੱਗੇ ਨੌਣ ਹਾਂ ਠੀਕ ਆ ਬਾਈ ਡਿਊਟੀ ਤੋਂ ਆ ਕੇ ਨੌਣ ਲੱਗ ਗਿਆ ਮੈਂ ਹਾਂ ਤੇ ਮੈਂ ਜਦੋਂ ਆ ਕੇ ਵੀ ਰੋਟੀ ਪਾਣੀ ਦਾ ਸਾਨੂੰ ਘੱਟ ਵੱਧੀ ਹੁੰਦਾ ਸੀ ਬਈ ਪੁੱਛਣਾ ਮੇਰੀ ਮਾਂ ਨੇ ਹਾਂ ਇਹ ਚੀਜ਼ਾਂ ਜ਼ਰੂਰੀ ਹੁੰਦੀ ਸੀ ਵੀ ਸੌਂ ਜਾਣ ਸਾਡੇ ਲਈ ਸੌਣਾ ਜ਼ਰੂਰੀ ਹੁੰਦਾ ਏ ਮੇਰੇ ਪ੍ਰਾਨ ਦਾ ਭਾਈ ਅਜੇ ਤੱਕ ਵੀ ਨਹੀਂ ਯਕੀਨ ਆਇਆ ਵੀ ਮੇਰੇ ਪ੍ਰਾਨ ਨਾਲ ਕੀ ਕੁਝ ਹੋ ਗਿਆ ਯਾਰ ਮੈਂ ਉਹਦਾ ਦੁਸ਼ਮਣ ਬਣਿਆ ਬੈਠਾ ਜਿਹੜਾ ਮੇਰੇ ਨਾਲ ਜੰਮਿਆ ਪੜਿਆ ਸੀ ਚਲੋ ਭਾਈ ਮੈਂ ਅੱਖੀਂ ਦੇਖ ਲਿਓ ਮਾਉਂਦੀ ਅੱਛਾ ਤੁਸੀਂ ਆਪ ਵੇਖਿਆ ਮੈਂ ਆਪਦੀ ਅੱਖੀਂ ਵੇਖੀ ਆ ਭਾਈ ਜਦੋਂ ਭਾਈ ਅੱਖੀਂ ਵੇਖਿਆ ਦਾ ਮੇਰੇ ਭਈਓ ਤਾਂ ਉਹ ਲੰੋਂਦਾ ਨਹੀਂ ਆਣਾ ਚਲੋ ਉਸ ਤੋਂ ਬਾਅਦ ਮੈਂ ਵੀ ਭਾਈ ਘਰੇ ਲੜਨ ਲੱਗ ਗਿਆ ਜਿਹੜਾ ਬੰਦਾ ਭਾਈ ਸਾਡੇ ਘਰੇ ਭਾਈ ਆਉਂਦੇ ਸੀ ਸ਼੍ਰੀ ਆਮ ਮੋੜਨ ਲੜਨ ਲੱਗ ਗਿਆ ਭਾਈ ਬੰਦੇ ਘਰੇ ਆਉਂਦੇ ਸੀ ਤੁਹਾਡੇ ਕਿਸ ਨੂੰ ਕਹਿਆ ਕਰੀ ਤੇਰਾ ਛੋਟਾ ਡੈਡੀ ਆ ਕਿ ਉਹ ਵੱਡਾ ਡੈਡੀ ਆ ਕਿ ਉਹ ਚਾਚਾ ਕਿ ਉਹ ਕੁਛ ਆ ਬਈ ਹੁਣ ਤੁਸੀਂ ਦੱਸੋ ਜਿਹੜੀ ਸਾਡੀ ਨਾਨੀ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹਣਾ ਬਈ ਸਾਰਿਆਂ ਨੂੰ ਵੀ ਸਾਡੀ ਨਾਨੀ ਨੇ ਤਾਂ ਬਈ ਸਾਰੀ ਜ਼ਿੰਦਗੀ ਸਾਨੂੰ ਕਿਹਾ ਨਹੀਂ ਯਾ ਤੁਹਾਡਾ ਡੈਡੀ ਲਾਦਾ ਆ ਤੁਹਾਡਾ ਆ ਆ ਤੁਹਾਡਾ ਜਿਹੜੀ ਸਾਨੂੰ 20 ਸਾਲ ਪਹਿਲਾਂ ਛੱਟ ਗਈ ਬਾਗੀ ਸੀ ਉਹ ਸਾਨੂੰ ਤਿੰਨ ਚਾਰ ਦਿਨਾਂ ਅੱਜ ਸਾਡੇ ਦੱਸਦਾ ਡੈਡੀ ਬਣ ਗਏ ਅਦਿਲੀ ਜਾਨੀ ਬਈ ਮੈਂ ਜੇ ਤਾਂ ਬਈ ਅਣਖਾ ਜੀ ਫੇਰ ਤਾਂ ਬਈ ਉੱਥੇ ਪਾਸਾ ਵਾਟਣਾ ਪੈਣਾ ਜੀ ਜੇ ਬਈ ਬੇਅਣਖੀ ਸੀ ਫੇਰ ਤਾਂ ਬਈ ਉੱਥੇ ਹੀ ਰਹਿੰਦੇ ਹੁਣ ਵੀ ਬਈ ਕਈ ਮੈਨੂੰ ਨਾ ਫੋਨ ਲਾ ਕੇ ਪਤਾ ਕਿੰਨਾ ਕੁਛ ਬੋਲਦੇ ਆ ਮੇਰੇ ਇੰਟਰਵਿਊਆਂ ਤੋਂ ਦੇਖ ਦੇ ਕੇ ਲਾ ਮਾਮਾ ਦਾ ਮਾਮਾ ਹੀ ਹੁੰਦੀ ਐ ਤੈਨੂੰ ਕੀ ਪਤਾ ਤੂੰ ਕੀ ਕਰ ਲਿਆ ਤੂੰ ਕੀ ਕਰਕੇ ਦਿਖਾਤਾ ਤੇ ਜੇ ਤੇਰੀ ਮਾਂ ਸਹੀ ਹੁੰਦੀ ਫੇਰ ਤਰੀ ਮਾਂ ਕਿੱਥੇ ਆ ਹੁਣ ਵੀ ਇੱਕ ਸਵਾਦ ਨਹੀਂ ਲੈਂਦੇ ਹੁੰਦੇ ਬਈ ਹਾਂ ਕਈ ਬੰਦੇ ਆ ਲੈਣਦੇ ਆ ਬਈ ਹੁਣ ਵੀ ਹੁਣ ਵੀ ਬਈ ਫਿਰ ਜੱਦੀ ਕੀ ਕਹਿੰਦਾ ਹੁੰਦਾ ਉਹਨਾਂ ਨੂੰ ਮੈਂ ਕਹਿੰਦਾ ਨਾ ਬੜੀ ਠੀਕ ਆ ਹੋ ਗਿਆ ਬਈ ਛੱਡਣਾ ਜਮਾਨਿਆ ਬਈ ਕੀ ਹੋਰ ਰੋੜ ਵੀ ਕੀ ਆ ਬਈ ਰੁਪਿੰਦਰ ਜਲਾਲ ਬਈ ਰੱਬ ਬਣ ਕੇ ਆ ਮੇਰੀ ਜ਼ਿੰਦਗੀ ਚ ਸਭ ਨੂੰ ਪਤਾ ਬਈ ਹਾਂ ਆਪਣੀ ਰਿਜ਼ਰਵ ਆ ਬਈ ਅੱਜ ਦੀ ਅੱਜ ਦੀ ਘੜੀ ਵੀ ਬਿਲਕੁਲ ਤੁਹਾਡਾ ਲੋਕਾਂ ਨੂੰ ਪਤਾ ਹੀ ਆਦੀ ਉਦੋਂ ਲੱਗਿਆ ਜਦੋਂ ਬਾਈ ਨੇ ਤੁਹਾਡੀ ਰੀਲ ਪਾਈ ਤੁਹਾਡੀ ਗਰੀਲ ਵਾਇਰਲ ਹੋਈ ਅਸੀਂ ਵੀ ਉਦੋਂ ਪਹਿਲਾਂ ਬਾਈ ਬਹੁਤ ਮਿੰਤਾ ਹੋਈਆਂ ਬਹੁਤ ਕਮੈਂਟਰਾਂ ਦੀ ਮਿੰਤਾ ਹੋਈਆਂ ਨੇ ਬਾਈ ਤੁਸੀਂ ਕੀਤੀਆਂ ਬਹੁਤ ਬਾਈ ਟੂਰਨਾਮੈਂਟ ਦੇ ਬਲਾਵ ਲਾ ਕੇ ਕਮੈਂਟਰਾਂ ਨੇ ਆ ਕੇ ਕਿਹਾ ਬਾਈ ਅੱਜ ਨਹੀਂ ਲੱਗਣਾ ਯਾਰ ਤੇਰਾ Ꙅਾ ਭੱਜ ਜਾ ਅੱਜ ਨਹੀਂ ਯਾਰ ਤੇਰਾ ਕੋਈ ਬਣਨਾ ਜਾ ਐਂ ਯਾਦੀ ਮੁੜਦਾ ਰਿਹਾ ਬਾਈ ਬਾਈ ਟੂਰਨਾਮੈਂਟ ਮੈਂ ਜਨਚਕਟ ਦੇ ਰਾਤ ਵੱਧਾ ਵੱਧ ਵੇਖੀ ਨੇ ਟੂਰਨਾਮੈਂਟ ਆਣੀਆਂ ਰਾਜ ਨੂੰ ਬਈ ਕਹੇ ਟੀਮ ਨੇ ਲਾ ਦੇਣਾ 100 ਰੁਪਏ ਦੇ ਦੇਣਾ। ਯਹਾਂ ਪਿਆ ਕਿਲੋਮੀਟਰ 30 ਕਿਲੋਮੀਟਰ ਉਹ ਵੀ ਵੀ ਕਿਲੋਮੀਟਰ ਤੁਰ ਕੇ ਆਉਣਾ। ਕੋਈ ਰਸਤਾ ਨਾ ਹੋਣਾ ਬਈ। ਬਈ ਇੱਕ ਗੱਲ ਦੱਸੋ ਹੁਣ ਆਪ ਨੂੰ ਕਿਸਦਾ ਵੀਕ ਪੁਆਇੰਟ ਪਤਾ? ਹੂੰ ਹੈਨਾ? ਹੂੰ। ਵੀਕ ਪੁਆਇੰਟ ਤੇ ਬਈ ਬੰਦਾ ਵੱਧ ਉਹ ਬੰਦੇ ਦਾ ਫਾਇਦਾ ਚਾਹਦਾ। ਸੱਟ ਮਾਰਦੇ ਹੀ ਉੱਥੇ ਆ। ਉਹ ਬੰਦੇ ਨਾ ਬਈ ਟੀਮਾਂ ਵੀ ਮੇਰੇ ਨਾਲ ਬਈ ਕਹੀ। ਇੱਕ ਟੀਮ ਨੂੰ ਬਰਨਾਲੇ ਲਾ ਗਈ ਬਈ। ਹੂੰ ਬਰਨਾਲੇੋਂ ਮਸਤਵਾਨਾ 45 ਕਿਲੋਮੀਟਰ ਰਹੀ ਰਾਤ ਨੂੰ 1:30 ਵਜੇ ਤੁਰਕੇ ਬਾਈ ਮੈਂ 5 ਵਜੇ ਪਹੁੰਚ ਜਾ ਬਰਨਾਲੇ ਤੋਂ ਮਸਤਵਾਨਾ ਸਾਹਿਬ ਤੁਸੀਂ ਤੁਰ ਕੇ ਆਏ ਹੋ ਤੁਰ ਕੇ ਵੀ ਮਰੇ ਕੋਟਲੇ ਤੋਂ ਧੂਰੀ ਸੰਗਰੂਰ ਤੁਰ ਕੇ ਆਏ ਬਾਈ ਸਾਰੀ ਰਾਤ ਤੁਰਦੇ ਰਹੇ ਪਤਾ ਨਹੀਂ ਬਾਈ ਕੀ ਰੱਬ ਨੇ ਕੀ ਬਾਈ ਮੈਂ ਸਟ੍ਰਗਲ ਤਾਂ ਕਰਦਾ ਸੀ ਵੀ ਰਮਾਦਾਨਾ ਕੇ ਦੇ ਤਾਂ ਸੁਣੂਗਾ ਬਾਈ ਉਹੀ ਸੀ ਜੀਨਨ ਬਾਈ ਮੈਂ ਲਾਸਟ ਵਾਰੀ ਖੇਡਿਆ ਤਗੜਾ ਖੇਡਿਆ ਪੂਰਾ ਉਸੇ ਦਿਨ ਹੀ ਮੇਰੀ ਬਈ ਬਾਈ ਨੇ ਬਾਹ ਵੜੀ ਰਪਿੰਦ ਜਲਾਲ ਨੇ ਮੇਰੀ ਮਾਂ ਨੇ ਤਾਂ ਜਿਹੜਾ ਰੂਪ ਦਿਖਾਉਣਾ ਸੀ ਬਈ ਸਾਨੂੰ ਦਿਖਾਤਾ ਮੇਰੀ ਮਾਂ ਦਾ ਬਈ ਲੱਗੀ ਉਹੀ ਗੱਲਾਂ ਕਰਨ ਤੂੰ ਸੀ ਮੇਰੇ ਹੈ ਹੀ ਨਹੀਂ ਸੀ ਤੂੰ ਹੀ ਗੜ ਮੇਰਾ ਕੋણો ਤੁਸੀਂ ਮੇਰੇ ਆ ਮੈਂ ਭਰਾ ਨੂੰ ਦੱਸਣਾ ਮੈਂ ਤੁਹਾਨੂੰ ਤੁਹਾਡੇ ਮਦਰ ਨੇ ਇਹ ਕਹਿਣਾ ਹਾਂ ਬਈ ਤੁਸੀਂ ਖबरा ਕਿਦੇ ਬੀਜੋਂ ਬਹੁਤ ਚੀਜ਼ਾਂ ਬਈ ਸਾਨੂੰ ਮੈਨੂੰ ਸੁਣਨ ਨੂੰ ਮਿਲੀਆਂ ਨੇ ਬਈ ਅੱਛਾ ਮੈਂ ਛੋਟਾ ਬਈ ਹਨਾ ਚਲੋ ਬਈ ਅੱਜ ਮੈਂ ਨੰਬਰ ਬੋਲ ਦੇਣਾ ਆਪਦਾ ਲੈਵ ਚ ਸਾਰੇ ਡਿਟੇਲਾਂ ਕਢਾ ਕੇ ਵੇਖ ਲੋ ਵੀ ਕਦੇ ਮੇਰੀ ਮਾਂ ਦੀ ਕਾਲ ਵੀ ਆਈ ਹੋਵੇ ਕਦੇ ਵੀ ਨਹੀਂ ਸਾਰੀ ਜ਼ਿੰਦਗੀ ਜ ਨਹੀਂ ਆਈ ਬਈ ਜੇ ਬਈ ਮੈਂ ਕਹਾਂ ਚਲ ਮੇਰੀ ਮਾਂ ਨੂੰ ਹੀ ਕਹਿ ਦੇਣਾ ਬਈ ਮੈਂ ਨਾ ਮੈਂ ਗਲਤ ਆ ਠੀਕ ਆ ਹਨਾ ਬਈ ਮਾਦਾ ਬਈ ਗਲਤ ਨੂੰ ਵੀ ਲਵੇ ਲਾਉਂਦੀ ਏ ਕਿ ਨਹੀਂ ਲਾਉਂਦੀ ਅਜੀ ਤਾਂ ਬਈ ਸਹੀ ਸੀ ਮੇਰੀ ਮਾਂ ਨੇ ਬਈ ਉਹ ਵੀ ਸਾਡੀ ਪੱਟੀ ਵਿੱਚ ਕਰਦੇ ਬਈ ਦੁੱਖ ਪਤਾ ਕਿਦੋਂ ਲੱਗਿਆ ਸਭ ਕੋ ਸਹੀ ਮੈਂ ਕਹਾ ਯਾਰ ਮਾਦਾ ਬਣੀ ਨਹੀਂ ਸੀ ਕਦੇ ਆਪਾਂ ਨੇ ਕੀ ਲੈਣਾ ਮੈਂ ਮੇਰੇ ਭਰਾ ਨੂੰ ਕਿਹਾ ਮੈਂ ਕਹਾ ਵੱਡੇ ਆਪਣਾ ਦਾ ਪੰਡਿਤ ਜਰੂਸ ਨਿਕਲ ਜੂ ਨਾਨਕੇ ਮੈਂ ਕਹਾ ਲੋਕ ਕਹਿਣਗੇ ਦੋ ਤੇ ਹਰਾਮਖੋਰ ਸੀ ਵਾਲੇ ਮੈਂ ਕਹਾ ਯਾਰ ਐ ਕਹਿ ਕੇ ਆਪਣਾ ਆਪਣੇ ਨਾਨਾ ਨਾਨੀ ਦੀ ਕਬਰ ਨੂੰ ਦਾਗ ਲੱਗਦਾ ਮੈਂ ਤੂੰ ਚੱਲ ਪਰ ਬਈ ਆ ਪਾਣੀ ਜਾਂਦੇ ਹੁਣ ਉਹ ਕਹੂਗਾ ਬਈ ਤੂੰ ਮੈਨੂੰ ਕਹਿਣਾ ਨਸ਼ੇ ਤੇ ਮੈਂ ਨਸ਼ੇੜੀ ਨਹੀਂ ਹੈਗਾ ਮੈਂ ਇਹ ਨਹੀਂ ਮੈਂ ਬੋਲੀ ਜਦੋਂ ਯਾਰ ਜਿਹੜਿਆਂ ਨੂੰ ਤੂੰ ਕਹਿਣਾ ਵੀ ਮੈਂ ਡੈਡੀ ਕਹਣਾ ਮੈਂ ਆ ਕਹਿਣਾ ਤੂੰ ਜੋ ਡੈੜੀਆਂ ਦੇ ਬਰਾਬਰ ਪੈ ਕੇ ਪੀਣ ਲੱਗ ਗਿਆ ਤੂੰ ਨਸ਼ੇੜੀ ਹੈ ਕੀ ਆ ਮੈਂ दारू ਨਹੀਂ ਪੀਂਦਾ ਬਈ ਰਾਈਟ ਠੀਕ ਆ ਹੁਣ ਜਿਹੜਾ ਬੰਦਾ ਮੇਰੀ ਮਾਂ ਨੇ ਕਹਿੰਦਾ ਵੀ ਇਹ ਆ ਤੁਹਾਡਾ ਡੈਡੀ ਆ ਜਦੋਂ ਮੈਂ ਉਹਦੇ ਨਾਲ ਬਹਿ ਕੇ दारू ਹੀ ਪੀਣ ਲੱਗ ਗਿਆ ਮੈਂ ਨਹੀਂ ਸਹੀ ਐ ਮੈਂ ਕੀ ਆ ਮੈ ਤਾਂ ਫਿਰ ਭੱਲ ਗਿਆ ਵੀ ਸਾਰਾ ਕੁਝ ਮੇਰੇ ਸਾਡੇ ਨਾਨਾ ਨਾਨੀ ਸਾਡੇ ਕੀ ਲੱਗੇ ਕੁਛ ਵੀ ਨਹੀਂ ਭਾਈ ਹੈਨਾ ਬਿਲਕੁਲ ਭਾਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡਾ ਕੰਮ ਗਾੜੂਗਾ ਉਹ ਭਾਈ ਮੇਰੇ ਬਰ ਖਰਾਪ ਹੋ ਗਏ ਮੇਰੇ ਮੰਮੀ ਤੇ ਮੇਰਾ ਡੈਡੀ ਮੇਰਾ ਭਰਾ ਵਿੱਚ ਡੈਡੀ ਜਿਹੜਾ ਤੁਹਾਡਾ ਥੋੜੇ ਮਧਰਾ ਦੂਸਰਾ ਵਿਆਹ ਵਾਲਾ ਸੀ ਹਾਂ ਅੱਛਾ ਉਹਦੀ ਫੈਮਿਲੀ ਲੱਗ ਰਹੀ ਦੀ ਸੀ ਸੱਤ ਤੋਂ ਜੀ ਅੱਛਾ ਤੇਈ ਲੜਾਈ ਹੋ ਗਈ ਘਰੇ ਹੋ ਲੈ ਮੇਰੀ ਮਾਂ ਕਹਿੰਦੀ ਤੂੰ ਡੈਡੀ ਕਾ ਤੁਨ ਕਿਹਿੰਦਾ ਰੋਟੀ ਕਾ ਤੁਨੀ ਬਣਾਉਂਦਾ ਐ ਕਾ ਤੁਨੀ ਕਰਦਾ ਮੈਂ ਵੀ ਆਪਾਂ ਕਿਹ ਜਿਹਨੂੰ ਕਹਿੰਦੇ ਹੈਗੇ 8000 ਕਮਾਈਦਾ ਮੈਂ ਕਹਿੰਦਾ ਮਗਰ ਥੋੜੀ ਕਮਾਈਦਾ ਮੈਂ ਤੁਹਾਡੀ ਸਹੀ ਜ ਹੈ ਕੋਈ ਨਹੀਂ 600 ਪਰੇ ਤੈਨੂੰ 8000 ਨਗੜਾ ਗੁਜ਼ਾਰਾ ਨਹੀਂ ਹੁੰਦਾ ਬਾਈ ਬਹੁਤ ਹੋ ਜਾਂਦਾ ਹਮ ਬਈ ਐਨੇ ਜੀ ਮੇਰੀ ਮਾਂ ਮੇਰੇ ਮਾਨ ਲੱਗ ਗਈ ਮੈਂ ਜਦੋਂ ਮੇਰੀ ਮਾਂ ਨੂੰ ਧੱਕਾ ਮਨੇ ਪਰਾਨੇ ਬਈ ਨੇ ਪੈਰ ਪ ਮਾਰਿਆ ਬਿਸੋੜੀ ਥੋੜੇ ਭਰਾ ਨੇ ਬਈ ਉਹ ਦੂਜਾ ਦੂਜੀ ਵਾਰ ਦਲੇ ਉੱਥੇ ਟਟਿਆ ਯਾਰ ਜੀ ਜੀ ਸਾਰੀ ਜ਼ਿੰਦਗੀ ਬੱਕਲ ਜਿਵੇਂ ਬੈ ਕੇ ਰੋਟੀਆਂ ਖਾਂਦਾ ਰਿਆ ਮਾਣਾ ਉਹ ਵੀ ਉਹ ਵੀ ਆ ਕੁਛ ਕਰ ਗਿਆ ਬਈ ਉਥੋਂ ਭੱਜ ਲਿਆ ਮਰੀ ਮਾਣੇ ਕੱਪੜੇ ਬਾੜ ਲਿਆ ਬਈ ਸਾਰੇ ਸਾਹਮਣੇ ਮਰੀ ਮੇਰੀ ਇੱਜ਼ਤ ਦੇ ਹੱਥ ਪਾ ਲਿਆ ਤੁਹਾਡੀ ਮਾਂ ਤੁਹਾਨੂੰ ਕਹਿੰਦੀ ਜਿਹਨੇ ਆਪਦੇ ਭਰਾ ਨਹੀਂ ਸੀ ਬਖਸ਼ੇ ਤੇ ਜੰਮੇ ਹੋਈ ਸੀ ਬਈ ਤੇ ਮਨ ਨਾ ਟੁੱਟ ਗਿਆ ਨਾ ਬਈ ਬਈ ਮੈਂ ਕਿਹਾ ਨਾ ਡਿਊਟੀ ਕਰਨੀ ਆ ਨਾ ਕੁਝ ਹੋਰ ਕਰਨਾ ਉਹ ਜ਼ਿੰਦਗੀ ਖਤਮ ਕਰ ਲੈਣੀ ਬਈ ਸਟੇਜ ਉਨ ਤੇ ਸਮਝ ਲੱਗਦਾ ਬਈ ਸੋ ਸੋਚ ਆ ਉਹ 스테ਸੰਦਿਸ ਹੋਣਾ ਬਈ ਫਿਰ ਮਨ ਨੂੰ ਫੇਰ ਸੋਚਿਆ ਕਰਾਂ ਵੀ ਯਾਰ ਰੋਟੀ ਕਿੱਥੋਂ ਖਾਵਾਂਗੇ ਮਾੜਾ ਵੀ ਇਹ ਬਿੱਲੀ ਰਹਿਣ ਲੱਗੀ ਹਾਂ ਇਹਨਾਂ ਬਈ ਉਹ ਲੋਕ ਕਹਿੰਦਾਂ ਨੇ ਬਈ ਕੁੱਤੇ ਮਨੋਂ ਨਹੀਂ ਕੋਈ ਰੋਟੀ ਖਾ ਸਕਦਾ ਪਰ ਬਈ ਆਪਾਂ ਗਾਦੀ ਆਪਾਂ ਕਿਉਂ ਬਈ ਇਹ ਮੈਂ ਨਹੀਂ ਆਦੀ ਇਹ ਜਗਾਦੀ ਬਈ ਮੈਨੂੰ ਤਾਂ ਕੋਈ ਫੀਲ ਨਹੀਂ ਹੁੰਦਾ ਇਹ ਅਸਲ ਚ ਹੋਇਆ ਜਾਂਦੀ ਹੈ ਬਈ ਮੈਨੂੰ ਤਾਂ ਕੁਝ ਵੀ ਐਦਾਂ ਦਾ ਨਹੀਂ ਲੱਗਦਾ ਮੈਂ ਤਾਂ ਕਹਿੰਦਾ ਬਈ ਮੈਨੂੰ ਪ੍ਰਮਾਣ ਪਾਣੀ ਦਿੱਤੀ ਮੈਂ ਖਾਲੀ ਜ਼ਰੂਰੀ ਨਹੀਂ ਹੁੰਦਾ ਬਈ ਇਹਨਾਂ ਕੁੱਤੇ ਮੁਰੂ ਕਿਵੇਂ ਮਤਲਬ ਖੋਕੇ ਉੱਥੇ ਨਾ ਬਈ ਪੀਰਖਾਨਾ ਆਪਣੇ ਸਟੇਸ਼ਨ ਦੇ ਨਾਲ ਹੀ ਅੱਛਾ ਵੀਰਵਾਰ ਦਾ ਦਿਨ ਸੀ ਬਈ ਉਹ ਅੱਛਾ ਉੱਥੇ ਆਂਟੀ ਉਹ ਕੁੱਤੇ ਨੂੰ ਰੋਟੀ ਪਾਉਣਾ ਆਉਂਦੀ ਸੀ ਮੈਂ ਕਈ ਵਾਰ ਨੋਟ ਕੀਤੀ ਸੀ ਹਰੇਕ ਵੀਰਵਾਰ ਹਾਂਜੀ ਅੱਛਾ ਫਿਰ ਇੱਕ ਵੀਰਵਾਰ ਵੀ ਨਹੀਂ ਕਹਿ ਸਕਦੇ ਬਈ ਅੱਪਾ ਵੀ ਮਤਲਬ ਮੈਂ ਬਹੁਤ ਵਾਰ ਨੋਟ ਕਰ ਲਈ ਬਈ ਵੀ ਰੋਜ਼ ਦੇ ਮੁਤਾਬਿਕ ਰੋਜ਼ ਹੀ ਆਉਂਦੀ ਸੀ ਵੀ ਮੈਂ ਵੇਖੀ ਆਂਟੀ ਵੀ ਵੀ ਇਹਨੂੰ ਪੱਕੇ ਹੀ ਭਾਵੇਂ ਗੁੜ ਨਾਲ ਜੀ ਕਦੇ ਕੋਸ ਨਾਲ ਕਦੇ ਸਬਜ਼ੀ ਨਾਲ ਕਦੇ ਚਟਨੀ ਨਾਲ ਉਸ ਦਿਨ ਨਾ ਬਈ ਪੂਰੀ ਚੋਪੜ ਦੀ ਰੋਟੀ ਸੀਗੀ ਨੂਨ ਮਿਰਚ ਲਾ ਕੇ ਪੂਰਨ ਛਟਣੀ ਨਾਲ ਜੀ ਵੀ ਜਿਸ ਦਿਨ ਮੈਂ ਉੱਥੇ ਰੋਟੀ ਚੱਕ ਕੇ ਉਹ ਤੋਂ ਮੁਰੋ ਖਾਧੀ ਆ ਮਗਣਾ ਉਹ ਆਂਟੀ ਵੀ ਜੇ ਮੇਰੇ ਇੰਟਰਵਿਊ ਸੁਣਦੀ ਹੋਊਗੀ ਖਬਰ ਆ ਉਹ ਅੱਖਾਂ ਸਾਹਮਣੇ ਆ ਜੀ ਮੈਂ ਉਹ ਉਸ ਟਾਈਮ ਵਹੀ ਬੰਡਲਾ ਮਾਰ ਕੇ ਕੁੱਤੇ ਦੇ ਉਹ ਭੱਜ ਗਏ ਮੈਂ ਉੱਥੋਂ ਹੀ ਰੋਟੀ ਚੱਕ ਕੇ ਆ ਪਰਦੇ ਜੀ ਬਈ ਲੈ ਕੇ ਤੇ ਮੈਂ ਉੱਥੇ ਬਹਿ ਕੇ ਖਾ ਲਈ ਤੇ ਬਈ ਮੈਨੂੰ ਤਾਂ ਕੋਈ ਕੋਈ ਉਹ ਨਹੀਂ ਹੁੰਦਾ ਬਈ ਮੈਨੂੰ ਬਹੁਤ ਲੋਕ ਫੋਨ ਲਾ ਕੇ ਕਹਿੰਦੇ ਨੇ ਬਈ ਐ ਨਹੀਂ ਬਈ ਹੁੰਦਾ ਹੁੰਦਾ ਹਾਂ ਸੁਣਨ ਚ ਥੋੜਾ ਜਿਹਾ ਐ ਲੱਗਦਾ ਟਪਟਾ ਜਿਹਾ ਵੀ ਇਦਾਂ ਕਿਵੇਂ ਹੋ ਸਕਦਾ ਕੁੱਤੇ ਦੇ ਮੂਹਰੇ ਕੋਣ ਚੱਕ ਕੇ ਰੋਟੀ ਖਾ ਸਕਦਾ ਜਦੋਂ ਬਈ ਵਕਤ ਆਇਆ ਹੁੰਦਾ ਨਾ ਬਈ ਹੁਣ ਮੈਂ ਨਾ ਹੋਸਟਲ ਚ ਬਈ ਉਹ ਕੁਝ ਹੋ ਰਿਹਾ ਵੀ ਜਿਹੜੀਆਂ ਯਾਦੀਆਂ ਲੋਕਾਂ ਨੇ ਚੱਕਿਆ ਸੀ ਯਾਦੀਆਂ ਐ ਯਾਦੀ ਬੋਆ ਉਹ ਅੱਜ ਯਾਦੀ ਬਈ ਪਹਿਲਾਂ ਨਹੀਂ ਯਾਦੀ ਨਾਲ ਵੀ ਮਜਬੂਰ ਨੰਲਾ ਜੱਦੀ ਬਹੁਤ ਦੁਖੀ ਜੀ ਬਈ ਉਹ ਤੋਂ ਦੁਗਣਾ ਤੇ ਕਹਿੰਦਾ ਦੁਖੀ ਹੋ ਗਿਆ ਜੀ ਬਈ ਲੋਗ ਮੈਨੂੰ ਫੋਨ ਲਾ ਕੇ ਕਹਿੰਦੇ ਹੁਣ ਬਈ ਤੇਰੇ ਕੋਲ ਪੈਸਾ ਬਹੁਤ ਇਕੱਠਾ ਹੋ ਗਿਆ ਬਈ ਮੈਨੂੰ ਮੈਂ ਦੋ ਤਿੰਨ ਸਵਾਰ ਕਰਨੇ ਸੀ ਵੀ ਬਈ ਮੇਰੇ ਕੋਲ ਪੈਸਾ ਮੈਂ ਆ ਸਾਲ ਸਟੱਡੀ ਨਾ ਕਰਦਾ ਬਈ ਮੇਰੇ ਕੋਲ ਪੈਸਾ ਬਈ ਮੈਂ ਆ ਸਾਲ ਵੀ ਉੱਥੇ ਗੁਰੂਕਾਰੀ ਰਹਿੰਦਾ ਬਈ ਇਹ ਮੇਰੇ ਕੋਲ ਪਿਆ ਹਾਂ ਮੜ ਵੀ ਤੁਸੀਂ ਗੁਰੂ ਘਰ ਹੀ ਆਏ ਹੋ ਗੁਰੂ ਘਰ ਹੀ ਆਇਆ ਬਈ ਉੱਥੇ ਰਹਿ ਰਹੇ ਹਾਂ ਜੀ ਉੱਥੇ ਆ ਬਈ ਬਈ ਤੁਮਰਾ ਕਮਰਾ ਆ ਕੇ ਵੇਖ ਲੈਣਾ ਬਈ ਕੋਈ ਵੀ ਆ ਕੇ ਵੇਖ ਲੈ ਤੇ ਮੈਨੂੰ ਇੱਕ ਵਾਰ ਸਾਬਤਾ ਕੇ ਕਹਾਂਗੇ ਜੀ ਬਈ ਆ ਕਮਰੇ ਚ ਮੈਂ ਇੱਕ ਦਿਨ ਕੱਟ ਲੂੰਗਾ ਤੇਰੇ ਨਾਲ ਮੋਹ ਮੰਦਿਰ ਦੇ ਨਿਰਧਾਰ ਉਹ ਜਿੱਥੇ ਤੁਸੀਂ ਰਹੇ ਹੋ ਮੇਰਾ ਸਾਰਾ ਕਮਰੇ ਚ ਸਲਾਮ ਹੁੰਦੀ ਹੈ ਬਈ ਹੋਸਟਲ ਚ ਜਿਹੜਾ ਮੈਨੂੰ ਕਮਰਾ ਦਿੱਤਾ ਹੋਇਆ ਹੈ ਜੀ ਹਾਂ ਗੁਰੂਆ ਪਰ ਬਈ ਆਪਾ ਉਹ ਪ੍ਰਮਾਤਮਾ ਦਾ ਸ਼ੁਕਰ ਕਰਕੇ ਰਹੀ ਹੈ ਨਾ ਵੀ ਮੈਂ ਕੋਈ ਬਹਿਣਾ ਬਈ ਮੇਰੀ ਨਾਨੀ ਜੀ ਦੇ ਦੋ ਨਿਸ਼ਾਨੀਆਂ ਨੇ ਮੇਰੇ ਕੋਲੇ ਹਮ ਇੱਕ ਮੇਰੀ ਨਾਨੀ ਦਾ ਮੰਝਾ ਬਈ ਇੱਕ ਮੇਰੀ ਨਾਨੀ ਦੀ ਪੇਟੀ ਆ ਉਹ ਤੁਹਾਡੇ ਕੋਲੇ ਆ ਹਾਂ ਬਈ ਜਦੋਂ ਮੈਂ ਮੰਝੇ ਤੇ ਪੈ ਜਾਂਦਾ ਬਈ ਮੈਨੂੰ ਆਇਆ ਹੁੰਦਾ ਮੇਰੀ ਨਾਨੀ ਮੇਰੇ ਕੋਲੇ ਆ ਹਾਏ ਹਾਏ ਜਦੋਂ ਉਹਦੀ ਪੇਟੀ ਕਿੰਨੀ ਦੇਖਣਾ ਬਈ ਸਾਰਾ ਕੁਝ ਹੀ ਬਈ ਇੰਨੀਆਂ ਟਰਾਫੀਆਂ ਬਈ ਨੇ ਵੀ ਲੋਗਾ ਹੈਗੇ ਲੈ ਜਾਂਦੇ ਨੇ ਯਾਰ ਵੀ ਤੂੰ ਕਿੱਥੇ ਰੱਖੀਂ ਉਹ ਨਹੀਂ ਬੱਲੇ ਰਹਿੰਦਾ ਭਈ ਉਸੇ ਟਰਾਫੀਆਂ ਵੀ ਲੋਕ ਲੈ ਜਾਂਦੇ ਨੇ ਬਹੁਤ ਭਈ ਬਹੁਤ ਨੂੰ ਬਣ ਬਣ ਵੇਖ ਲਿਆ ਯਾਰ ਜਾਦੀ ਨੇ ਭਈ ਪਤਾ ਨਹੀਂ ਕਿਉਂ ਰੱਬ ਦੇ ਡੇ ਡੇ ਇਮਤਿਹਾਨ ਨਹੀਂ ਹੁੰਦਾ ਭਈ ਸੱਚਾਈ ਦੱਸ ਰਿਹਾ ਭਈ ਇਧਰ ਹੀ ਸੜੋ ਸੁਣਦਾ ਨਹੀਂ ਜ਼ੀਰੋ ਆ ਅਜੈਂਟਰ ਬੁੱਤੀ ਦੱਸ ਰਹੇ ਬਈ ਇੱਕ ਪਾਸੋਂ ਕੰਮ ਕਰਦਾ ਕੰਨਾ ਹਾਂਜੀ ਖਵੇ ਪਾਸੇ ਵਾਲਾ ਹਾਂਜੀ ਬਈ ਨਾੜਾ ਬਲੌਗ ਹੋ ਗਈ ਬਈ ਕੰਨ ਦੀ ਇਹ ਖੇੜਦੀ ਖੇੜਦੀ ਦੀਆਂ ਅੱਛਾ ਆ ਦੇ ਲੋ ਬਈ ਆ ਇਧਰ ਅੱਠ ਜੀ ਟਾਂਕੇ ਆ ਬਈ ਸਾਰੇ ਹਾਂ ਸਾਰੇ ਅੱਛਾ ਟਾਂਕੇ ਲੱਗੇ ਹੋ ਨੇ ਪਿੱਛੇ ਆ ਬਈ ਸਾਰਾ ਕੰਨ 파ੜਤਾ ਸੀ ਡਾਕਟਰਾਂ ਨੇ ਬਈ ਤੇ ਉਹ ਡਾਕਟਰ ਵੀ ਬਈ ਇਹ ਜਾ ਨਿਕਲੇ ਬਾਅਦ ਚ ਬਈ ਦਵਾਈ ਨਹੀਂ ਦਿੱਤੀ ਦਵਾਈ ਦਾ ਟਾਈਮ ਹੀ ਨਹੀਂ ਮਿਲਿਆ ਬਈ ਦਵਾਈ ਜੋਗੇ ਪੈਸੇ ਨਹੀਂ ਸੀ ਹੁਣ ਮੋਢੇ ਛੱਟ ਲੱਗੀ ਸੀ ਬਈ ਪਿੱਛੇ ਮੋਢੇ 'ਚ ਗੈਪ ਆ ਬਈ ਮੋਢੇ 'ਚ ਲਿਗਮੈਂਟ ਲੂਜ਼ ਨੇ ਬਈ ਉਹ ਖੇਡ ਖੇਡ ਰਹੇ ਹਾਂ ਕਬੱਡੀ ਖੇਡ ਰਹੇ ਹਾਂ ਕਿ ਛੱਡ ਦਿੱ ਸ਼ਰਟ ਸੀ ਬਈ ਛੱਡ ਦਿੱt ਕਾਰਨ ਕਾਰਨ ਬਈ ਲੋਕ ਕਹਿੰਦੇ ਯਾਦੀ ਕੋਲੇ ਪੈਸਾ ਹੀ ਬਹੁਤ ਇਕੱਠਾ ਹੋ ਗਿਆ ਯਾਦੀ ਗੱਲ ਸੱਚੀ ਦੱਸੀ ਮੈਨੂੰ ਕਿਉਂਕਿ ਆਪਾਂ ਪਹਿਲਾਂ ਵੀ ਮੁਲਾਕਾਤ ਕੀਤੀ ਆ ਅ ਤੂੰ ਮੈਨੂੰ ਆਉਂਦੇ ਨੂੰ ਇਹ ਗੱਲ ਦੱਸੀ ਵੀ ਆ ਕਿ ਤੁਹਾਨੂੰ ਕੂਲਰ ਗਿਫਟ ਕੀਤਾ ਤੁਹਾਨੂੰ ਮੋਟਰਸਾਈਕਲ ਵੀ ਮਿਲਿਆ ਹਾਂਜੀ ਵੀ ਆਪਣੀ ਉਸ ਵੀਡੀਓ ਤੋਂ ਬਾਅਦ ਜਿਹੜੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਪਹਿਲਾਂ ਅੱਜ ਤੋਂ ਤਕਰੀਬਨ ਤਕਰੀਬਨ 1.5 ਸਾਲ ਪਹਿਲਾਂ ਹਾਂਜੀ ਤਾਂ ਉਸ ਟਾਈਮ ਤੋਂ ਬਾਅਦ ਉਸ 1.5 ਸਾਲ ਦੇ ਵਿੱਚ ਕੁਝ ਵੀ ਨਹੀਂ ਬਣਿਆ ਯਾਰ ਕੁਝ ਪੈਸੇ ਕੁਝ ਕਿਸੇ ਤਰੀਕੇ ਦੀ ਮਦਦ ਕਿਉਂਕਿ ਹੁਣ ਜਿਹੜੇ ਲੋਕ ਵੇਖ ਰਹੇ ਨੇ ਉਹਨਾਂ ਨੇ ਤਾਂ ਸੁਣਨਾ ਉਹਨਾਂ ਜਿਨ੍ਹਾਂ ਨੇ ਤਾਂ ਮਦਦ ਕੀਤੀ ਉਹ ਤਾਂ ਦੱਸਣਗੇ ਹਾਂਜੀ ਹਾਂਜੀ ਭਾਈ ਤਾਂ ਕੁਝ ਤਾਂ ਬਣਿਆ ਹੋਊਗਾ ਯਾਰ ਭਾਈ ਮੇਰੇ ਕੋਲੇ ਜਿੰਨਾ ਪੈਸਾ ਇਕੱਠਾ ਹੋ ਗਿਆ ਸੀ ਨਾ ਮੈਨੂੰ ਇਹ ਸੀ ਭਾਈ ਵੀ ਮੈਂ ਜ਼ਿੰਦਗੀ ਕੱਟ ਲਿਆ ਇਹ ਚਲੋ ਭਾਈ ਥੋੜੇ ਥੋੜੇ ਕਰਕੇ ਵੀ ਆਪਣੀ ਰੋਟੀ ਪਾਣੀ ਜੇ ਹਨਾ ਪੰਜ 6 7 ਲੱਖ ਰੁਪਇਆ ਇਕੱਠਾ ਹੋ ਗਿਆ ਜੀ ਬਾਈ ਮੇਰੇ ਕੋਲ 7 ਲੱਖ ਰੁਪਇਆ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਤੁਹਾਡੇ ਕੋਲ ਇਕੱਠਾ ਹੋਇਆ ਇਕੱਠਾ ਹੋ ਗਿਆ ਸੀ ਆਪਣੀ ਵੀਡੀਓ ਤੋਂ ਬਾਅਦ ਆਪਣੀ ਲੋਕਾਂ ਨੇ ਮਦਦ ਕੀਤੀ ਹੈ ਲੋਕਾਂ ਨੇ ਮਦਦ ਕੀਤੀ ਬਾਈ ਰੁਪਿੰਦਰ ਜਲਾਲ ਨੇ ਜਿਹੜੇ ਪੈਸੇ ਇਕੱਠੇ ਕਰਾਇ ਸੀ ਉੱਥੇ 95000 ਇਕੱਠਾ ਹੋਏ ਪਤਨ ਲੱਖ ਇਕੱਠਾ ਹੋਇਆ ਜੀ ਠੀਕ ਹੈ ਹਾਂ ਦਾ ਜੀ ਉਦੋਂ ਬਾਅਦ ਜਿਹੜੀਆਂ ਵੀਡੀਓਆਂ ਹੋਈਆਂ ਨੇ ਉਦੋਂ ਬਾਅਦ ਚ ਲੋਕਾਂ ਨੇ ਜਿਹੜੇ ਪੈਸੇ ਪਾਏ ਆ ਬਈ ਉਹ ਲੱਗ ਹਨ ਕੱਲਾ ਕੱਲਾ ਪੈਸਾ ਮੈਂ ਗਵਾਹੀ ਦੇ ਦਨਾਂ ਬਈ ਕੱਲਾ ਕੱਲਾ ਪੈਸਾ ਆਪਾਂ ਦੇਣਦਾਰ ਆ ਬਈ ਸਾਰੇ ਪੈ ਜਾਂਦਾ ਵੀ ਕੁੱਲ 7 ਲੱਖ ਇਕੱਠਾ ਹੋਇਆ ਕੁੱਲ ਮੇਰੇ ਕੋਲ ਬਈ 7 ਲੱਖ ਦੇ ਲੇ ਵੀ ਪੈਸਾ ਇਕੱਠਾ ਹੋਇਆ ਜਿੱਥੇ ਤੱਕ ਮੈਨੂੰ ਅੰਦਾਜ਼ਾ ਬਈ ਵੀ ਮੇਰੇ ਮੇਰਾ ਹੁਣ ਵੀ ਅਕਾਊਂਟ ਚੈੱਕ ਕਰ ਲਓ ਬਈ ਮੈਂ ਲਾਈਵ ਚ ਵੀ ਦਿਖਾ ਦਨਾਂ ਮੇਰੇ ਨਾ ਅਕਾਊਂਟ ਚ ਪੈਸਾ ਕੋਈ ਤੇ ਉਹ ਕਿੱਥੇ ਗਿਆ 7 ਲੱਖ ਕਿੱਥੇ ਦੱਸ ਦਾਂ ਬਈ ਬਈ ਹੁਣ ਉਹ ਬੰਦੇ ਆਦੇ ਨੌ ਤਾਂ ਨਹੀਂ ਲੈ ਸਕਦਾ ਸਾਰੀ ਦੁਨੀਆ ਨੂੰ ਪਤਾ ਬਈ ਹੈ ਨਾ ਵੀ ਜਾਤੀ ਬਾਰੇ ਕਿੰਨਾ ਕਿੰਨਾ ਕੁਝ ਬੋਲਿਆ ਗਿਆ ਕਿੰਨੇ ਟੂਰਨਾਮੈਂਟ ਉੱਤੇ ਬੋਲਿਆ ਗਿਆ ਜਾਤੀ ਬਾਰੇ ਜਾਤੀ ਤੇਰੇ ਲਈ ਆ ਕਰਦਾਂਗੇ ਜਾਤੀ ਤੇਰੇ ਲਈ ਆ ਹੋ ਜੂਗਾ ਬਈ ਜਿਹੜੇ ਬੰਦੇ ਨੇ ਜ਼ਿੰਮੇਵਾਰੀ ਲਈ ਸੀ ਉਹ ਇੱਕੋ ਹੀ ਬੰਦਾ ਸੀ ਉਹ ਬੰਦੇ ਨੂੰ ਵੀ ਪਤਾ ਵੀ ਮੈਂ ਜ਼ਿੰਮੇਵਾਰੀ ਲਈ ਆ ਸਾਰੀ ਦੁਨੀਆ ਸਾਹਮਣੇ ਲਈ ਆ ਵੀ ਮੈਂ ਯਾਦੀ ਨੂੰ ਜਗਾ ਲੈ ਕੇ ਪਾ ਕੇ ਦੇ ਕੇ ਆਂਗਾ ਪਿੰਡ ਜਾ ਕੇ ਹੂੰ ਮੇਰੇ ਪਿੰਡ ਦੀ ਪੰਚਾਇਤ ਬਾਈ ਲੈਬ ਚ ਬੁਲਾ ਲਓ ਮੇਰੇ ਪਿੰਡ ਦਾ ਬਾਈ ਕੋਈ ਮੁੰਡਾ ਸੀ ਇੰਦਰਜੀਤ ਫੌਜੀ ਆ ਬਾਈ ਫੌਜੀ ਹਾਂ ਹਾਂ ਪਹਿਲਾਂ ਇੰਟਰਵਿਊ ਚ ਵੀ ਜ਼ਿਕਰ ਕੀਤਾ ਉਹਦਾ ਹਾਂ ਤੇ ਉਹ ਬੰਦਾ ਮੈਨੇ ਨਾਲ ਤੁਰਿਆ ਬਾਈ ਜਦ ਬਾਈ ਮੇਰੇ ਨਾਲ ਕੋਈ ਸਿਆਣਾ ਨਹੀਂ ਤੁਰਿਆ ਸੀ ਜਦ ਮੈਂ ਬਾਈ ਮੇਰੇ ਟਾਈਮ ਆਇਆ ਸੀ ਥੋੜਾ ਜਿਹਾ ਮੇਰੇ ਤੇ ਹਾਂ ਜਦ ਮੈਨੇ ਕੋਈ ਨਹੀਂ ਤੁਰਿਆ ਬਾਈ ਹਾਂ ਤੇ ਚਲੋ ਬਾਈ ਉਹ ਸਾਡੇ ਪਿੰਡ ਵੀ ਆਇਆ ਸਾਡੇ ਪਿੰਡ ਦੀ ਪੰਚਾਇਤ ਨਾਲ ਵੀ ਗੱਲ ਕਰੀ ਠੀਕ ਆ ਜੀ ਹੁਣ ਭਾਈ ਜੇ ਕਿਸੇ ਬੰਦੇ ਨੇ ਆਪਾਂ ਨੂੰ ਕੋਈ ਆਪਣੀ ਜ਼ਮੀਨ ਚੋਂ ਕੋਈ ਜਗ੍ਹਾ ਦੇਣੀ ਹੈ ਜਾਂ ਲੈਣੀ ਹੈ ਹਾਂ ਹੁਣ ਬੰਦਾ ਆਇਆ ਤਾਂ ਕਹਿੰਦਾ ਨਹੀਂ ਭਾਈ 2 ਵਿਸ ਬੇ ਲੈ ਲੋ ਉਹਨਾਂ ਨੇ ਜਿਹਨੇ ਵੇਚਣੀ ਹੈ ਭਈ ਅਗਲਾ ਤਾਂ ਕਹਿੰਦਾ ਵੀ 5 ਤੋਂ ਘੱਟ ਮੈਂ ਦਿੰਦਾ ਹਾਂ ਹਾਂ ਇੱਕ ਰੋਡ ਤੇ ਸੀ ਭਾਈ ਇੱਕ ਰੇਟ ਰੱਖਿਆ ਹੁੰਦਾ ਬੰਦੇ ਨੇ ਰੇਟ ਰੱਖਿਆ ਹੁੰਦਾ ਭਾਈ ਤੇ ਭਈ ਉਹਨਾਂ ਬੰਦਾ ਮਤਲਬ ਪਿੰਡ ਜਿਹਾ ਸੀ 3 4 6 ਜਗ੍ਹਾ ਪੁੱਛੀਆਂ ਭਈ ਚਲੋ ਸਾਨੂੰ ਸਸਤੀ ਮਿਲ ਜੇ ਚਲੋ ਸਾਨੂੰ ਭਈ ਸਾਰੀਆਂ ਮਕਰਾਂ ਨੀਕੇ ਪਿੰਡ ਦੀ ਗੱਲ ਕਰ ਰਹੇ ਹਾਂ ਆ ਵਗੋਣੀ ਕੀ ਦੀਆ ਹੁਣ ਬਈ ਸਾਰੇ ਮਕਰ ਕੀ ਗਏ ਹੁਣ ਗੱਲ ਫੇਰ ਹੀ ਉੱਥੇ ਆ ਗਈ ਬਈ ਹਮ ਮਕਰਾਈਆਂ ਵੀ ਸੋ ਤਾਂ ਪਤਾ ਕੀ ਨੇ ਹੋਣੀਆਂ ਬਈ ਹਮ ਗੇਮ ਵੀ ਕਿਹੜੇ ਪਾ ਜੇ ਹੋਣਗੇ ਸਾਡੇ ਕਿਹਨੇ ਮਕਰਾਈਆਂ ਉਹ ਬਈ ਮੈਨੂੰ ਤਾਂ ਪਤਾ ਹੀ ਇਹ ਦੁਬਾਰੋ ਫੇਰ ਹੋਣਾ ਵਾਰੇ ਕੀ ਕਹਿਣਾ ਆਪਾ ਅੱਛਾ ਆਪਣੀ ਸੀਗੇ ਆਪਣੀ ਸੀ ਬਈ ਪੱਟ ਦੀ ਬਾਹਰ ਕਰਨ ਵਾਲੇ ਆਪਦੀ ਹੁੰਦੇ ਆ ਬਈ ਫੇਰ ਆਪਣਿਆਂ ਤੋਂ ਵਜੋ ਬਈ ਬਗਾਨੇ ਨੂੰ ਕੀ ਭੇਜਦਾ ਉਹ ਬਈ ਕਹਿੰਦੇ ਨੇ ਵੀ ਆਪਣੇ ਬਣਦੇ ਰਹੇ ਆਪਣੇ ਦੂਰ ਹੁੰਦੇ ਰਹੇ ਬਗਾਨੇ ਬਣਦੇ ਰਹੇ ਉਹ ਕੰਮ ਸੀ ਉਹ ਇਹ ਬਈ ਚਲੋ ਫੇਨਾ ਬਈ ਜਗ੍ਹਾ ਇੱਕ ਪਸੰਦ ਆਈ ਮੇਰੇ ਡੈਡੀ ਦੀ ਕਬਰ ਕੋਲੇ ਸੀ ਹਾਏ ਉਹ ਪਤਾ ਨਹੀਂ ਉਹ ਮੇਰੇ ਪਿਓ ਨੇ ਮੈਨੂੰ ਅਬਦੇਲੇ ਵੇ ਲਾਉਣਾ ਸੀ ਬਈ ਹਨਾ ਮਣਾ ਵੀ ਅੰਨੇ ਸਾਲਾਂ ਬਾਅਦ ਉਹ ਡੈਡੀ ਕੋਲੇ ਰਹਿਣ ਦਾ ਮੌਕਾ ਮੇਰੀ ਫੀਲਿੰਗ ਉਹ ਸੀ ਬਈ ਪਰ ਬڑے ਉਹ ਕਹਿੰਦੇ ਅਮੀਰ ਅਮੀਰ ਦੇ ਹੀ ਬਣ ਗਿਆ ਬਾਈ ਅਸੀਂ ਫੇਰ ਉੱਥੇ ਗਲੀਆਂ 'ਚ ਰੋਣ ਲਾਣੀ ਰਹਿ ਗਈ ਚਲੋ ਬਈ ਪੰਚਾਇਤ ਕਹਿੰਦੀ ਵੀ ਆਹ ਤਰੀਕ ਨੂੰ ਭਾਈ ਤੇ ਰਜਿਸਟਰੀ ਹੋਣੀ ਆ ਸਾਰਾ ਕਾਗਜ਼ ਪੱਤਰ ਤੇਰਾ ਬਣ ਗਿਆ ਵਾ ਬਣਾ ਲੈਣਾ ਆਪਾ ਪੁੱਤ ਵੀ ਤੂੰ ਆ ਜੀ ਹੁਣ ਬਈ ਪੰਚਾਇਤ ਦਾ ਕੰਮ ਹੁਣ ਰਿਕਮਾਗਰ ਆਉਂਦੇ ਨਹੀਂ ਬਾਈ ਬੰਦੇ ਹਨ ਚਲੋ ਪੰਚਾਇਤ ਵੀ ਆ ਗਈ ਚਲੋ ਬਈ ਫੌਜੀ ਨੇ ਉੱਥੇ ਬੈਠੇ ਬੈਠੇ ਨੇ ਸਾਰੀ ਵਿਚਾਰੇ ਨੇ ਹਨਾ ਕਰਾਇਆ ਮੈਨੂੰ 30000 ਰੁਪਏ ਉਹਨੇ ਰਜਿਸਟਰੀ ਦਾ ਲੱਗ ਪਵਾਇਆ ਬਾਈ ਹ ਅਿੰਦਰਜੀਤ ਬਾਈ ਨੇ ਅਿੰਦਰਜੀਤ ਬਾਈ ਨੇ ਅਿੰਦਰਜੀਤ ਕਹਿੰਦਾ ਵੀ ਆਪਣੇ ਬਾਹਰਲੇ ਬੰਦੇ ਵੀ ਇਦਰੀ ਸਪੋਰਟ ਕਰ ਰਹੇ ਆ ਵੀ ਕੋਈ ਐਸੀ ਜੀ ਗੱਲ ਨਹੀਂ ਵੀ ਆਪਣੇ ਬਾਹਰਲੇ ਬੰਦੇ ਆ ਜਿਹੜੇ ਸੋ ਮੇਰੇ ਪਿੰਡ ਦੇ ਗੁਣੀ ਕਹਿੰਦੇ ਜੀ ਉਹ ਬੰਦੇ ਨੇ ਵੀ ਪੈਸੇ ਪਾਏ ਆ ਮੇਰੇ ਇਹ ਆ ਜਗਾ ਜੀ ਚਲੋ ਉਸ ਤੋਂ ਬਾਅਦ ਨਾ ਬਈ ਸਾਰੇ ਅਸੀਂ ਨਾਬੇ ਕਚੈਨੀਂਜ ਬੈਠੇ ਹੂੰ ਹੁਣ ਉਹ ਬੰਦਾ ਉੱਥੇ ਕਚੈਨੀਂਜ ਨਹੀਂ ਆਇਆ ਤੁਸੀਂ ਕਚੈਰੀਆਂ ਦੇ ਵਿੱਚ ਰਜਿਸਟਰੀ ਕਰਾਉਣ ਗਏ ਸੀਗੇ ਹਾਂਜੀ ਬਈ ਇੱਕ ਦਿਨ ਦੋ ਤਿੰਨ ਦਿਨ ਪਹਿਲਾਂ ਵੀ ਉਹਨੂੰ ਸੱਦਿਆ ਸੀ ਉਦੋਂ ਵੀ ਨਹੀਂ ਉਹ ਆਇਆ ਸਾਰੀ ਪੰਚਾਇਤ ਬੈਠੀ ਰਹੀ ਪਿੰਡ 4:00 ਵਜੇ 5:00 ਵਜੇ 5:00 ਵਜੇ 4:00 ਵਜੇ ਬੰਦਾ ਫੋਨ ਲਾਉਂਦਾ ਆਖੇ ਬਈ ਮੇਰੇ ਨਾਲ ਦੇ ਬੰਦੇ ਦੀ ਤਾਂ ਮਾਂ ਬਿਮਾਰ ਹੋ ਗਈ ਅਸੀਂ ਇੱਥੋਂ ਹੀ ਮੁੜ ਗਏ ਬਈ ਮੈਂ ਵਾਰ-ਵਾਰ ਕਹਿੰਦਾ ਵੀ ਇੱਕ ਦੋ ਵਾਰ ਸ਼ਾਇਦ ਜਿਆਦੀ ਬੱਚ ਜੀ ਜਿਆਦੀਨ ਬਹੁਤ ਉਦੋਂ ਬਾਅਦ ਫੋਨ ਵੀ ਬਿਥੇਰੇ ਆ ਕੇ ਜਿਆਦੀਨ ਵੀ ਐਂਟ੍ਰਿਬੁਤਵਾਦ ਸ਼ਹਿਰ ਤੋਂ ਜਾਦੀ ਮਿਲ ਸਕਦਾ ਫੋਨ ਕਦੇ ਆ ਕੇ ਵੀ ਤੂੰ ਸਾਡੇ ਬਾਰੇ ਇਦਾਂ ਬੋਲਦਾ ਹਾਂ ਤੂੰ ਸਾਡਾ ਨਾਂ ਕਿਵੇਂ ਲੈ ਗਿਆਂ ਹਾਂ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਜੱਦੀ ਡਰ ਗਿਆ ਬਾਈ ਰਹਿ ਜਾਂਦੀ ਜੱਦੀ ਡਰ ਗਿਆ ਬਾਈ ਜੱਦੀ ਲੋਕਾਂ ਨੇ ਵੀ ਮੈਨਾਂ ਪਹਿਲਾਂ ਹੀ ਵੀ ਰੱਬ ਨੇ ਅੰਦਰ ਵੜਿਆ ਸੀ ਉਹ ਲੋਕਾਂ ਨੇ ਵੀ ਵੜਦੇ ਵੀ ਉਦਵਾਦ ਨਾਲ ਵੀ ਉਹ ਬੰਦੇ ਨੇ ਆਇਆ ਨਹੀਂ ਬਈ ਉਹ ਬੰਦਾ ਰਜਿਸਟਰੀ ਤੇ ਪਹੁੰਚਿਆ ਨਹੀਂ ਰਜਿਸਟਰੀ ਤੇ ਵੀ ਨਹੀਂ ਪਹੁੰਚਿਆ ਚਲੋ ਬਈ ਮੇਰੇ ਪਿੰਡ ਦੇ ਮੁੰਡੇ ਨੇ ਗੱਲ ਕਰੀ ਉਹਦੇ ਨਾਲ ਉਹ ਬੰਦਾ ਉਹਨਾਂ ਕੋਲੇ ਮੁੱਕਰ ਗਿਆ ਬਈ ਮੇਰੇ ਕੋਲੇ ਵੀ ਮੁੱਕਰ ਗਿਆ ਕਹਿੰਦਾ ਬਈ ਮੈਂ ਤਾਂ ਐਂ ਕਿਹਾ ਸੀ ਵੀ ਜਿੰਨੇ ਕ ਚੱਲ ਪੈਸੇ ਯਾਦੀ ਲਊਗਾ ਉਹਨੇ ਕ ਚੱਲ ਆਪਾਂ ਲਾ ਦਾਂਗੇ ਨਾਲ ਇਹਦੇ ਵਿਚਾਲੇ ਘਰ ਬਣ ਜੂਗਾ ਇਹਦਾ ਯਾਦੀ ਦਾ ਵੀ ਬਈ ਮੈਂ ਕਿਹਾ ਚੱਲ ਦੋ ਦੇ ਮੈਂ ਦੇ ਤੇ ਦੋ ਦੇ ਤੂੰ ਦੇ ਦੇ ਚਾਰ ਬਿਸਵੇ ਜਗ੍ਹਾ ਲਈਏ ਬਈ ਆਪਾਂ ਹਨਾ ਚਾਰ ਬਿਸਵੀ ਜਗ੍ਹਾ ਚੋਂ ਮੈਂ ਕਹਿੰਦਾ ਬਈ ਚੱਲ ਦੋ ਦੇ ਤੂੰ ਦੇ ਤੇ ਬਈ ਦੋ ਦੇ ਮੈਂ ਦੇਦਾ ਨਾ ਠੀਕ ਹੈ ਰੈਡ ਹੁਣ ਬਈ ਬੰਦੇ ਫੋਣੀ ਚੱਕਣੋਂ ਹਟ ਗਏ ਅੱਛਾ ਉਹਨੇ ਉਹ ਵੀ ਨਹੀਂ ਪਰੇ ਉਹ ਨਹੀਂ ਪਰੇ ਬਈ ਤੇ ਬਈ ਮੈਨੂੰ ਐਂ ਦੱਸ ਵੀ ਹੁਣ ਸਾਰੀ ਪੰਚਾਇਤ ਚ ਖੜਾ ਬੰਦਾ ਸਾਰੇ ਕਚੈਰੀਆਂ ਸਾਹਮਣੇ ਕੀ ਕਰਦਾ ਕੀ ਕਰਦਾ ਬਈ ਉਸ ਤਾਂ ਪਿੱਠ ਲੱਗਣ ਵਾਲੀ ਗੱਲ ਹੋਗੀ ਪੰਚਾਇਤ ਦੀ ਬੇਇੱਜ਼ਤੀ ਨਾ ਬਈ ਜਿਹੜੀ ਸਮਾਟੜ ਕੇ ਨਾ ਸੀ ਕਿ ਚਾਚੇ ਦਾ ਮੁੰਡਾ ਨਾਲਾ ਇਸ ਦਰੋਂ ਭੰਦਾ ਜਾਂਦੀ ਪੰਡਾ ਹਵਾ ਕਰੀਏ ਨਾ ਬਈ ਮੈਂ ਪ੍ਰਵਾ ਪ੍ਰਾਣੇ ਆਪਣੇ ਪ੍ਰੋਮੋਟਰ ਨੇ ਆਏ ਨੇ ਉਹ ਨੇ ਪ੍ਰੋਮੋਟਰ ਨੇ ਬੈਠ ਲਵਾ ਦੀ ਵੀ ਫਿਰ ਰਜਿਸਟਰੀ ਹੋਈ ਉਹ ਰਜਿਸਟਰੀ ਪਈ ਆ ਬਈ ਮੇਰੇ ਕੋਲ ਅੱਛਾ ਇਹਦੀ ਰਜਿਸਟਰੀ ਨਾਲ ਲੈ ਕੇ ਆਏ ਹਾਂ ਹਾਂਜੀ ਬਈ ਇਹ ਜਗ੍ਹਾ ਦੀ ਹੈ ਤੇਰੀ ਹਾਂ ਬਈ 4.5 ਲੱਖ ਦੀ ਬਣੀ ਹੋਈ 4,60,000 ਦੀ ਪੂਰੀ ਕੋਲ ਜਗਾ ਹਾਂ ਬਈ 25000 ਰੁਪਏ ਬਈ ਉੱਪਰ ਜਿਸ ਤੀ ਦਾ ਜਿਹੜੀ ਫੀਸ ਫੂਸ ਜੀ ਲੱਗਦੀ ਆ ਉਹ ਆ ਬਈ ਉਹ ਜਿਹੜੀ ਵਕੀਲ ਲੈਂਦੇ ਹੁੰਦੇ ਨੇ ਜੋ ਵੀ ਹਨਾ ਤੇ ਬਈ 60000 ਦਾ ਉਹ ਸਮਾਨ ਬਣਿਆ ਜੀ ਆਪਣਾ ਫਰਿੱਜ ਕੂਲਰ ਤੇ ਬਹੁਤ ਸਾਰੀ ਮਸ਼ੀਨ ਬਈ ਤੇ ਉਹ ਬੰਦੇ ਨੇ 50000 ਚ ਦਵਾਇਆ ਸੀ ਬਈ ਮੈਨੂੰ ਬਾਈ ਨੇ ਮੈਨੂੰ 50000 ਰੁਪਏ ਹੀ ਪਾਇਆ ਸੀ ਅੱਛਾ ਤੇ 65000 ਰੁਪਏ ਬਈ ਮੈਂ ਫਿਰਦਾ ਭਰਿਆ ਕਾਲ ਜੀ ਦੀ ਕਾਲ ਜੀ ਕਿੰਨੇ ਟਾਈਮ ਦੀ 3 ਸਾਲਾਂ ਦੀ ਬਈ ਸਾਰੇਾਂ ਦੀ ਫੀਸ ਪੈਂਡਿੰਗ ਸੀ ਤੁਹਾਡੀ ਪੈਂਡ ਸੀ ਬਈ ਜੀੜੀ ਬਈ ਲੋਕਾਂ ਨੂੰ ਫੜ ਫੜ ਭਰਦਾ ਸੀ ਉਹਨਾਂ ਦੇ ਵੀ ਪੈਸੇ ਦਿੱਤੇ ਯਾਨੀ ਸਾਡੇ 4 4 ਲੱਖ 25000 ਰੁਪਏ ਬਈ ਲੋਕਾਂ ਦਾ ਦੇਣਾ ਸੀ ਹੂੰ 40000 ਰੁਪਏ ਬਈ ਪਿੰਡ ਦੇ ਮਿਆਜ ਮੇਰਾ ਹੂੰ ਉਹ ਬਈ ਦਿੱਤਾ ਸਾਰਿਆਂ ਨੂੰ ਹੂੰ ਠੀਕ ਆ ਬਈ ਹਾਂ ਚਲੋ ਬਈ ਕਰਦਾ ਰਿਹਾ ਤੇ ਉਹ ਨਾ ਪਹੁੰਚਿਆ ਬਈ ਪੰਡਾਲ ਵੀ ਕਹਿਣਾ ਲੱਗੇ ਵੀ ਨਹੀਂ ਯਾਰ ਇਧਰ 25000 ਰੁਪਏ ਮੰਗੂ ਬਈ ਪਰ ਮੇਰਾ ਭਰਤ ਪੈ ਗਿਆ ਜਿਹੜੇ ਬੰਦੇ ਨੇ ਬਈ ਬਜਰੀ ਵਾਲੇ ਨੇ ਪੈਸੇ ਪਾਏ ਆ ਉਹ ਤ ਬੰਦੇ ਦਾ ਧੰਨਵਾਦ ਕਰਦਾ ਬਈ ਉਹ ਬੰਦੇ ਨੇ ਜਵਾਨ ਬਗਾਈ ਸੀ ਆਪਣੇ ਨਾਲ ਉਹ ਮੈਂ ਮਹਾਰੀ ਆਇਆ ਸੀਗਾ ਬਈ ਜਦ ਵੀ ਉਹ ਬੰਦੇ ਨੇ ਮੈਨੂੰ 25000 ਰੁਪਏ ਪਾਤਾ ਬਈ 15 ਸੌਰੀ 15 ਪਾਇਆ ਤੇ ਮੈਂ ਦਾਸ ਸਾਹਿਬ ਦੇ ਕੋਲੋਂ ਪਾ ਕੇ ਬਈ ਮੈਂ ਭਰਤ ਪਾੜੇ ਪੰਡ ਬਈ ਉਹਦੇ ਤੇ ਭਰਤ ਪੈ ਗਿਆ ਹਾਂ ਬਈ ਉਹਨਾਂ ਨੇ ਵੀ ਬਈ ਭਰਤ ਪਾਉਣੇ ਸੀ ਬੰਦਿਆਂ ਨੇ ਜਿਨ੍ਹਾਂ ਦੀ ਬਾਕੀ ਜ਼ਮੀਨ ਸੀਗੀ ਬਈ ਉਹ ਕਹਿੰਦਾ ਵੀਰੇ ਤੁਸੀਂ ਸਾਨੂੰ ਇੰਨਾ ਪੈਸੇ ਦੇ ਦਿਓ ਵੀ ਅਸੀਂ ਸਾਰਾ ਉਹ ਵੀ ਫੌਜੀ ਹੱਥੋਂ ਲੱਗਿਆ ਵੀ ਸਾਰੇ ਪੈਸੇ ਕੋਈ ਪੈਸਾ ਮੈਂ ਆਪਣੀ ਬਈ ਖਰਚਾ ਜਾਂ ਮੈਂ ਮੈਨੂੰ ਪਤਾ ਨਹੀਂ ਬਈ ਨੌਲੇਜ ਹੀ ਨਹੀਂ ਹੁੰਦੀ ਹਨਾ ਹਾਂ ਤੇ ਉਸ ਤੋਂ ਬਾਅਦ ਨਾਲ ਬਈ ਮੈਂ ਮਰਤਾ ਕਰਦਾ ਰਹਿ ਗਿਆ ਬਈ ਦੁਨੀਆ ਦੀ ਉਹ ਬਈ ਇਹ ਜਿਹੇ ਵੀ ਲੋਕ ਨੇ ਯਾਰ ਮੈਂ ਤਾਂ ਬਈ ਕੋਈ ਮੈਨੂੰ ਪਟਿਆਲੇ ਛੱਡ ਕੇ ਮੁੱਕਰ ਜਾਇਆ ਕਰੀ ਕੋਈ ਮੈਨੂੰ ਟੂਰਨਾਮੈਂਟ ਦੇ ਬਲਾਕ ਚ ਮੁੱਕਰ ਜਾਇਆ ਕਰੀ ਕੋਈ ਲੁਧਿਆਣੇ ਜਾ ਕੇ ਕਹਦਾ ਕਰੀ ਯਾਰ ਸੌਰੀ ਵੀਰੇ ਆ ਨਹੀਂ ਹੋਣਾ। ਕੋਈ ਕਿਤੇ ਜਾ ਕੇ ਕਹਦੇ ਕਰੇ ਆ। ਮੈਂ ਤਾਂ ਬਈ ਆ ਰਿਹਾ। ਮੈਂ ਕਿੱਧਰੋਂ ਜਾਂਦਾ ਯਾਰ ਬਈ? ਤੁਹਾਨੂੰ ਜੇ ਫੋਨ ਆਇਆ ਤਾਂ ਚਲੇ ਜਾਂਦੇ ਸੀਗੇ। ਜਾਂਦਾ ਹੀ ਬਈ ਵੀਰ ਹੋਰ ਕੀ ਕਰਦਾ। ਜੇ ਮੰਨ ਲਓ ਅੱਜ ਮੈਂ ਤੁਹਾਨੂੰ ਬੁਲਾ ਕੇ ਇੱਥੇ ਮੁੱਕਰ ਜਾਂਦਾ। ਬਈ ਕੀ ਕਰਦਾ? ਆ ਮੁੰਡੇ ਨੂੰ ਬਈ ਕੰਸਾਲੇ ਵਾਲੇ ਨੂੰ ਫੋਨ ਲਾਇਆ ਸੀ। ਮੈਂ ਬਈ ਥੋੜੇ ਪੈਸੇ ਦੇਈ ਵੀ ਮੈਂ ਆ ਤ ਆ ਗਿਆ। ਮਾਂ ਮੇਰੇ ਕੋਲ ਜਾਣ ਨੂੰ ਪੈਸੇ ਨਹੀਂ ਹੈਗੇ। ਹਾਏ ਰੱਬਾ। ਲੈਵ ਚ ਹੁਣ ਦਿਖਾ ਦੇਣਾ ਬਈ ਉਹ ਫੋਨ। ਹਾ ਕੋਈ ਨਹੀਂ ਯਾਰ ਹੁਣ ਤੂੰ ਫੜ ਕੇ ਕਿਸ ਤੋਂ ਫੜ ਕੇ ਪੈਸੇ ਇੱਥੇ ਤੱਕ ਆਏ ਜਿੱਥੇ ਵੀ ਮੋਟਰ ਚਾਂ ਘੜਾ ਕੇ ਆਇਆ ਸੰਗਰੂਰ ਹਾਂ ਸੈਕੰਡ ਸਟੈਂਡ 'ਚ ਹਾਂ ਉਹ ਮੁੰਡੇ ਤੋਂ 200 ਰੁਪਏ ਵੜ ਕੇ ਲਿਆ ਭਾਈ ਮੈਂ ਆਹ ਰੁਪਏ ਦੇ ਦੂੰਗਾ ਮੋਟਰ ਜੀ ਹੁਣ ਮੈਂ ਤੈਨੂੰ ਕਹਾ ਆਜ਼ਾਦੀ ਵੀ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਨੇ ਸੱਚੀ ਦੱਸੇ ਤੇ ਨਰ ਵੀ ਨੇ ਭਾਈ ਤੇ ਉਸ ਤੋਂ ਬਾਅਦ ਜਿਹੜੇ ਬਚਦੇ ਪੈਸੇ ਸੀ ਸਾਰੇ ਚੱਲ ਗਏ ਭਾਈ ਜਿਨ੍ਹਾਂ ਜਿਨ੍ਹਾਂ ਨੇ ਪੈਸੇ 7 ਲੱਖ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਇਕੱਠਾ ਹੋਇਆ ਹਾਂ 4 ਲੱਖ ਸਾਢੇ 4 ਲੱਖ ਆਪਾਂ 5 ਲੱਖ ਲਾ ਰਹੀ ਵੀ ਥੋੜਾ 5 ਲੱਖ ਰਜਿਸਟਰੀ ਤੇ ਲੱਗ ਗਈ 5 ਲੱਖ ਦੀ ਹੋ ਗਈ ਬਈ ਹੂੰ 2 ਲੱਖ ਬਚ ਗਿਆ 2 ਲੱਖ ਬਚ ਗਿਆ ਬਈ 65000 ਫੀਸ ਦਾ ਬਈ ਹੂੰ 50000 ਬਈ ਤੇਰਾ ਮੇਰਾ ਸਮਾਨ ਆ ਜਿਹੜਾ ਹੂੰ ਹੈ ਪੀ ਆਰ ਬੀ ਆ ਬਈ ਮੈਂ ਬਿਮਾਰ ਹੋ ਗਿਆ ਇਹ ਹੂੰ ਬਹੁਤ ਜਿਆਦਾ ਹੂੰ ਵੀ ਮਤਲਬ ਬਈ ਇਨਫੈਕਸ਼ਨ ਆ ਗਈ ਵੀ ਬੇਹੋਸ਼ ਵਾਂਗੂ ਹੋਣ ਲੱਗ ਗਿਆ ਸੀ ਬਈ ਕਈ ਲੋਕ ਜੇਦੀ ਐਸਾ ਇਹ ਚੀਜ਼ ਵੀ ਹੋ ਸਕਦੀ ਆ ਪੋਡਕਾਸਟ ਵੇਖ ਰਹੇ ਨੇ ਸੁਣ ਰਹੇ ਨੇ ਜੀ ਕਈ ਲੋਕਾਂ ਕੀ ਇੱਕ ਅਕਸਰ ਏਦਾਂ ਹੁੰਦੀ ਹੈ ਕਿ ਕਿ ਮੈਂ ਪੋਡਕਾਸਟ ਦੇ ਵਿੱਚ ਕਿਸੇ ਚੀਜ਼ ਦਾ ਕੋਈ ਨਹੀਂ ਰੱਖਣਾ ਚਾਹੁੰਦਾ ਕੱਲ ਨੂੰ ਕੋਈ ਚੀਜ਼ ਮੇਰੇ ਤੇ ਆਵੇ ਤੁਹਾਡੇ ਤੇ ਆਵੇ ਜੀ ਉਸ ਤੋਂ ਬਿਹਤਰ ਕਿ ਮੈਂ ਪੁੱਛ ਲਾਵਾਂ ਜੀ ਅਕਸਰ ਮੈਂ ਵੇਖਿਆ ਵੀ ਜਦੋਂ ਵੀ ਕਿਸੇ ਲੋਕਾਂ ਕੋਲੇ ਪੈਸੇ ਇਕੱਠੇ ਆਉਂਦੇ ਨੇ ਤਾਂ ਕਈ ਵਾਰ ਉਹ ਨਸ਼ੇ ਵੱਲ ਭੱਜਦਾ ਹੈ ਹੋਇਆ ਕਦੇ ਵੀ ਅਗਰ ਕੋਈ ਮਤਲਬ ਬੰਦਾ ਕਮੈਂਟ ਵੀ ਕਰ ਦਊਗਾ ਇਹਨੇ ਤਾਂ ਨਸ਼ਾ ਕੀਤਾ ਮੈਂ ਜਾਣਦਾ ਯਾਦੀ ਨਸ਼ੇ ਕਰਦਾ ਰਿਹਾ ਯਾਦੀ ਨੇ ਨਸ਼ੇ ਕਰ ਲਏ ਹੋਣਗੇ ਜੀ ਇਹ ਹੋਇਆ ਕਦੇ ਨਸ਼ੇ ਨਸ਼ਾ ਤਾਂ ਨਹੀਂ ਕਰਦਾ ਵੀ ਉਸ ਪੈਸੇ ਦੇ ਕਿ ਨਸ਼ਾ ਕਰ ਲਿਆ ਹੋਵੇ ਤੁਸੀਂ ਨਸ਼ੇ ਕਰਨ ਵਾਲੇ ਹੁੰਦੇ ਹਨਾ ਤੇ ਤੇ ਰਕਣਾਉਂ ਨਹੀਂ ਬਾਈ ਉਹਦਾ ਜਿੰਦਗੀ 17 18 ਦੀ ਖਤਮ ਹੋ ਜਾਏ ਹੂੰ ਅਗਰ ਮੰਨ ਲਓ ਕਿਸੇ ਨੇ ਕਹਤਾ ਵੀ ਮੈਂ ਤੇ ਲੈਬ ਚ ਟੈਸਟ ਕਰਾਉਂਗਾ ਯਾਦੀ ਨਸ਼ੇ ਕਰ ਪੱਕੀ ਗੱਲ ਟੈਸਟ ਬਾਈ ਹੁਣ ਵੀ ਚੈੱਕ ਕਰਾ ਸਕਦਾ ਲੈਬ ਚ ਵੀ ਪੈ ਵੀ ਟੈਸਟ ਕਿਸੇ ਬੰਦੇ ਨੇ ਨਾ ਬਾਈ ਮੇਰੇ ਪਿੰਡ ਦਾ ਬੰਦਾ ਸਪੋਰਟ ਕਰਦਾ ਮੇਰੀ ਅੱਛਾ ਉਹਨੂੰ ਗੱਲਾਂ ਦੀ ਵੀ ਯਾਰ ਵੀ ਯਾਦੀ ਦਾ ਨਸ਼ੇ ਕਰਦਾ ਤੂੰ ਐ ਕਰਦਾ ਉਹ ਬਈ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਗੱਗੀ ਆ ਬਈ ਮੁੰਡਾ ਖੁਰਦ ਦਾ ਹੁਣ ਬਈ ਮੈਂ ਵੱਡਾ ਭਰਾ ਹੀ ਸਮਝਦਾ ਉਹ ਬੰਦੇ ਨੂੰ ਮੈਂ ਫੋਨ ਲਾਇਆ ਰਾਤ ਨੂੰ ਮੈਂ ਕਿਹਾ ਬਈ ਮੈਂ ਸਵੇਰੇ ਤੇਰੇ ਕੋਲ ਆਉਣ ਲੱਗਿਆ ਹੁਣ ਮੈਂ ਝੂਠ ਬੋਲਿਆ ਇੱਕ ਵੀ ਬਈ ਮੈਂ ਕਿਹਾ ਮੇਰਾ ਨਾ ਬਾਹਰ ਦਾ ਟੈਸਟ ਹੋ ਰਿਹਾ ਵੀ ਮੇਰਾ ਨਸ਼ਾ ਚੈੱਕ ਕਰੀ ਮੈਂ ਕਿੰਨੇ ਕੇ ਬੈਲਟ ਕਰਦਾ ਮੈਂ ਬਈ ਕਿਉਂਕਿ ਹੁੰਦਾ ਨਾ ਵੀ ਜਿਹੜੇ ਬੰਦੇ ਤੋਂ ਆਸ ਹੋਵੇ ਉਹੀ ਬੰਦਾ ਆਪਾਂ ਨੂੰ ਡੋਲ ਜਵੇ ਤੇ ਮੈਂ ਬਈ ਦੂਜੇ ਦਿਨ ਹੀ ਉਹ ਬੰਦੇ ਨੂੰ ਟੈਸਟ ਆਪਦੇ ਕਰਤੇ ਹੀ ਸੰਡ ਜਿਹੜੇ ਬੰਦੇ ਨੇ ਗੱਲ ਕਹੀ ਸੀ ਵੀ ਯਾਦੀ ਦਾ ਨਸ਼ਾ ਕਰਦਾ ਮੇਰੇ ਨਾਨਕਿਆਂ ਦਾ ਮੁੰਡਾ ਬਈ ਉਹ ਤੇ ਮੇਰੇ ਨਾਨਕਿਆਂ ਦੇ ਮੁੰਡੇ ਆ ਕਈ ਜਿਹੜੇ ਉਹਨੂੰ ਕਹਿੰਦੇ ਵੀ ਤੂੰ ਜੀ ਕਿਉਂ ਸਪੋਰਟ ਕਰਦਾ ਹਮ ਹਣੋ ਬੰਦਾ ਮੇਰੇ ਮੈਸੇਜ ਚੱਕਣੋਂ ਹਟ ਗਿਆ ਬਈ ਯਾਨੀ ਤੁਸੀਂ ਕੋਈ ਨਸ਼ੇ ਤੱਕ ਨਸ਼ਾ ਵੀ ਨਹੀਂ ਕੀਤਾ ਉਹਨਾਂ ਪੈਸਿਆਂ ਦਾ ਵੇ ਇਕੱਠਾ ਪੈਸਾ ਕਿ ਤੇ ਨਸ਼ਾ ਕਰ ਲਿਆ ਮੈਂ ਕਹਿੰਦਾ ਜਿੰਨਾ ਤੱਕ ਸਾਰਾ ਪੈਸਾ ਨਹੀਂ ਖਰਚਿਆ ਗਿਆ ਹਮ ਹਨਾ ਮੈਂ ਉਹ ਪੈਸਿਆਂ ਚੋਂ ਸੇਤੀ ਰੋਟੀ ਵੀ ਨਹੀਂ ਖਾਧੀ ਕੰਵੀ ਬਈ ਮੈਂ ਕਵਡੀ ਆਪ ਵੀ ਖੇਡਦਾ ਸੀ ਮੇਰੇ ਕੋਲੇ ਆਪ ਦਾ ਵੀ 11500 ਮੈਂ ਆਪ ਦਾ ਕਰਦਾ ਸੀ ਹਾਂ ਮੈਂ ਉਹਦੀ ਰੋਟੀ ਖਾਦੀ ਆ ਫਿਰ ਹੁਣ ਕਿਉਂ ਨਹੀਂ ਮੰਨਦੇ ਵਿੱਚ ਕਿਉਂਕਿ ਕੋਈ ਰਜ਼ਗਾਰਤਾ ਯਾਦੀ ਕਰ ਸਕਦਾ ਕਿਉਂਕਿ ਹੇ ਤਾਂ ਉਮਰ ਬਹੁਤ ਛੋਟੀ ਹੈ ਬਹੁਤ ਸੋਹਣਾ ਸ਼ਰੀਰ ਹੈ ਜੀ ਤੇ ਸਾਰਾ ਕੁਝ ਠੀਕ ਠਾਕ ਪਿਆ ਜਾਂਦੀ ਵੀ ਅਗਰ ਉਹ ਕਹਿੰਦੇ ਨੇ ਬੰਦੇ ਕੋਲੇ ਸਾਬਤ ਸੂਰਤ ਹੱਥ ਪੈਰ ਨੇ ਹਾਂਜੀ ਤਾਂ ਬੰਦਾ ਕੋਈ ਹਾਥੀ ਕਿਰਤ ਕਰਕੇ ਕੰਮ ਕਰਕੇ ਖਾ ਲੂਗਾ ਦਬਣਾ ਕਰਦੇ ਨੇ ਬਈ ਇਸ ਟਾਈਮ ਕਿਥੇ ਮੈਂ ਬਈ ਸੈਂਟ ਥਾਮਸ ਸਕੂਲ ਹੈ ਅਨਵਾਰਖ ਭਵਾਨੀਗੜ੍ਹ ਕੋਲੇ ਭਵਾਨੀਗੜ੍ਹ ਕੋਲੇ ਅੱਛਾ ਮੈਂ ਉੱਥੇ ਬਈ ਐਜਾ ਡੀਪੀ ਕਰ ਰਹੇ ਆਂ ਬਈ ਜਿਹੜੀ ਮੈਂ ਕੋਸੀ ਸਟੇਟਸ ਪਾਇਆ ਸੀ ਤੁਹਾਨੂੰ ਜੌਬ ਮਿਲੀ ਆ ਹਾਂਜੀ ਹਾਂਜੀ ਬਈ ਅੱਛਾ ਤੇ ਉੱਥੇ ਬਈ ਮੈਂ 8-9000 ਤੇ ਕਰੀ ਜਾ ਰਿਹਾ ਆਂ ਬਈ ਤੇ ਫਿਰ ਉਹ 8-9000 ਤੇ ਬਈ ਇਹ ਤਾਂ 15 ਦਿਨ ਹੋਇਆ ਉੱਥੇ 16 ਅੱਛਾ ਜੀ ਸ਼ੁਰੂਆਤ ਕੀਤੀ ਹੈ ਤਾਂ ਪਹਿਲੀ ਪੇ ਵੀ ਨਹੀਂ ਆਈ ਹੋਣੀ ਪਹਿਲੀ ਵੀ ਨਹੀਂ ਆਈ ਬਈ ਤੇ ਉੱਥੇ ਵੀ ਬਈ ਜਿਹੜਾ ਪਲੇਅਰ ਮੈਂ ਕਹਿੰਦਾ ਮੈਂ ਐਡਾ ਵੱਡਾ ਪਲੇਅਰ ਆ ਹਨਾ ਉੱਥੇ ਵੀ ਐਸ ਜੀਆਂ ਗੱਲਾਂ ਹੋ ਜਾਂਦੇ ਨੇ ਬਈ ਐ ਹੁੰਦਾ ਵੀ ਯਾਰ ਮੋਟਰਸਾਈਕਲ ਸੁਣੀ ਮਰ ਜਾ ਕਿਤੇ ਤੁਸੀਂ ਮੈਨੂੰ ਇੱਕ ਜ਼ਿਕਰ ਕੀਤਾ ਤੁਸੀਂ ਹੁਣ ਇੱਕ ਗੱਲ ਕਰ ਰਹੇ ਸੀਗੀ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਹਾਂਜੀ ਤੁਸੀਂ ਦੱਸਿਆ ਜਿਸ ਦਿਨ ਤੁਸੀਂ ਮੈਨੂੰ ਰਾਤ ਨੂੰ ਫੋਨ ਕੀਤਾ ਜੀ ਤੁਸੀਂ ਉਸ ਦਿਨ ਵੀ ਤਕਰੀਬਨ ਰੋ ਹੀ ਰਹੇ ਸੀ ਤੁਸੀਂ ਮੈਨੂੰ ਜ਼ਿਕਰ ਕੀਤਾ ਵੀ ਬਾਈ ਬਾਈ ਮੇਰੇ ਕੋਲ ਨਾ ਕੋਈ ਬੰਦਾ ਆਇਆ ਸੀ ਉਸ ਦਿਨ ਹਾਂ ਤੇ ਮੈਨੂੰ ਕਹਿੰਦਾ ਯਾਰ ਵੀ ਯਾਦੀ ਤੇਰੇ ਕੋਲ ਪੈਸੇ ਬਹੁਤ ਇਕੱਠੇ ਹੋਗੇ ਤੂੰ ਕਰੇਗਾ ਤੁਸੀਂ ਕਹਿੰਦਾ ਬਾਈ ਮੈਂ ਨਾ ਹੋਸਟਲ 'ਚ ਇਕੱਲਾ ਰਹਿਣਾ ਹੁਣ ਵੀ ਬਾਈ ਮੈਂ ਬਹੁਤ ਡਿਪਰੈਸ਼ਨ 'ਚ ਵੀ ਰਾਤਾਂ ਨੂੰ ਬਈ ਮੈਨੂੰ 3 3 4 4 ਵਜੇ ਤੱਕ ਨੀਂਦ ਨਹੀਂ ਆਉਂਦੀ ਹਾਂ ਜਦੋਂ ਮਰਜ਼ੀ ਕੋਈ ਫੋਨ ਲਾ ਕੇ ਚੈੱਕ ਕਰ ਸਕਦਾ ਬਈ ਮੈਨੂੰ ਕੋਈ ਬਈ ਵੰਡ ਕੰਨੀਓ ਮਰ ਗਿਆ ਨਾਨਕ ਕੰਨੀਓ ਮਰ ਗਿਆ ਹਨਾ ਰਹਿਣਾ ਖੁੰਦਾ ਜਦੋਂ ਬਈ ਜਿੱਤਦਾ ਹੀ ਉਦੋਂ ਕਿਸੇ ਨੂੰ ਦੱਸਣ ਜੋਗ ਵੀ ਨਹੀਂ ਸੀ ਹੁਣ ਇੱਕ ਪਿੱਛੇ ਮੁੰਡਾ ਸਪੋਰਟ ਕਰਦਾ ਸੀ ਬਈ ਹੁਣ ਮੈਨੂੰ ਦਿੱਲੀ ਸੱਦ ਕੇ ਤੇ ਅਮੈਂਸੀ ਜੇ ਮੈਂ ਗਿਆ ਬਈ ਧੀਰੇ ਸੇ ਜਾਣਾ ਸੀ ਮੈਂ ਅੱਛਾ ਏਜੰਸੀ ਐਂਬੈਸੀ 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 ਦੀ ਗੱਲ ਹੈ ਤੁਸੀਂ ਅੱਛਾ ਤੇ ਐਂਬੈਸੀ ਵਾਲਿਆਂ ਨੇ ਬਈ ਮੈਨੂੰ ਕੱਢਤਾ ਅੱਛਾ ਤੇ ਉਹਨਾਂ ਨੇ ਬਈ ਪਤਾ ਨਹੀਂ ਇਹ ਵੀ ਸਾਡੂ ਖਤਰਾ ਇਹ ਉਹਨਾਂ ਨੇ ਮੇਰੀ ਰਿਫਿਊਜ਼ਲ ਪਾਈ ਇਹਦੇ ਤੇ ਵੀ ਇਹ ਬੰਦੇ ਤੋਂ ਸਾਨੂੰ ਖਤਰਾ ਕਹਤਾ ਦੱਸੇ ਜੀ ਬਈ ਕੁਛ ਤੇ ਇੰਟਰਵਿਊ ਕਰਦੇ ਕਰਦੇ ਇੰਟਰਵਿਊ ਦੇ ਵਿੱਚ ਮੈਂ ਐ ਵੀ ਕਹਤਾ ਉਹਨਾਂ ਨੂੰ ਉਹ ਕਹਿੰਦੇ ਵੀ ਤੁਹਾਡੀ ਕੋਈ ਕਿਸੇ ਨਾਲ ਵੀ ਰਿਸ਼ਤੇਦਾਰੀ ਜਾਂ ਕੁਝ ਹੈ ਨਹੀਂ ਮਗਾਜੀ ਮੇਰਾ ਵੀ ਕੋਈ ਨਹੀਂ ਹੈ ਦੁਨੀਆ 'ਚ ਮੈਂ ਐਨੀ ਵੀ ਅਪੀਲ ਕਰਤੀ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਕੱਢਤਾ ਹੀ ਬਾਈ ਮੈਨੂੰ ਪਤਾ ਮੈਂ ਦਿੱਲੀੋਂ ਕਿਵੇਂ ਵਾਪਸ ਬਣਿਆ ਤੇ ਉਹ ਬੰਦੇ ਕਹਿੰਦੇ ਬਈ ਤੂੰ ਡੌਂਕੀ ਲਾਲਾ ਮੈਂ ਪ੍ਰੂਫ ਕਰਨ ਦਾ ਮਾਰਾ ਨਾ ਬਈ ਲੋਕਾਂ ਨੂੰ ਕਿਤੇ ਨਹੀਂ ਜਾਣਦਾ ਕਿਤੇ ਨਹੀਂ ਮੈਂ ਇੱਥੇ ਹੀ ਆ ਬਾਈ ਜਿਸ ਦਰਮਾ ਸਾਨੂੰ ਰਾਤ ਨੂੰ ਫੋਨ ਲਾਇਆ ਨਾ ਬਈ ਮਰੀਜ਼ ਫੋਜ ਲਈ ਮੈਂ ਨਾ ਭਾਈ ਇੱਕ ਆਖਰੀ ਉਮੀਦ ਨਹੀਂ ਹੁੰਦੀ ਵੀ ਪ੍ਰਮਾਤਮਾ ਨੇ ਤੋ ਡਾਇਨਾ ਮੂਰੇ ਰੱਖਿਆ ਮੇਰੇ ਮੈਂ ਉਹ ਟਾਈਮ ਮੈਂ ਫਾਹਲੇ ਨੂੰ ਪੂਰਾ ਤਿਆਰ ਸੀ ਭਾਈ ਪੂਰਾ ਮੈਂ ਗੇਟ ਵੀ ਲਾ ਲਈ ਸੀ ਭਾਈ ਮੈਂ ਸੋਚ ਵੀ ਲਿਆ ਸੀ ਕਿਵੇਂ ਪਰ ਮੈਨੂੰ ਨਾ ਵੀ ਉਹੀ ਮਨ ਚ ਆਈ ਗੱਲ ਮੈਂ ਕਿਹਾ ਯਾਰ ਵੀਰੇ ਨੂੰ ਪੁੱਛਾਂ ਵੀ ਕੀ ਹੱਲ ਹੋ ਸਕਦਾ ਵੀ ਵੀਰੇ ਆਗ ਲਾ ਹੋ ਜੀਏ ਨੇ ਮੇਰੇ ਨਾਲ ਤੇ ਭਾਈ ਉਸ ਦਿਨ ਮੈਂ ਤਿੰਨ ਦਿਨ ਰੋਟੀ ਨਹੀਂ ਖਾਧੀ ਜਦੋਂ ਮੈਂ ਉਹ ਨੂੰ ਪੋੜਾ ਬਈ ਮੈਂ ਉਹ ਬੰਦੇ ਲਾਈਵ 'ਚ ਵੀ ਕਮੈਂਟ ਕਰਨਗੇ ਵੀ ਹਾਂ ਜਾਤੀ ਨੇ ਸਭ ਤੋਂ ਪੈਸੇ ਮੰਗੇ। ਕਿ ਤੋ ਬਈ ਮੈਂ ਵੀ ਯਾਰ ਵੀ ਮੰਗਦਾ ਹੋਣਾ। ਕਿ ਤੋ 100 ਰੁਪਏ ਮੰਗਦਾ। ਬਈ ਮੈਂ ਰੋਟੀ ਖਾਣੀ ਨਹੀਂ ਯਾਰ। ਉਹ ਕਿ ਬਈ ਉਹ ਕਹਾਤ ਹੁਣ ਜਾਤੀ ਦੀ ਰਹੀ ਨਹੀਂ ਅੱਗੇ ਬਈ ਖੇਡ ਖੂਡ ਕੇ 3000 ਵਰ ਲੈਂਦਾ ਸੀ ਮੈਸਦਾ। ਹੁਣ ਬਈ ਉਹ ਕਹਾਤ ਨਹੀਂ ਰਹੀ। ਹੁਣ ਖੇਡਦੇ ਕਿਉਂ ਨਹੀਂ? ਖੇਡਦੇ ਬਈ ਕੰਨ ਸਾਰਾ ਡੋਲਦਾ ਬਈ ਹੁਣ ਵੀ ਡੋਲ ਰਿਹਾ ਹੋਣਾ। ਖਤਮ ਆ ਬਈ। ਜਦੋਂ ਇੱਥੇ ਕੁਝ ਵੱਜਦਾ ਨਾ ਬਈ ਸਾਰਾ ਕੰਮ ਨਹੀਂ ਰਾਜਦਾ ਮੋਢੇ ਚ ਗਾਇਬ ਆ ਬਈ ਦੱਸਿਆ ਜੀ ਮੈਂ ਪਹਿਲਾਂ ਬਈ ਸਾਰਾ ਕੁਛ ਆਣਾ ਵੀ ਖੇਡ ਕੇ ਉਹਨਾਂ ਨਾਲ ਬਈ ਨਾ ਤਾਂ 19 ਖਰਾ ਕੀ ਹੈ ਬਈ ਨਾ 19 ਰੋਟੀ ਜਦੋਂ ਬਈ ਰੋਟੀ ਨਹੀਂ ਜੁੜਨੀ ਬਈ ਖੇਡ ਕੇ ਵੀ ਕੀ ਆਣਾ ਲੋਕਾਂ ਨੇ ਹਰਾਤਾ ਬਈ ਜਾਂਦੀ ਬਈ ਮੇਰੇ ਕੋਈ ਗਾਣੇ ਬੰਦੇ ਦਾ ਫੋਨ ਲਾ ਕੇ ਮੈਂ ਬੰਦੇ ਨੂੰ ਫੋਨ ਲਾਇਆ ਮੈਂ ਕਿ ਵੀ ਇਹ ਕਰਕੇ ਮੇਰਾ ਛੱਟ ਲੱਗ ਗਈ ਮੋਢੇ ਤੇ ਹਾਂ ਮੈਂ ਬਈ ਮੇਰੀ ਸਟੋਰੀ ਪਾ ਦੋ ਕਹ ਰਹੀ ਲੋਕ ਤਾਂ ਕਹਿੰਦੇ ਯਾਦੀ ਕੋਲੇ ਪੈਸਾ ਹੀ ਬਹੁਤ ਆ। ਚੱਕਦਾ ਕਰ ਲੂ ਆ ਕੇ ਯਾਰ। ਛੱਟੋ ਜਣਾ। ਠੀਕ ਆ ਜੀ ਨੂੰ ਪ੍ਰੋਬਲਮ ਆ ਉਹ ਆ ਕੇ ਕਹਿ ਦੋ। ਵੀ ਬਈ ਤੇਰਾ ਅਕਾਊਂਟ ਚੈੱਕ ਕਰਾਉਣਾ। ਖਰੋ ਬਈ ਦੁਨੀਆ ਨੂੰ ਵੀ ਪਤਾ ਲੱਗੇ। ਹਾਂ। ਪਰ ਮੈਂ ਆ ਜੂਰੇ ਬੈਠਾ ਮਰੀ ਜਾਣਾ ਬਈ ਉਹ ਆਪਦੀਆਂ ਮਰੀ ਜਾਵਾ। ਹੈਨਾ? ਜਿਹੜਾ ਸੱਚ ਆ ਬਈ ਸੱਚ ਦਾ ਸੱਚ ਹੀ ਰੋਗਾ। ਬਈ ਮੇਰੇ ਪਿੰਡ ਚਲੋ ਭਾਈ ਪੈਸੇ ਦੀ ਗੱਲ ਕਰਦਾ ਮੈਂ ਹਨਾ ਸਾਰੀ ਦੁਨੀਆ ਕਹਿੰਦੀ ਪੈਸਾ ਆਜ਼ਾਦੀ ਕੋਲੇ ਮੈਂ ਆਪਣੇ ਪਿੰਡ ਹਾਰ ਜਾਂਦਾ ਜੇ ਮੇਰੇ ਕੋਲ ਇੰਨਾ ਪੈਸਾ ਹੁੰਦਾ ਅੱਜ ਜਨਵਰੀ ਚ ਮੈਚ ਹੋਇਆ ਮੇਰੇ ਪਿੰਡ ਹਾਰ ਜਾਂਦਾ ਦੱਸੋ ਜਿੱਦੇ ਕੋਲੇ ਪੈਸਾ ਨਾ ਭਾਈ ਉਹ ਵਧੀਆ-ਵਧੀਆ ਪਲੇਅਰ ਖੜਾ ਕੇ ਪਿੰਡ ਜਿੱਤੂਗਾ ਚਲੋ ਹਾਰ ਜਿੱਤ ਪਰਮਾਤਮਾ ਦੇ ਹੱਥ ਆ ਵਧੀਆ-ਵਧੀਆ ਪਲੇਅਰ ਭਾਈ ਮੈਂ ਨਾਮੀ ਬਲੇ ਨੇ ਹੁਣ ਬਾਹਰ ਖੇਡ ਰਹੇ ਨੇ ਜਿਹੜੇ ਮੇਰੀਆਂ ਸਟੋਰੀਆਂ ਪਾਗੇ ਮੇਰੇ ਐਨ ਮੌਕੇ ਤੇ ਮੇਰੇ ਪੰਡ ਜਵਾਬ ਦੇਗੀ ਮੈਨੂੰ ਠੀਕ ਹੰਦੇ ਹਨ ਵੀਰੇ ਆਣ ਹੀ ਹੋਣਾ ਅਸੀਂ ਤਾਂ ਆਪਦੇ ਕੱਪ ਖੇਡਣੇ ਤੇ ਪਹਿਲਾਂ ਕੀ ਗਿਆ ਸੀ ਉਹਨਾਂ ਨੇ ਵੀ ਆਵਾਂਗੇ ਜਾਦੀ ਖੇਡਾਂਗੇ ਤੇਰੇ ਨਾਲ ਯਾਰ ਤੇ ਇਹਨਾਂ ਨੇ ਖੇਡਾਂਗੇ ਬਈ ਕਿਦਾਂ ਖੇਡਾਂ ਜਾਦੀ ਸਾਡਾ ਤੂੰ ਐ ਆ ਲੋਕ ਬਈ ਵੱਡਾ ਭਰਾ ਕਹਿੰਦੇ ਨੇ ਹੀ ਵਿੱਚ ਦੀ ਜਾਦੀ ਸਾਡਾ ਵੱਡਾ ਭਰਾ ਹੌਂ ਫੇਰ ਕਿੱਥੇ ਨੇ ਉਹ ਵੱਡੇ ਭਰਾ ਕਹਿਣ ਵਾਲੇ ਹੁਣ ਬਈ ਬਾਹਰ ਖੇਡ ਰਹੇ ਨੇ ਸਾਰੇ ਨਾਮ ਹੀ ਨੇ ਉਹ ਸੁਪਿੰਦਰ ਮਣਾਣਾ ਸੁਣਿਆ ਤੁਸੀਂ ਬਈ ਨਾਮ ਬਹੁਤ ਵੱਡਾ ਨਾਮ ਆ ਉਹ ਬੰਦੇ ਨੇ ਮੇਰੇ ਪਿੱਛੇ ਲੋਕਾਂ ਤੋਂ ਭੀਖ ਵੀ ਮੰਗੇ ਬਈ ਐ ਹੱਥ ਧੜ ਡਾਟ ਕੇ ਬਈ ਇੱਥੇ ਕੀੜਾ ਲਵਾਇਆ ਸੀ ਉਹਨੇ ਮੇਰਾ ਜਦੋਂ ਧਰਨਾ ਨਹੀਂ ਸੀ ਲੱਗਿਆ ਬਈ ਚੰਡੀਗੜ੍ਹ ਇੱਥੇ ਮੈਂ ਮੈਚ ਖੇਡਣ ਆਇਆ ਸੀ ਬਈ ਉਹ ਬੰਦੇ ਨੇ ਬਈ ਮੇਰੇ ਪਿੱਛੇ ਤੇ ਹੱਥ ਵੀ ਅੱਡੇ ਮੈਂ ਕਿਵੇਂ ਭੁੱਲ ਜਾ ਬਈ ਉਹ ਬੰਦੇ ਦੀ ਆ ਬਈ ਚਲੋ ਬਈ 7 ਲੱਖ ਚੋਂ 90 ਹਜ਼ਾਰ ਦਾ ਮੋਟਰ ਝਗਣਾ ਗਿਆ ਜਿਹੜੇ ਬੰਦੇ ਨੇ 90000 ਰੁਪਏ ਪਾਇਆ ਸੀ ਉਹ ਬੰਦਾ ਮੇਰੀਆਂ ਰਾਤਾਂ ਜਾਣਦਾ ਜੀ ਵੀ ਜਾਂਦੀ ਕਿਹੜੇ ਕਿਹੜੇ ਟਾਈਮਾਂ 'ਚ ਤੁਰ ਕੇ ਆਉਂਦਾ ਤੇ ਹੁਣ ਬਈ ਮੈਂ ਤੁਸੀਂ ਮੈਨੂੰ ਪੈਸੇ ਪਾ ਦਿਓ ਚਲੋ 200 ਰੁਪਏ ਪਾ ਦਾ ਹਨਾ ਤੁਸੀਂ ਮੈਨੂੰ ਐ ਕਹੋਗੇ ਜਾਤੀ ਦੀ ਰੋਟੀ ਹੀ ਲੈ ਕੇ ਆਉਣੀ ਹੈ ਤੂੰ ਮੈਂ ਉਹਦਾ ਚਿਕਨ ਕਿਵੇਂ ਖਾ ਲੂੰਗਾ ਬਈ ਮੈਂ ਉੱਠੀ ਲੱਗੇ ਹੁੰਦੀ ਮੈਂ ਨਾ ਆਖੋਸ਼ ਹੋਇਆ ਜਿਹੜੇ ਬੰਦੇ ਨੇ ਜਿੰਨੇ ਕੇ ਪੈਸੇ ਪਾਏ ਪਤਾ ਤੂੰ ਆ ਚੀਜ਼ ਲੈਣੀ ਆ ਅਸੀਂ ਤੇਰੀ ਚੈੱਕ ਕਰਨੀ ਆ ਜਿਵੇਂ ਮੈਂ ਨਸ ਜਾਣਾ ਹੁੰਦਾ ਮੈਂ ਕਹ ਲਾਂਦਾ ਬਈ ਉਹ ਨਹੀਂ ਜੁੜਦਾ ਸੀ ਬਈ ਹੁਣ ਮੇਰਾ ਬਈ ਮੈਂ ਪਿੱਛੇ ਫਰਿੱਜ ਵੇਚਿਆ ਜਿਹੜਾ ਜਿਹੜਾ ਤੁਹਾਨੂੰ ਦਿੱਤਾ ਸੀ ਕਿਸ ਨੇ ਦਿੱਤਾ ਸੀ ਬਈ ਉਹ ਵੇਚਦਾ ਬਈ ਜਿਹੜਾ 28000 ਦਾ ਫਰਿੱਜ ਸੀ ਉਹ ਮੈਂ 19000 ਦਾ ਚੁਕਾਇਆ ਬਈ ਮੈਂ ਐਨਾ ਮੇਰਾ ਹੱਥ ਟੈਟ ਹੋ ਗਿਆ ਉਹ ਫਿਰ 19000 ਦਾ ਕੀ ਕੀਤਾ 19000 ਜੋ ਸਰਵਸਾਂ ਘੜ ਦੋ ਵੀ ਮੋਟਰਸਾਈਕਲ ਦੀਆਂ ਪੰਜ ਸਰਵਸਾਂ ਹੋਈਆਂ ਵੀ ਦੋ ਦੋ 3-3000 ਰੁਪਏ ਮੇਰਾ ਸਰਬ ਜਾਂਦੇ ਜਾਂਦਾ ਰਿਹਾ ਮੋਟਰਸਾਈਕਲ ਦੀਆਂ ਹੂੰ ਠੀਕਾ ਫਿਰ ਜਿਹੜੀਆਂ ਟੀਮਾਂ ਬਣਾਈਆਂ ਬਈ ਮੈਚ ਕੱਢਣ ਸਾਰੇ ਮੇਰੇ ਨਾਲ ਬਰਾਬਰ ਬੈਠਣ ਸਾਰੇ ਜਿਹੜੇ ਜਿਹੜੇ ਪਲੇਅਰ ਮੇਰੇ ਨਾਲ ਖੇਡ ਕੇ ਗਿਆ ਵੀ ਹਾਂ ਬਈ ਤੇਤੋਂ ਅਸੀਂ 3-3 4-4000 ਰੁਪਏ ਨਹੀਂ ਲੈ ਕੇ ਗਏ ਜਿਵੇਂ ਮਰਜ਼ੀ ਕਰਨ ਨਾ ਵੀ ਕੁੱਡੀ ਜਰਤ ਜਿਵੇਂ ਮਰਜ਼ੀ ਕਰ ਲੈ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਹਾਂ ਹਾਂਜੀ ਕੁੱਡੀ ਜਰਤ ਜਿਵੇਂ ਮਰਜ਼ੀ ਕਰ ਲੈ ਬਈ ਮੈਨੂੰ ਇੱਕ ਵੀ ਬੰਦਾ ਹੈਗਾ ਦੇ ਬਈ ਤੈਨਾਂ ਫ੍ਰੀ ਘਟ ਕੇ ਗਿਆ ਮੈਂ ਤੁਸੀਂ ਪੈਸੇ ਦਿੱਤੇ ਨੇ ਸਾਰਿਆਂ ਨੂੰ ਸਾਰਿਆਂ ਨੂੰ ਦਿੱਤੇ ਬਈ ਕੋਈ ਵੀ ਸੀ ਚਾਹੇ ਕੋਈ ਵੀ ਵੀ ਸੀ ਸਹੇ ਬੰਦੇ ਸਨਮਾਨ ਵੀ ਬਈ ਮਸ਼ੀਨ ਗਹਿਣੇ ਧਰ ਕੇ ਬੰਦਿਆਂ ਦੇ ਸਨਮਾਨ ਕੀਤੇ ਆ ਲੈਵ ਕੱਟ ਕੇ ਦੇਖਣਾ ਨਾ ਕੱਪ ਦਿੱਤੇ ਬਈ ਪੰਜ ਜਣਿਆਂ ਨੂੰ ਉਹ ਬੰਦੇ ਮੇਰੇ ਐਨਮ ਹੋ ਗਏ ਮੇਰੇ ਕੰਮ ਆਏ। ਨੀ ਬਈਆ ਉਹ ਪਲੇਰਾ ਦੇ ਨਾਮ ਲਵਾ ਨਾ। ਪਲੇਰਾ ਨੂੰ ਅੱਜ ਕੱਲ੍ਹ ਲੋਕ ਬਈ ਪਲੇਰਾ ਨੂੰ ਕਰੋੜਾ ਕਰੋੜਾ ਰੁਪਏ ਦੀਆਂ ਗੱਡੀਆਂ ਦੇ ਜਾਂਦੇ ਆ। ਆ ਹੁਣੇ ਪਿੱਛੇ ਜੀ ਹੋਈ ਆ ਕਪੂਰਤਲੇ ਦੇ ਕੋਲੇ। ਪਲੱਥ ਬਈ ਪਲੱਥ ਹਾਂ। ਕੱਪ ਸੀ। ਕਰੋੜਾ ਕਰੋੜਾ ਰੁਪਏ ਦੀਆਂ ਗੱਡੀਆਂ ਦੇ ਜਾਂਦੇ ਆ। ਹੂੰ। ਤੇ ਬਈ ਕਿਸੇ ਗਰੀਬ ਦਾ 2-3 ਲੱਖ ਚ ਘਾਰੀ ਬਣ ਜਾਂਦਾ। ਹਾਏ। ਐ ਜਦ ਕਹਿੰਦੇ ਨੇ ਬਈ ਸਾਨੂੰ ਕੋਠੀਆਂ ਪਾ ਕੇ ਦੇ ਦੋ। ਇਹ ਗਰੀਬ ਨੂੰ ਬਈ ਜਿਹੜੇ ਬੰਦੇ ਨਹੀਂ ਕੋ ਡੀਜ ਕੋ ਕਰਦੇ ਬਈ ਕਬਡੀ ਦੇ ਅੱਗੇ ਨਹੀਂ ਆ ਰਹੇ ਹਨ ਬਈ ਕੋਈ ਖਰਾਕ ਪ੍ਰਤੀ ਕੋਈ ਉਹਨਾਂ ਬੰਦਿਆਂ ਦਾ ਕੋਈ ਘਰ ਪ੍ਰਤੀ ਉਹ ਬੰਦਿਆਂ ਦੀ ਹੈਲਪ ਕਰ ਦੋ ਬਈ ਇੰਨੀ ਜਾਰੀ ਜ਼ਿੰਦਗੀ ਜਾ ਤਰੂ ਬਈ ਬਈ ਜਿੱਥੇ ਹੁਣ ਪਿੱਛੇ ਬਹੁਤ ਵੱਡਾ ਕੱਪ ਹੋਇਆ ਉਹ ਬੰਦਾ ਉਹ ਕੱਪ ਦਾ ਪ੍ਰਧਾਨ ਆ ਅੱਛਾ ਤੇ ਉਹ ਬੰਦੇ ਨੇ ਬਈ ਪੀਸਾ ਤਾਂ ਹਾਂ 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 ਬਈ ਚੱਕੋ ਚੱਕੋ ਰਾਮ ਨਾ ਪੀਓ ਉਹ ਬੰਦੇ ਨੇ ਨਾ ਬਈ ਮੈਨੂੰ ਬੁਲਾ ਕੇ ਔਰ ਉਹ ਬੰਦੇ ਦਾ ਐਡਾ ਕ ਨਾਮ ਆ ਉਹਨਾਂ ਜੇ ਕੋਈ ਬੰਦਾ ਉਹ ਬੰਦੇ ਦਾ ਨਾਮ ਲੈ ਦੇ ਹਾਂ ਤਾਂ ਵੀ ਕਬੱਡੀ ਦਾ ਕੋਈ ਮਰਜ਼ੀ ਪਲੇਅਰ ਖੇਡ ਸਕਦਾ ਉਹ ਬੰਦੇ ਨੇ ਮੈਨੂੰ ਬੁਲਾ ਕੇ ਮੈਨੂੰ ਇਗਨੋਰ ਕਰਤਾ ਜੀ ਮੈਂ 6-7 ਵਾਰ ਮਿੰਟ ਤਾਂ ਕਰੀਆ ਮੈਂ ਕਿਹਾ ਵੀਰੇ ਤੂੰ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਹਾਂ ਅਸਲ થઈ ਸੀ ਹੁਣ ਵੀ ਮੇਰੇ ਕੋਲ ਸਭ ਕੁਝ ਪਿਆ ਬਈ ਪ੍ਰੂਫ ਅੱਛਾ ਇੱਕ ਸੱਚ ਆਪਾਂ ਤੁਸੀਂ ਦਿਖਾ ਰਹੇ ਸੀ ਆਉਂਦੇ ਹੋਏ ਮੈਨੂੰ ਗੱਡੀ 'ਚ ਦਿਖਾਇਆ ਤੁਸੀਂ ਵੀ ਭੈਣ ਬਣੀ ਸੀ ਜਿਹੜੀ ਭੈਣ ਬਣੀ ਸੀ ਤੁਹਾਡੀ ਉਹਦਾ ਨਾਂ ਵੀ ਲੈ ਦੋ ਰਾਜਵੀਰ ਜੀ ਇੰਸਟਾਗ੍ਰam ਦੀ ਫੇਮਸ ਅਜੀ ਜੀ ਜਿਹਨੂੰ ਦੁਨੀਆ ਮਾੜਾ ਕਹਿੰਦੀ ਸੀ ਉਹਨੂੰ ਮੈਂ ਭੈਣ ਜਾਂਦਾ ਸੀ ਹੂੰ ਉਹਨੂੰ ਮੈਂ ਆਪਣੀ ਭੈਣ ਬਣਾਇਆ ਸੀ ਮੇਰੇ ਕੋਲ ਹੁਣ ਵੀ ਚੈਟ ਪਈ ਆ ਲੋਕ ਪਤਾ ਨਹੀਂ ਕੀ ਕਹਿਣਗੇ ਵੀ ਕੁੜੀ ਨੂੰ ਦੇਖ ਕੇ ਖਬਰ ਅਯਾ ਦੀ ਨਹੀਂ ਕੀ ਕਿਹਾ ਹੋਣਾ ਕੀ ਨਹੀਂ ਫੁੱਲ ਚੈਟ ਪਈ ਆ ਬਾਈ ਤੈਨੂੰ ਵੀ ਦਿਖਾਈ ਸੀ ਹਾਂ ਤੇ ਬਾਈ ਉਹਨੇ ਆਪਣੀ ਮਾਂ ਨਾਲ ਗੱਲ ਕਰਾਈ ਮੇਰੀ ਤੇ ਬਈ ਇਹ ਗੱਲ ਦੇ ਵਿੱਚ ਫੌਜੀ ਵੀ ਕਰਾ ਬਈ ਫੌਜੀ ਦੀ ਵੀ ਕਾਨਫਰੰਸ ਤੇ ਗੱਲ ਕਰਾਈ ਮੈਂ ਤੇ ਰਾਜਵੀਰ ਨੇ ਮੈਨੂੰ ਫੋਨ ਲਾਇਆ ਬਈ ਕਹਿੰਦੀ ਵੀਰੇ ਅਸੀਂ ਆਉਣ ਲੱਗੇ ਆ ਤੂੰ ਆ ਜਾ ਸੰਗਰੂ ਤੋਂ ਤੇ ਕਿੱਥੇ ਆ ਜਾ ਗੁਣੀ ਕੀ ਗੁਣੀ ਅੱਛਾ ਪਿੰਡ ਆ ਜਾ ਪਿੰਡ ਬਈ ਮੈਂ ਪਿੰਡ ਆਉਣ ਲੱਗਿਆ ਹੂੰ ਤੇ ਚਲੋ ਕਹਿੰਦੀ ਆਪਾਂ ਫਿਰ ਸਵੇਰੇ ਆ ਜਾਂਦੇ ਆ ਬਈ ਮੈਂ ਬਈ ਸਵੇਰੇ ਆ ਜਿਓ ਟਾਈਮ ਕੱਢ ਲਓ ਤੁਸੀਂ ਮੈਂ ਆਪਾਂ ਨੇ ਤੇਰਾ ਫੈਨ ਵੀ ਬਹੁਤ ਹੋਣਗੇ ਉੱਥੇ ਹਾਂ ਤੇ ਮੈਂ ਹਜ਼ੀ ਮਜ਼ਾਕ ਕਰੀ ਨਹੀਂ ਉਹਦੇ ਨਾਲ ਤੇ ਕਹਿੰਦੀ ਕੋਈ ਨਹੀਂ ਕੋਈ ਨਹੀਂ ਤੇ ਕਹਿੰਦੀ ਅਸੀਂ ਹੁਣੀ ਆਉਨੇ ਆ ਬਸ ਗੱਡੀ 'ਚ ਕਹਿੰਦੀ ਮੈਨੂੰ ਕੀ ਲੱਗਣਾ ਮੈਂ ਆ ਗਈ ਮੰਮੀ ਵੀ ਨਾਲ ਆ ਭੈਣ ਵੀ ਨਾਲ ਆ ਕਹਿੰਦੀ ਮੈਂ ਠੀਕ ਆਉਣੇ ਬਈ ਅੱਧੇ ਘੰਟੇ ਬਾਅਦ ਉਹ ਮੈਂ ਫੇਰ ਫੋਨ ਲਾਇਆ ਮੈਂ ਕਹਿੰਦੇ ਤੁਰ ਪੇ ਕਹਿੰਦੀ ਮੈਂ ਤਰਨ ਲੱਗੀ ਆ 5:00 ਵਜੇ ਫੇਰ ਕਹਿੰਦੀ ਉਹ ਵੀਰੇ ਮੇਰਾ ਤਾਂ ਕੋਰੀਆ ਵਾਲ ਆ ਗਿਆ ਵੀ ਮੈਂ ਬਾਹਰ ਬੋਰ ਜਾਣਾ ਜੀ ਮੇਰਾ ਪਾਸਪੋਰਟ ਤਾਂ ਆ ਗਿਆ ਤੇ ਬਈ ਮੰਗਾ ਚੱਲ ਕੋਈ ਨਹੀਂ ਭਾਣੇ ਮੈਂ ਗਿਆ ਕਹਿੰਦੀ ਚੱਲ ਤੂੰ ਮੇਰਾ ਨਕਸ਼ਾ ਭੀਜ ਵੀ ਕੋਈ ਨਹੀਂ ਤੈਨੂੰ ਥੋੜੇ-ਮੋਟੇ ਪੈਸੇ ਪਾ ਦਾਂਗੇ ਵੀ ਐਨੇ ਚੱਲ ਆਪਾਂ ਬਹਿ ਕੇ ਕਹਿੰਦੀ ਆਪਾਂ ਸਾਰਾ ਕੁਝ ਕਰਾਂਗੇ ਵੀਰੇ ਟੈਨਸ਼ਨ ਨਾ ਲੈ ਦੋ ਅਸ ਤੈਨੂੰ ਵੀਰਾ ਕਹਿੰਦੀ ਸੀ ਆਪਾਂ ਸਾਰਾ ਕੁਝ ਬਈ ਫੋਲੋ ਵੀ ਮੈਨੂੰ ਕੱਲੇ ਨੂੰ ਕਰਦੀ ਸੀ ਜੱਤ ਅੱਛਾ ਮੈਂ ਸੋਚਿਆ ਵੀ ਚੱਲ ਜਿਹੜੀ ਐਡੀ ਬੜੀ ਸਟਾਰ ਆ ਭੈਣ ਬਣ ਗਈ ਆਪਣੀ ਮੰਗਾਪਾ ਨੂੰ ਥੋੜੀ ਆਪਣਾ ਥੋੜੀ ਮਾੜਾ ਕਰੂ ਹਲੇ ਬਈ ਮੈਨੂੰ ਫੌਜੀ ਕਹਿੰਦਾ ਹੁੰਦਾ ਰਹਿੰਦਾ ਉਹ ਕਹਿੰਦਾ ਕੋਈ ਨਹੀਂ ਕਿਸਦਾ ਬਣਦਾ ਜਾਦੀ ਤੂੰ ਰਹਿਣ ਦੇ ਤਾਨੂੰ ਕਹਿੰਦਾ ਸੀ ਐ ਹਾਂ ਹੂੰ ਮੈਂ ਕਹਿੰਦਾ ਨਹੀਂ ਯਾਰ ਭੈਣ ਹੁਣੀ ਕਰਾਉਣਗੇ ਸ਼ੁਰੂ ਤੇ ਭਾਈ ਚਲੋ ਕਿਹੜੀ ਭੈਣ ਬਣਨੀ ਓ ਤੇ ਭਾਈ ਉਸ ਤੋਂ ਬਾਅਦ ਭਾਈ ਫੋਨ ਹੀ ਚੱਕਣਾ ਢੀ ਹੁਣ ਕੀਤਾ ਕਦੇ ਫੋਨ ਗੱਲ ਬਹੁਤ ਵਾਰਾ ਜੀ ਚੱਕਿਆ ਫੋਨ ਮੈਂ ਤੁਹਾਨੂੰ ਦੇਖਿਆ ਤੁਹਾਡੇ ਮੈਸੇਜ ਵੀ ਸੀਨ ਕਰਕੇ ਛੱਡੇ ਹੋਏ ਨੇ ਸਾਰੇ ਛੱਡੇ ਹੋਏ ਨੇ ਬਈ ਹੁਣ ਤਾਂ ਇੰਸਟਾ ਤੋਂ ਵੀ ਬਲੌਕ ਕਰਤਾ ਬਈ ਸਾਰੇ ਹੀ ਬਸ ਕਾਰਨ ਕੀ ਬਣਦਾ ਮੈਂ ਜੇ ਦੀ ਇਹ ਜੀ ਸੋਚ ਰਿਹਾ ਹਾਂ ਵੀ ਜਿਹੜਾ ਬੰਦਾ ਵੀ ਤੁਹਾਡੇ ਨਾਲ ਜੁੜ ਰਿਹਾ ਹੈ ਟੁੱਟਦਾ ਕਿਹੜੇ ਪਾਸਿਓਂ ਹੈ ਬਈ ਉਹ ਜੀ ਦਾ ਸਮਝ ਨਹੀਂ ਆ ਰਹੀ ਬਈ ਕਿਤੇ ਨਾ ਕਿਤੇ ਹੋ ਸਕਦਾ ਸ਼ਾਇਦ ਕਮੀ ਤੁਹਾਡੇ 'ਚ ਵੀ ਹੋਵੇ ਬਈ ਕਮੀ ਮੈਂ ਉਹੀ ਚੀਜ਼ ਤਾਂ ਮੈਂ ਕਹਿਣਾ ਬਈ ਜੇ ਮੇਰੇ 'ਚ ਕੋਈ ਕਮੀ ਹੈ ਮੈਨੂੰ ਸਹਾਰੋ ਵੀ ਉਹੋ ਵੀ ਵੀ ਤੇਰੇ 'ਚਾ ਕਮੀ ਆ ਹੁਣ ਬਈ ਮੈਂ ਕਿਵੇਂ ਮੰਨਣਾ ਬਈ ਯਾਰ ਮੇਰੇ 'ਚ ਕਮੀ ਹੈ ਕੋਈ ਕਿਹੜੇ ਹੁਣ ਬਈ ਬਾਹਰੋਂ ਬੰਦੇ ਦੇ ਫੋਨ ਆਏ ਕਈਆਂ ਦੇ ਅੱਛਾ ਬਹੁਤ ਬੰਦੇ ਬਈ ਐ ਜੇ ਬੰਦੇ ਸੀਗੇ ਵੀ ਮੇਰਾ ਸਵੇਰ ਨੂੰ ਘਰ ਪੈ ਜਾਂਦਾ ਜੀ ਖਰਾਬ ਗੱਲਾਂ ਦੇ ਵਿੱਚ ਰੋਟੀ ਬਣ ਗਈ ਬਈ ਰਾਤ ਨੂੰ अच्छा बंदा कहदा भाई मैं कहया भाई पता नहीं किन्नी ਇੱਟ ਲੱਗਣੀ ਆ ਮੈਂ ਆਗਮ ਜਾਰੇ ਵਿੱਚ ਕਿਹਾ ਮੈਂ ਕਹਾਂ ਯਾ ਤੂੰ 70000 ਇੱਟ ਚੱਕ ਥੋੜਾ ਭਲਾ ਹੋ ਜਾ ਅੱਛਾ 70000 ਚੱਕ ਹਾਂ ਹੂੰ 70000 ਇੱਟ ਚੱਕ ਤੈਨੂੰ ਬੁੱਤ ਮੈਂ ਹੋਣੀ ਪਾਉਣਾ 4 ਲੱਖ ਰੁਪਈਆ ਕਿਹੜੀ ਕੰਟਰੀ ਤੋਂ ਗੱਲ ਹੋਈ ਸੀ ਆਸਟ੍ਰੇਲੀਆ ਤੋਂ ਬਈ ਆਸਟ੍ਰੇਲੀਆ ਤੋਂ ਮੈਂ ਹੁਣ ਵੀ ਵੈਸੀ ਕਰਕੇ ਦਿਖਾ ਦਿੰਦਾ ਨੇ ਸਾਰੇ ਸਾਹਮਣੇ ਅੱਛਾ ਉਹ ਬੰਦਾ ਮੇਰਾ ਭਾਈ ਵੈਸੀ ਹੀ ਸੀਨ ਕਰਕੇ ਛੱਡ ਦਿੰਦਾ ਐਸੇ ਐਸੇ ਬੰਦੇ ਬੈਠੇ ਆ ਨਾ ਬਈ ਐਸੇ ਐਸੇ ਰੈਫਰੀ ਬੈਠੇ ਐਸੇ ਐਸੇ ਪਲੇਅਰ ਬੈਠੇ ਆ ਜਿਹੜੇ ਮੈਨੂੰ ਬੋਲ ਕੇ ਨਾ ਬਈ ਦੂਜੇ ਦਿਨ ਮੈਨੂੰ ਬਲੌਕ ਕਰਦੇ ਵੇਖਿਆ ਮੈਂ ਬੰਦੇ ਨੇ ਰੈਫਰੀ ਨੂੰ ਪੈਸੇ ਪਾਦੇ ਤੇ ਰੈਫਰੀ ਅੱਜ ਤੱਕ ਰਾਹ ਨਹੀਂ ਦੇ ਰਿਹਾ ਬਈ ਵੀ ਜਾਦੀ ਤੇ ਜਾਦੀ ਲਈ 50000 ਰੁਪਇਆ ਸੀ ਕਿੱਧਰ ਗਿਆ ਬਈ ਅੱਛਾ ਰੈਫਰੀ ਨੇ ਗੋਲੇ ਕਰਤਾ ਉਹ ਰੱਬ ਜਾਣਦਾ ਬਈ ਕੀ ਕਰਿਆ ਕੀ ਨਹੀਂ ਕਰਿਆ ਜਾਦੀ ਤਾਂ ਹੁਣ ਬਈ ਉਹ ਹਲਾਤਾਂ ਜਾਇਆ ਹੋਇਆ ਵੀ ਜੇ ਗੇ ਲੀਗ ਆ ਬੋਲਦਾ ਨਾ ਤਾਂ ਵੀ ਐ ਨਹੀਂ ਪਤਾ ਬਾਈ ਲਾਸਟ ਹੀ ਹੋਵੇ ਸਭ ਕੁਝ ਯਾਦੀ ਹੁਣ 23 ਸਾਲ ਦੀ ਉਮਰ ਹੋ ਗਈ ਤੁਸੀਂ ਬਈ ਫਿਲਮ ਇੰਡਸਟਰੀ ਵਾਲਾ ਉਹ ਸੋਹਣਾ ਸਤ ਗੁਰਪ੍ਰੀਤ ਕੁੱਗੀ ਮੈਂ ਨਹੀਂ ਤਕਰੀਬਨ ਹਰ ਇੱਕ ਨੇ ਸੁਣਿਆ ਉਹ ਤਾਂ ਕੋਣ ਨਹੀਂ ਜਾਣਦਾ ਉਹਨਾਂ ਨੂੰ ਤੇ ਬਾਈ ਮੈਨੂੰ ਉਹਨਾਂ ਨੇ ਵੀ ਫੋਨ ਲਾਇਆ ਅੱਛਾ ਤੇ ਬਾਈ ਉਹ ਬੰਦਾ ਰੋਂਦਾ ਹੀ ਬੋਣ ਤੇ ਪਾਪ ਕੋ ਰਿਆ ਸੀ ਮੇਰੇ ਨਾਲ ਅਸਲ 'ਚ ਗੁਰਪ੍ਰੀਤ ਕੁੱਗੀ ਸੀ ਕਿ ਗੁਰਪ੍ਰੀਤ ਕੁੱਗੀ ਦਾ ਨਾਂ ਲੈ ਕੇ ਕਿਸੇ ਨੇ ਫੋਨ ਲਾਇਆ ਤੁਹਾਨੂੰ ਗੁਰਪ੍ਰੀਤ ਕੁੱਗੀ ਸੀ ਬਾਈ ਨੰਬਰ ਤਗਾ ਦਾ ਨਾ ਮੈਨੂੰ ਮੇਰੇ ਕੋਲ ਹੁਣ ਵੀ ਸੇਵਾ ਅੱਛਾ ਕੀ ਕਹਿੰਦੇ ਮੈਂ ਨਾ ਬਈ ਆਟੋ ਤੇ ਜਾਈ ਜਾਂਦਾ ਸੀ ਮੈਂ ਪਿੰਡ ਪਿੰਡ ਜਾਣਾ ਸੀ ਵੀ ਜਗਾ ਦਾ ਨਾ ਉਹ ਕਰਾਉਣਾ ਸੀ ਬਈ ਠੱਡੇ ਲਵਾਉਣੇ ਸੀ ਜਗਾ ਦੇ ਆਲੇ-ਦਾਲੇ ਮਿੰਨੀ ਸੀ ਮਿੰਨੀ ਕਰਨੀ ਸੀ ਹਾਂ ਹਾਂ ਮਿੰਨਤੀ ਕਰਨੀ ਸੀ ਚਲੋ ਬਈ ਪੈਸੇ ਦੀ ਗੱਲ ਫੇਰ ਆ ਗਈ ਜੇ ਮੇਰੇ ਕੋਲ ਪੈਸੇ ਹੀ ਹੁੰਦਾ ਮੈਂ ਮਿੰਨੀ ਕਰਾ ਲੰਦਾ ਬਈ ਹਜੇ ਤੱਕ ਮਿੰਨੀ ਨਹੀਂ ਹੋਈ ਅੱਛਾ ਬਈ ਮੈਂ ਨਾ ਵੀ ਮਾੜਾ ਨਹੀਂ ਜੀ ਵੀ ਯਾਰ ਮੈਂ ਆਵਦੀ ਆਵਦੀ ਜਗਾ ਦਾ ਮਿੰਨੀ ਨਾ ਕਰਾਉਂਦਾ ਜੇ ਮੇਰੇ ਕੋਲ ਪੈਸੇ ਹੀ ਹੁੰਦੇ ਅੱਛਾ ਫਿਰ ਗਰੁੱਪ 'ਚ ਕੋ ਕੀ ਕਹਿੰਦੇ ਗਰੁੱਪ 'ਚ ਕੋ ਕੀ ਕਹਿੰਦਾ ਵੀ ਪੁੱਤ ਤੂੰ ਬਹੁਤ ਵਧੀਆ ਸਟਰਗਲ ਕਰ ਰਿਹਾ ਹਣਾ ਲੱਗਿਆ ਰੇ ਇੱਕ ਦਿਨ ਤੇਰਾ ਨਾਮ ਆਊਗਾ ਸਾਰੇ ਸਾਹਮਣੇ ਤੇ ਜਿੱਦੇ ਤੈਨੂੰ ਮੇਰੀ ਲੋੜ ਪਈ ਮੈਨੂੰ ਮੈਸੇਜ ਕਰ ਦੇ ਤਬ ਉਹ ਮੈਂ ਐਨੇ ਕੇ ਮੈਸੇਜ ਕੀਤੇ ਹੋਇਆ ਮੈਂ ਕਹਿੰਦਾ ਕਿ ਜ਼ਰੂਰੀ ਕੀਤੇ ਹੋਏ ਆ ਰਿਪਲਾਈ ਨਹੀਂ ਆਇਆ ਉਹ ਹੀ ਰਿਪਲਾਈ ਗਿਆ ਜੇ ਮੰਨ ਲਓ ਹੁਣ ਬਾਈ ਦੇਖਦੇ ਹੋਣਗੇ ਫੇਰ ਦੇਖ ਲੈਣ ਬਾਈ ਪਤਾ ਹੀ ਹੋਣਾ ਮੈਂ 8 ਵਜੇ 8 ਵਜੇ ਬੈਠਾ ਜੀ ਬਾਈ ਮੇਰੇ ਕੋਲ ਨੰਬਰ ਵੀ ਹੈ ਸਭ ਜਦ ਗੱਲ ਹੋਈ ਆ ਹਾਂ ਬਈ ਜਦੋਂ ਫੋਨ ਆਇਆ ਬਾਈ ਮੈਨੂੰ ਸੱਚੀ ਯਕੀਨ ਨਹੀਂ ਸੀ ਆ ਰਿਹਾ ਵੀ ਬਾਈ ਹੋ ਸਕਦਾ ਹੂੰ ਲੋਕਾਂ ਨੇ ਬਾਈ ਮੇਰੇ ਮਾ ਲਖਵਿੰਦਰ ਬੰਡਾਲੀ ਦਾ ਚੇਲਾ ਬੋਲਦਾ ਜਿਉ ਉਹਨਾਂ ਨੂੰ ਮੈਂ ਗੀਤ ਦਿੱਤੇ ਆ ਭਾਜੀ ਦਾ ਦਿਨ ਫੋਨ ਆਉਣਾ ਲਖਵਿੰਦਰ ਬਾਜੀ ਦਾ ਵੀ ਲਖਵਿੰਦਰ ਬਡਾਲੀ ਸਾਹਿਬ ਵੀ ਤੈਨੂੰ ਫੋਨ ਲਾਉਣਗੇ ਹੁਣ ਚੱਕ ਲਈ ਦੋ ਤਿੰਨ ਦਿਨ ਲੱਗੇ ਬਾਈ ਕਿਸੇ ਦਾ ਫੋਨ ਨਹੀਂ ਆਇਆ ਐਜਾ ਬਹੁਤ ਸਮਾਂ ਦੇਖ ਲਈ ਆਦੀ ਹਣਾ ਨਹੀਂ ਇਹ ਤਾਂ ਨਹੀਂ ਆ ਹਾਂਜੀ ਚੰਗੀ ਤੋਂ ਚੰਗਾ ਵੀ ਵੇਖ ਲਿਆ ਜਦ ਅਕਾਊਂਟ ਚ ਪੈਸੇ ਆ ਗਏ ਜ ਚੰਗਾ ਸਮਾਂ ਸੀ ਉਹ ਹਨਾ ਹਰ ਇੱਕ ਬੰਦਾ ਪੁੱਛ ਰਿਹਾ ਸੀ ਤੁਹਾਨੂੰ ਸਨਮਾਨ ਹੋਣ ਲੱਗੇ ਹਾਂਜੀ ਤੁਹਾਨੂੰ ਬੁਲਾਉਣ ਲੱਗੇ ਤੁਹਾਨੂੰ ਫੋਨ ਆਉਣ ਲੱਗੇ ਉਸ ਤੋਂ ਚੰਗਾ ਸੀ ਨਹੀਂ ਸਨਮਾਨ ਕਰਿਆ ਵੀ ਜਿੱਦਾਂ ਬਈ ਪਲੇਰਾਂ ਦੀ ਸਨਮਾਨ ਹੁੰਦੇ ਹ ਹੁਣ ਬਈ ਮੋਟਰਸਾਈਕਲ ਵੀ ਦਿੱਤਾ ਉਹ ਵੀ ਹੋਲੇ ਚ ਮਿਣਿਆ ਅੱਛਾ ਇੱਕੋ ਹੀ ਫੋਟੋ ਬਣੀ ਆ ਵੀ ਮੋਟਰ ਰੈਨ ਵਾਲੀ ਕਿਸੇ ਨੇ ਕੋਈ ਐਦਰ ਵੀ ਟੂਰਨਾਮੈਂਟ ਦੇ ਦਿੱਤਾ ਹੀ ਆਪਾਂ ਨੂੰ ਜਾ ਮੈਂ ਸ਼ੋਅ ਫ ਕੀਤਾ ਹੋਵੇ ਕਿਸੇ ਨੂੰ ਬਈ ਮੈਨੂੰ ਐ ਲੱਗ ਜਾਂਦਾ ਵੀ ਕਦੇ ਕਦੇ ਮੈਨੂੰ ਫੀਲ ਹੁੰਦਾ ਵੀ ਲੋਕਾਂ ਨੂੰ ਐ ਤਾਂ ਨਹੀਂ ਲੱਗ ਰਿਹਾ ਵੀ ਹਾਂ ਵੀ ਆਦੀ ਨੇ ਪੈਸੇ ਇਕੱਠੇ ਕਰਕੇ ਆਪ ਹੀ ਮੋਟਰਾਂ ਲੈ ਲਏ ਹੋਏ ਇਹ ਵੀ ਮੈਂ ਉਹ ਬੰਦੇ ਦੀ ਇਹ ਨੰਬਰ ਵੀ ਬੋਲਾਂ ਬੰਦੇ ਉਹ ਬੰਦੇ ਨੂੰ ਪੁੱਛ ਵੀ ਸਕਦੇ ਆ ਬਈ ਗਰਮਿੰਦਰ ਆ ਬਈ ਕੰਨੇ ਤੋਂ ਬੰਦਾ ਆਸਟ੍ਰੇਲੀਆ ਹੋ اچھا ਜਦ ਮੈਂ ਮਰੇ ਕੋਟਲੇ ਤੋਂ ਧੂਰੀ ਤੁਰ ਕੇ ਆਇਆ ਸੀ ਮੈਂ ਪੁੱਲਤੇ ਤੁਰਿਆ ਜਾਂਦਾ ਸੀ ਮਸਤ ਪੋਣਾ ਸਾਹ ਵਾਲੇ ਦੀ ਉਹ ਬੰਦੇ ਨੇ ਮੈਨੂੰ ਰਾਤ ਨੂੰ 1:30 ਵਜੇ ਫੋਨ ਲਾਇਆ ਸੀ ਤੇ ਉਹ ਬੰਦੇ ਕੋਲ ਮੈਂ ਰੋ ਰਿਹਾ ਸੀ ਜਿਆਦਾ ਮੈਂ ਕਿਹਾ ਬਾਈ ਵੀ ਕੋਈ ਰਾਹ ਨਹੀਂ ਦੇ ਰਿਹਾ ਹੈਗਾ ਵੀ ਕਹਿਣ ਨੂੰ ਬਹੁਤ ਬੰਦੇ ਆ ਹੁਣ ਜਿਹੜਾ ਬੰਦਾ ਉਹ ਜਨਾਲ ਦਾ ਸੀ ਜੀ ਇੱਕ ਕਰਾਚੋ ਬੋਲਿਆ ਸੀ ਜੀ ਨੇ ਵੀ ਜਾਦੀ ਜਿੰਨਾ ਘਰ-ਬਾਰ ਪਾਊਗਾ ਮੈਂ ਜ਼ਿੰਮੇਵਾਰ ਆ ਹੁਣ ਬਈ ਕੰਦਾ ਕਾ ਤੋ ਟੱਪਦਾ ਫਿਰਦਾ ਜਦੋਂ ਜਾਦੀ ਪਿੰਡ ਚ ਜਾਂਦਾ ਹੁਣ ਬਈ ਮੈਂ ਤਾਂ ਕਹਿਣਾ ਕਿ ਨੂੰ ਕਹਿੰਦਾ ਬਈ ਮੇਰਾ ਘਰ ਪਾਦੀ ਨਹੀਂ ਐਸਾ ਤੇ ਬਈ ਉਹ ਆ ਬਈ ਜਾਦੀ ਨੂੰ ਡਰਾਉਣ ਵਾਲੇ ਬਹੁਤ ਆ ਜਦ ਹੀ ਹੁਣ ਇਨੀ ਸਾਰਾ ਕੁਝ ਦੇਖ ਲਿਆ ਉਹ ਟਾਈਮ ਵੀ ਦੇਖ ਲਿਆ ਜਦ ਆਪਾਂ ਜਿਹੜੇ ਸਾਲ ਦੋ ਸਾਲ ਪਹਿਲਾਂ ਮੁਲਾਕਾਤ ਕੀਤੀ ਸੀ ਇੱਕ ਸਮਾਜ ਦਾ ਤੁਸੀਂ ਦੁਆਰਾ ਮੇਰੇ ਕੋਲ ਬੈਠੇ ਹੋ ਉੱਥੇ ਜੇ ਮੈਂ ਇੱਕ ਸਵਾਲ ਪੁੱਛਾਂ ਤਾਂ ਦੁਨੀਆ ਦਾ ਨਿਚੋੜ ਕੀ ਕੱਢਿਆ ਦੁਨੀਆ ਦਾ ਨਿਚੋੜ ਹੀ ਹੈ ਬਈ ਕੋਈ ਨਹੀਂ ਹੈ ਇਹਦਾ ਮੇਰੀ ਜ਼ਿੰਦਗੀ ਦਾ ਬਈ ਮਜ਼ਾਕ ਡਾਉਣ ਵਾਲੇ ਬਹੁਤ ਆਗੇ ਬਈ ਬਣਿਆ ਨਹੀਂ ਬਈ ਬਈ ਮੈਂ ਉਹ ਬੰਦੇ ਨੂੰ ਵੀ ਹਸਾਬ ਦੇ ਦੇਣ ਨੂੰ ਤਿਆਰ ਆ ਜੀ ਨੇ ਮੇਰੇ 1000 ਰੁਪਏ ਵੀ ਪਾਏ ਆ ਮੇਰੇ ਲਈ ਪਰ ਜਿਨ੍ਹਾਂ ਨੇ ਬਈ ਜਿੰਨੀ سپورਟ ਕੀਤੀ ਆ ਮੈਂ ਉਹ ਬੰਦਿਆਂ ਦਾ ਬਹੁਤ ਬਹੁਤ ਰਿਣੀ ਹਣਾ ਬਹੁਤ ਉਹ ਬੰਦਿਆਂ ਦਾ ਆਪਾਂ ਜੀ ਆ ساری ਜ਼ਿੰਦਗੀ ਉਹ ਬੰਦਿਆਂ ਲਈ ਅਰਦਾਸ ਕਰਦੇ ਆ ਉਹ ਬੰਦਿਆਂ ਨੂੰ ਮਾਲਕ ਪਰ ਬਈ ਜਿਆਦੀ ਆਖਰ ਗੱਲ ਤਾਂ ਇਹੀ ਕਹੂਗਾ ਵੀ ਹਣਾ ਬਈ ਵੀ ਹੁਣ ਜੀਨ ਨੂੰ ਦਿਲ ਨਹੀਂ ਕਰਦਾ ਬਈ ਸਹੀ ਗੱਲ ਦੱਸ ਨਾਨੀ ਦੀ ਯਾਦ ਆਉਂਦੀ ਹੋ ਜਾਦੀ ਬਈ ਨਾਨੀ ਹੁੰਦੇ ਬਈ ਕਦੇ ਸੋਚਿਆ ਨਹੀਂ ਸੀ ਵੀ ਆਹ ਕੁਝ ਹੋ ਜਾਊਗਾ ਸਿਰ ਜ਼ਿੰਦਗੀ ਨਾਲ ਬਹੁਤ ਨਾਨੀ ਨੇ ਕਦੇ ਭੁੱਖੀ ਨਹੀਂ ਸਮਾਉਣ ਦਿੱਤਾ ਸੀ ਬਈ ਹੁਣ ਤਿੰਨ ਤਿੰਨ ਚਾਰ ਚਾਰ ਦਿਨ ਲੰਘ ਜਾਂਦੇ ਆ ਮੈਂ ਤਾਂ ਤੇਰੀ ਇਹ ਗੱਲ ਸੁਣ ਕੇ ਹੈਰਾਨ ਆ ਕਿ ਤੂੰ ਅੱਜ ਡੇਢ ਦਿਨ ਬਾਅਦ ਰੋਟੀ ਖਾਧੀ ਆ ਹਾਂ ਜੀ ਬਈ ਹੋਸਟਲ 'ਚ ਜੇ ਕੋਈ ਚੌਲ ਬਣਾ ਲਾਂਦਾ ਤਾਂ ਉਹਨਾਂ ਦੀ ਵੀ ਮਿੰਤਾ ਕਰਿਆ ਹੁਣ ਉਹਨਾਂ ਨੂੰ ਬਈ ਵੇ ਬਈ ਥੋੜੀ ਮੈਨੂੰ ਦੇ ਦਿਓ ਯਾਰ ਜੇ ਬਚ ਕੇ ਜੇ ਬਈ ਹੋਸਟਲ ਚ ਕਿਸ਼ਨ ਮੋਟਰਸਾਈਕਲ ਦੀ ਮੰਗ ਮੰਗਵਾਂ ਦੰਨਾ ਹੋਸਟਲ ਚ ਬਈ ਮੇਰਾ ਮੋਟਰਸਾਈਕਲ ਭਰਨ ਗਿਆ ਕੋਈ ਜਾਦੀ ਦੁਨੀਆ ਲਈ ਬਈ ਬਹੁਤ ਨੀਵਾ ਬਹੁਤ ਜਿਆਦਾ ਪਰ ਬਈ ਜੇ ਕਿਸ ਨੂੰ ਜਵਾਬ ਦੇ ਦੰਨੇ ਫਿਰ ਲੋਗ ਓਦਾਂ ਮਾੜੀ ਕਰ ਦਿੰਦੇ ਬਈ ਕਿੰਨੀ ਵਾਰ ਉਹ ਮੇਨਾ ਜਿਹੜਾ ਮੁੰਡਾ ਰਹਿੰਦਾ ਸੀ ਉਹ ਵੀ ਸੁਖਬ੍ਰੀਤ ਰਹਿੰਦਾ ਸੀ ਮੁੰਡਾ ਭੈਣੀ ਬਈ ਇਹਦਾ ਹਾਂ ਹਾਂ ਉਹ ਮੁੰਡੇ ਨੇ ਵੀ ਮੈਨੂੰ ਤਾਂ ਛੱਡ ਤਾ ਬਈ ਕਹਿੰਦਾ ਤੈਨੂੰ ਕੀ ਪਤਾ ਕਦੋਂ ਮਾਰ ਦੇਣਗਾ ਬਈ ਆਪਾਂ ਇੱਕ ਵਿੱਚ ਛੋਟੀ ਜਿਹੀ ਬ੍ਰੇਕ ਲੈਨੇ ਆ ਆਪਾਂ ਬਾਕੀ ਜਿਹੜੇ ਮੈਨੂੰ ਦਰਸ਼ਕ ਸਰੋਤੇ Spotify ਤੇ ਸੁਣ ਰਹੇ ਨੇ ਤੁਸੀਂ YouTube ਤੇ ਜਾਂ Facebook ਤੇ ਸਾਡਾ ਇਹ ਪੋਡਕਾਸਟ ਵੇਖ ਰਹੇ ਹੋ ਹੱਥ ਜੁੜ ਕੇ ਅਪੀਲ ਕਰਦਾ ਕਿ ਪੋਡਕਾਸਟ ਨੂੰ ਪੂਰਾ ਸੁਣਿਓ ਜਿਵੇਂ ਕਿ ਸਮਾਂ ਕਾਫੀ ਲੰਬਾ ਲੰਘ ਚੁੱਕਾ ਆ ਤੇ ਜੋ ਕਹਾਣੀ ਹੁਣ ਤੱਕ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੀ ਆ ਕਹਾਣੀ 1.5 ਸਾਲ ਪਹਿਲਾਂ ਸੀ ਤੇ ਇੱਕ ਅੱਜ ਦੇ ਹਾਲਾਤ ਨੇ ਕਿਉਂਕਿ ਅਕਸਰ ਹਰ ਇੱਕ ਬੰਦਾ ਮੈਂ ਤਕਰੀਬਨ ਬਹੁਤ ਵੀਡੀਓਜ਼ ਐਸੀਆਂ ਕੀਤੀਆਂ ਪਰ ਹੁਣ ਮੈਂ ਬੰਦ ਕਰਤੀਆਂ ਕਾਰਨ ਸਿਰਫ ਇਹੀ ਰਿਹਾ ਕਿਉਂਕਿ ਉਹੀ ਆ ਨਾ ਨੇਕੀ ਕਰਤੇ ਛੇਤਰਖਾਲ ਆ ਕੰਮ ਆ ਜਾਂਦਾ ਹੁੰਦਾ ਪਰ ਯਾਦੀ ਦੀ ਜਦ ਮੈਂ ਕਹਾਣੀ ਸੁਣੀ ਤਾਂ ਕੁਝ ਹੋਰ ਸੀ ਅਕਸਰ ਮੈਂ ਵੇਖਿਆ ਵੀ ਲੋਕਾਂ ਕੋਲ ਜਦ ਪੈਸਾ ਆਂਦਾ ਤਾਂ ਉਹ ਜ਼ਿਆਦਾਤਰ ਨਹੀਂ ਤਾਂ 100 ਦੇ ਵਿੱਚ 100% ਹੀ ਕੇਸ ਮੇਰੇ ਕੋਲ ਤਾਂ ਜਿਹੜੇ ਮੈਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਮਦਦ ਹੋਈ ਹੈ ਕੁਝ ਵੀ ਇਸ ਤਰੀਕੇ ਦੀਆਂ ਚੀਜ਼ਾਂ ਹੋਈਆਂ ਉਹਨਾਂ ਦੇ ਨਾਲ ਕੇਸ ਤਾਂ ਐਸੇ ਹੀ ਹੋਏ ਕਿ ਉਹ ਬੰਦੇ ਨਸ਼ੇ ਤੇ ਲੱਗੇ ਮੁੜ ਕੇ ਯਾਨੀ ਉਹਨਾਂ ਨੇ ਕੀ ਕੀਤਾ ਕਿ ਉਹ ਪੈਸਾ ਉਹਨਾਂ ਕੋਲ ਇਕੱਠਾ ਆਇਆ ਤੇ ਉਸ ਤੋਂ ਬਾਅਦ ਉਹ ਉਸ ਪੈਸੇ ਦਾ ਉਹਨਾਂ ਨੇ ਨਸ਼ਾ ਕਰ ਲਿਆ ਪਰ ਜਿਹੜੀ ਕਹਾਣੀ ਤੁਸੀਂ ਅੱਜ ਯਾਦੀ ਦੀ ਸੁਣ ਰਹੇ ਹੋ ਯਾਦੀ ਗੁਣੀਕੇ ਸਲੀਮ ਪੱਕਾ ਨਾਮ ਹੈ ਤੇ ਕਬੱਡੀ ਜਗਤ ਦੇ ਵਿੱਚ ਇਹਨੂੰ ਇੱਕ ਨਾਮ ਦਿੱਤਾ ਸੀ ਯਾਦੀ ਗੁਣੀਕੇ ਡੇਢ ਸਾਲ ਪਹਿਲਾਂ ਬਾਈ ਰੁਪਿੰਦਰ ਜਲਾਲ ਨੇ ਇਹਨਾਂ ਦੀ ਇੱਕ ਵੀਡੀਓ ਪਾਈ ਸੀ ਜਿਸ ਤੋਂ ਬਾਅਦ ਯਾਦੀ ਬਹੁਤ ਚਰਚਾ ਦੇ ਵਿੱਚ ਆਇਆ ਸੀਗਾ ਮੇਰੇ ਵਰਗੇ ਕਈ ਪੱਤਰਕਾਰ ਉੱਥੇ ਪਹੁੰਚੇ ਸੀਗੇ ਚਾਹੀ ਫੇਮ ਦੇ ਕਰਕੇ ਕਹਿ ਲੋ ਚਾਹੀ ਇਹ ਕਰਕੇ ਕਹਿ ਲੋ ਵੀ ਚਲੋ ਇੱਕ ਵਿਊਜ਼ ਦੇ ਸਾਨੂੰ ਜ਼ਰੀਆ ਸੀ ਵੀ ਸਾਡੇ ਵਿਊਜ਼ ਵਧ ਜਾਣਗੇ ਕਿਉਂਕਿ ਯਾਦੀ ਚਰਚਾ ਚ ਸੀ ਪਰ ਅੱਜ ਡੇਢ ਸਾਲ ਬਾਅਦ ਡੇਢ ਦੋ ਸਾਲ ਬਾਅਦ ਯਾਦੀ ਕਿੱਥੇ ਖੜਾ ਹੈ ਯਾਦੀ ਆ ਤੁਹਾਡੇ ਸਾਹਮਣੇ ਬੈਠਾ ਹੈ ਜਿਸ ਜਿਹਦੇ ਅਕਾਊਂਟ ਦੇ ਵਿੱਚ 3 ਰੁਪਇਆ ਤੇ ਜਿਵੇਂ ਦੱਸ ਰਿਹਾ ਤੇ ਰੋਟੀ ਅੱਜ ਡੇਢ ਡੇਢ ਦਿਨ ਬਾਅਦ ਖਾਦੀ ਯਾਦੀ ਡੇਢ ਦਿਨ ਡੇਢ ਦਿਨ ਬਾਅਦ ਤੁਸੀਂ ਰੋਟੀ ਖਾਦੀ ਹ ਹੁਣ ਮਨ ਚ ਚੱਲਦਾ ਕੀ ਜਾਂਦੀ ਮਣਚਾ ਬਾਈ ਹੁਣ ਪਹਿਲਾਂ ਬਾਈ ਜੀਣ ਦੀ ਬਹੁਤ ਆਸ ਸੀਗੀ ਜਦੋਂ ਰੁਪਿੰਦਰ ਬਾਈ ਬੋਲਿਆ ਜਦੋਂ ਉਦੋਂ ਪੈਸਾ ਇਕੱਠਾ ਹੋਣ ਲੱਗ ਗਿਆ ਸੀ ਬਾਹਰੋਂ ਵੀ ਕਿਉਂਕਿ ਬਾਈ ਉਹੀ ਦਿਨ ਮੈਂ ਦਵਾਰੋਂ ਫੇਰ ਵੇਖ ਲਈ ਤੇ ਤਤਿਹਾਰ ਬਾਈ ਦਵਾਰੋਂ ਫੇਰ ਆਏ ਉਹੀ ਤੇ ਯਾਦੀ ਫੇਰ ਬਾਈ ਹੋਸਟਲ 'ਚ ਗੱਲਾਂ ਸੀ ਹੁਣ ਕਿਸੇ ਇਸੇ ਭੈਣ ਨੇ ਆ ਕੇ ਰਖੜੀ ਨਹੀਂ ਮੰਨੀ ਬਾਈ ਮੇਰੇ ਕਿਸੇ ਨੇ ਮੈਨੂੰ ਦੀਵਾਲੀ ਤੇ ਨਹੀਂ ਸੱਦਿਆ ਕਿਸੇ ਨੇ ਮੈਨੂੰ ਲੋਹੜੀ ਤੇ ਨਹੀਂ ਸੱਦਿਆ ਤੇ ਬਾਈ ਯਕੀਨ ਕਰੇਗਾ ਨਾ ਉਸ ਟਾਈਮ ਵੀ ਮੇਰੇ ਕੋਲ ਕੋਈ ਨਹੀਂ ਸੀ ਭਾਈ ਮੈਂ ਨਾ ਇੱਕ ਵੀ ਦਾਗ ਲਾ ਕੇ ਮਰਨਾ ਚਾਹਣਾ ਵੀ ਕੋਈ ਹੈ ਨਾ ਕਹੇ ਯਾਦੀ ਨੂੰ ਵੀ ਯਾਦੀ ਨੇ ਐਨੇ ਪੈਸੇ ਇਕੱਠੇ ਹੋ ਗਏ ਯਾਦੀ ਨੇ ਆਕਾ ਕਰ ਲਿਆ ਯਾਦੀ ਕਿਸੇ ਦੇ ਪੈਸੇ ਲੈ ਕੇ ਹਾਂਜੀ ਭਾਈ ਭਾਈ ਕਹਿਣਾ ਤਾਂ ਨਹੀਂ ਚਾਹੀਦਾ ਚਲੋ ਕਹਿਣਾ ਭਾਈ ਮੈਨੂੰ ਅਜਿਹਾ ਕੋਈ ਬਿਸ਼ਰਮੀ ਨਹੀਂ ਹੈਗੀ ਹੈ ਨਾ ਮੈਂ ਭਾਈ ਸਕੂਲ ਦੇ ਵਿੱਚੋਂ ਜਵਾਗ ਦੀ ਰੋਟੀ ਖਾਂਦਾ ਦੀ ਰੋਟੀ ਬਰੇ ਤੇ ਉਹ ਹੀ ਰੋਟੀ ਨਾਲ ਬਈ ਮੈਂ ਸਵੇਰ ਦਾ ਤੇ ਸ਼ਾਮ ਦਾ ਗੁਜ਼ਾਰਾ ਕਰ ਲੰਨਾ ਮੋ ਜਵਾਕ ਨੂੰ ਲਾਈਵ ਚ ਲਿਆਉਣਾ ਬਈ ਹੋਣ ਲਾ ਲਾਣਾ ਇਸ ਟਾਈਮ ਲਾਈਵ ਚ ਜੀਨ ਨਾਲ ਤੁਸੀਂ ਰੋਟੀ ਖਾਣੇ ਕੱਲ ਬਈ ਟੀਚਰ ਵੱਲੋਂ ਕਹਿ ਗਿਆ ਉਹਨੂੰ ਵੀ ਡੀਪੀ ਸਾਨਾ ਫਰੈਂਡਲੀ ਨਹੀਂ ਹੋਣਾ ਡੀਪੀ ਸਾਨਾ ਵੇਖ ਕੇ ਰੋਟੀ ਨਹੀਂ ਖਾਣੀ ਉਹ ਬੱਚੇ ਨੇ ਫੇਰ ਵੀ ਬੱਚਾ ਕਹਿੰਦਾ ਯਾਰ ਬਈ ਮੇਰੀ ਮਾਂ ਕਹਿੰਦੀ ਹੈ ਮੈਨੂੰ ਵੀ ਤੇਰੇ ਸਾਰ ਨੇ ਅੱਜ ਤੇਰੇ ਨਾਲ ਰੋਟੀ ਖਾਧੀ ਕਿ ਨਹੀਂ ਖਾਧੀ ਕਹਿੰਦਾ ਬਈ ਮੈਨੂੰ ਉਸ ਟਾਈਮ ਉਹ ਚੀਜ਼ਾਂ ਫੀਲ ਹੁੰਦੀਆਂ ਕਿਹੜੀ ਕਲਾਸ ਚ ਆ ਮੁੰਡਾ 9th ਕਲਾਸ ਚ 9th ਕਲਾਸ ਕੀ ਨਾਮ ਆ ਨਮਨਪ੍ਰੀਤ ਨਵਨਪ੍ਰੀਤ ਹਾਂਜੀ ਇੱਕ ਕਾਰਤਿਕ ਇੱਕ ਨਮਨ ਹੈ ਅੱਛਾ ਦੋ ਦੋ ਬੱਚੇ ਆ ਉਹਨਾਂ ਨੂੰ ਉਹ ਦੋ ਬੱਚੇ ਵੀ ਮੈਂ ਹੁਣ ਜੇ ਜੌਬ ਵੀ ਕਰ ਰਿਹਾ ਨਾ ਪ੍ਰਾਈਵੇਟ ਮੈਂ ਉਹਨਾਂ ਲਈ ਕਰ ਰਿਹਾ ਜੀ ਸੱਚੀ ਦੱਸ ਜਦੋਂ ਮੈਂ ਪਹਿਲੇ ਦਿਨ ਗਿਆ ਸੀ ਉਹ ਮੈਨੂੰ ਪਹਿਲੇ ਦਿਨ ਹੀ ਸਮਝ ਗਏ ਜੀ ਵੀ ਯਾਰ ਇਨਸਾਨ ਆ ਵੀ ਉਹ ਰਵੀ ਡੀਪੀ ਵਾਲਾ ਹੀ ਕੋ ਨਹੀਂ ਸਾਡੇ ਨਾਲ ਪਿਆਰਾ ਮਾਤੋਂ ਵੱਧ ਗਿਆ ਉਹ ਬੱਚੇ ਮੇਰੇ ਲਈ ਰੋਟੀ ਲੈ ਕੇ ਆਉਂਦੇ ਬਈ ਸਪੈਸ਼ਲ ਤੇਵਨ ਚੋਰੀ ਹੋ ਰਹਾਉਣ ਬਈ ਹੁਣ ਮੇਰੇ ਟੀਚਰ ਵੀ ਸੁਣਣਗੇ ਬਈ ਹਨਾ ਵੀ ਠੀਕ ਆ ਨਾ ਇਹ ਗੱਲ ਦਾ ਕਿਤੇ ਬਈ ਮੇਰੇ ਟੀਚਰਾਂ ਨੇ ਹੈਲਪ ਕਰਨੀ ਸੀ ਉੱਤੇ ਬੱਚੇ ਕਰ ਰਹੇ ਨੇ ਬਈ ਟੀਚਰਾਂ ਨੂੰ ਪਤਾ ਨਹੀਂ ਤੁਹਾਡੇ ਹਾਲਾਤ ਜਿਆਦੀ ਇਹ ਸਾਰਾ ਕੁਝ ਪਤਾ ਬਈ ਸਭ ਨੂੰ ਪਤਾ ਬਈ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਅਪਣ ਵਰਤਨਾ ਕੌਣ ਜਾ ਰਿਹਾ ਮੇਰੇ ਨਾਲ ਰਹਿਣਾ ਕੌਣ ਚਾਹੁੰਦਾ ਹੁਣ ਯਾਦ ਹੀ ਕਿਸ ਤੇ ਭਰੋਸਾ ਕਰ ਸਕਦਾ ਅਗਰ ਕੋਈ ਹੁਣ ਆਪਣਾ ਪੋਡਕਾਸਟ ਦੇ ਕੇ ਵੀ ਕੋਈ ਮੇਰੇ ਕੋਲ ਹਾਲ ਨਹੀਂ ਹੁੰਦਾ ਬਈ ਮੈਂ ਤਾਂ ਉਹ ਇਨਸਾਨਾਂ ਵੀ ਇਹ ਕਿਸ ਨੇ ਮੈਨੂੰ ਬੁਲਾ ਲਿਆ ਹਨ ਫਿਰ ਮੈਨੂੰ ਤਾਂ ਹੋਣਾ ਹੀ ਪੈਂਦਾ ਹਨ ਮੈਂ ਤਾਂ ਕਿਉਂਕਿ ਬਈ ਮੈਨੂੰ ਐਸ ਜਿਹੇ ਘਰ ਬਣ ਗਿਆ ਬਈ ਫਿਰ ਮੈਂ ਗੇਮ 'ਚ ਤਗੜਾ ਹੋ ਜਾਣਾ ਸੀ ਗੇਮ 'ਚ ਤਗੜਾ ਹੋ ਜਾਂਦਾ ਬਈ ਛੋੜਾ ਮੋਟਾ ਦੁਨੀਆਦਾਰੀ ਪਰ ਦੁਨੀਆਦਾਰੀ ਤਾਂ ਪਹਿਲਾਂ ਹੀ 22 23 ਸਾਲਾਂਾਂ ਦੀ ਪਤਾ ਲੱਗ ਗਿਆ ਬਈ ਘਰ ਜਿਹੜੇ ਯਾਦੀ ਜਿਵੇਂ ਹੁਣ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਭੈਣ ਬਣੀ ਤੁਹਾਡੇ ਭਰਾ ਵੀ ਬਣੇ ਕਈ ਹਾਂਜੀ ਤੁਹਾਡੇ ਕਈ ਹੋਰ ਰਿਸ਼ਤੇ ਵੀ ਬਣੇ ਉਸ ਵੀਡੀਓ ਤੋਂ ਬਾਅਦ ਲਾ ਲਓ ਉਸ ਤੋਂ ਪਹਿਲਾਂ ਵੀ ਲਾ ਲਓ ਕਿਸੇ ਤਰੀਕੇ ਦੇ ਨਾਲ ਵੀ ਇੱਕ ਰਿਸ਼ਤਾ ਕ੍ਰੀਏਟ ਹੁੰਦਾ ਹੈ ਚਾਹੇ ਸਗਿਆਂ ਦਾ ਨਹੀਂ ਪਰ ਕਈ ਵਾਰ ਕਈ ਚੀਜ਼ਾਂ ਦੇ ਵਿੱਚ ਸਗਿਆਂ ਤੋਂ ਵੱਧ ਕੇ ਕਈ ਚੀਜ਼ ਆਪਣੇ ਮੂਹ ਬੋਲੇ ਭਰਾ ਮੂਹ ਬੋਲੇ ਭੈਣ ਮੂਹ ਬੋਲੇ ਰਿਸ਼ਤੇਦਾਰ ਆਪਣੀ ਵੱਧ ਸਹਾਇਤਾ ਕਰ ਜਾਂਦੇ ਨੇ ਹਾਂਜੀ ਪਰ ਤੁਹਾਨੂੰ ਕੀ ਲੱਗਦਾ ਅੱਜ ਦੀ ਇਸ ਟਾਈਮ ਦੇ ਵਿੱਚ ਜੋ ਹੁਣ ਦੌਰ ਚੱਲ ਰਿਹਾ ਹੈ ਤੁਸੀਂ ਦੇਖ ਲਿਆ ਸਾਰਾ ਨਿਚੋੜ ਕੱਢ ਲਿਆ 23 ਸਾਲ ਦੀ ਉਮਰ ਦੇ ਵਿੱਚ ਰਿਸ਼ਤਿਆਂ ਦੀ अहमियत ਕੀ ਹੈ ਤੁਹਾਨੂੰ ਲੱਗਦਾ ਰਿਸ਼ਤੇ ਨਭਾਉਣ ਵਾਲੇ ਲੋਕ ਰਹੇ ਨੇ ਬਈ ਮੈਨੂੰ ਇਦਾਂ ਲੱਗਦਾ ਵੀ ਜੇ ਤਾਂ ਤੁਹਾਡੀ ਜੇਬ 'ਚ ਪੈਸੇ ਆ ਫਿਰ ਤਾਂ ਬਈ ਰਿਸ਼ਤਾ ਜਿਹੜਾ ਮਰਜ਼ੀ ਨਵਾ ਲੋ ਨਿਭਾ ਜਾਣਾ ਬਈ ਜੇ ਬਈ ਤੁਹਾਡੀ ਜੇਬ 'ਚ ਕੁਝ ਵੀ ਨਹੀਂ ਤੁਹਾਨੂੰ ਕੋਈ ਪੁੱਛਦਾ ਹੋਣੀ ਮੈਂ ਕਹਿੰਦਾ ਬਈ ਮਰਦੇ ਨੂੰ ਕੋਈ ਪਾਣੀ ਵੀ ਨਹੀਂ ਦੇ ਸਕਦਾ ਜੱਦੀ ਦੀ ਜੇਬ ਚ ਜੱਦ ਪੈਸੇ ਜੀ ਬਈ ਸਾਰੇ ਲਵੇਂ ਆ ਗਏ ਜੀ ਸਾਰੇ ਅੱਛਾ ਸਾਰੇ ਜਦੋਂ ਪਿਛਲੀ ਇੰਟਰਵਿਊ ਹੀ ਹੈ ਬਈ ਹੂੰ ਉਸ ਤੋਂ ਬਾਅਦ ਮੈਂ ਨਾ ਬਈ ਦੋ ਤਿੰਨ ਦੋ ਤਿੰਨ ਟਾਈਮ ਇਹ ਕਹਿੰਦਾ ਹੁੰਦੀ ਬਈ ਤੂੰ ਜਾਉਂਦਾ ਰਹਿ ਕੋਦਰ ਤਾਲੇ ਤੂੰ ਮੇਰੀ ਜ਼ਿੰਦਗੀ ਬਣਾ ਦੀ ਮੈਂ ਕਹਿੰਦਾ ਹੁੰਦਾ ਜੀ ਬਈ ਜਦੋਂ ਬਈ ਬੰਦੇ ਮੇ ਨਾ ਟੁੱਟਣੋ ਪਤਾ ਕਦੋਂ ਸ਼ੁਰੂ ਹੋਏ ਆ ਜਦ ਮੇਰੇ ਸੱਟ ਲਾ ਕੀ ਪੈਸੇ ਖਤਮ ਹੋ ਗਏ ਪੈਸਾ ਮੈਂ ਕੱਲਾ ਕੱਲਾ ਲਾਤਾ ਉਦੋਂ ਮੇਰੇ ਨਾਲ ਬੰਦੇ ਟੁੱਟਣੋ ਸ਼ੁਰੂ ਹੋ ਗਏ ਜਾਨੀ ਤੁਹਾਡੇ ਜਿਹੜੇ ਇਕੱਠੇ ਹੋਏ ਪੈਸੇ ਸੀ ਉਹ ਲੱਗਣ ਲੱਗੇ ਖਤਮ ਹੋਣ ਲੱਗੇ ਉਦੋਂ ਤੁਹਾਡੇ ਤੋਂ ਬੰਦੇ ਦੂਰ ਹੁੰਦੇ ਗਏ ਦੂਰ ਹੁੰਦੇ ਹੁਣ ਵੀ ਬਈ ਜੀ ਕੋਈ ਬੰਦਾ ਕੀ ਵਾਰ 500 ਪਾ ਦੇ ਤਾ ਬਈ ਸਾਰੀ ਸਾਰਾ ਮਹੀਨਾ ਦਾ 500 ਰੁਪਏ ਲੱਗਦਾ ਨਹੀਂ ਉਹ تنਹਾਈ ਆਦਾ ਬਈ ਮੈਸਜ ਹੀ ਹੋਈ ਆ ਫੀਸ ਆ ਰੋਟੀ ਦੀ ਗੱਲੀ ਉਹਦੇ ਬਾਅਦ ਬਈ ਬਿਮਾਰ ਹੋ ਜੇ ਉਹਨਾ ਕੰਨ ਬਈ ਐਨਾ ਕਵੱਠਾ ਕੱਢਦਾ ਨਾ ਰਾਤ ਨੂੰ ਵੀ ਮੈਨੂੰ ਪਤਾ ਵੀ ਮੈਂ ਐ ਤਿਆਰ ਹੋ ਜਾਣਾ ਵੀ ਯਾਰ ਮਰ ਜਾ ਕੋਈ ਨਹੀਂ ਰਹਿ ਰਹੀ ਨਹੀਂ ਵੀ ਜ਼ਿੰਦਗੀ ਇੰਨੀ ਕਿ ਡੋਲੀ ਜਾਂਦੀ ਨਾ ਬਈ ਐਨਾ ਕਿ ਡੋਲੀ ਜਾਂਦਾ ਵੀ ਭੱਜ ਕੇ ਜਦੋਂ ਐ ਜਿੱਦਲ ਕਰਦਾ ਨਾ ਵੀ ਹੁਣ ਮਰੂੰਗਾ ਜੀ ਫਿਰ ਭੱਜ ਕੇ ਕੋਲਾ ਤੇ ਗੇੜ ਖੋਲਣਾ ਨਾ ਪਰ ਗੁਰੂ ਘਰ ਕੰਨੀ ਦੇਖਦਾ ਵੀ ਯਾਰ ਕਰਾਹੀ ਕੀ ਜਨਮ ਨੂੰ ਇੰਤਜ਼ਾਰ ਦੇਵੀ ਰੱਬ ਤੇ ਭਰੋਸਾ ਹੈ ਜਾਂ ਦੀ ਰੱਬ ਤੇ ਬਈ ਕੁਝ ਪਰਸੈਂਟ ਭਰੋਸਾ ਜਦੋਂ ਦੀ ਨਾਨੀ ਦੂਰ ਹੋਈ ਜਾਣਾ ਬਈ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਨਹੀਂ ਬਈ ਜਿੱਥੇ ਧਰਤੀ ਸੀ ਮੈਂ ਰਹਿਣਾ ਨਾ ਮੈਨੂੰ ਉਹਨੇ ਬਹੁਤ ਕੁਝ ਦਿੱਤਾ ਹਾਂ ਮਾਸਕ ਪਵਿੱਤਰ ਧਰਤੀ ਆਹ ਬਈ ਬਈ ਮੈਂ ਕਾਂਵਰੇ ਚ ਬੈ ਕੇ ਨੌ ਲੈਣਾ ਬਾਬੇ ਦਾ ਜਦ ਮੈਂ ਉੱਥੇ ਪਹੁੰਚਿਆ ਸੀ ਨਾ ਬਈ ਉਦੋਂ ਮੇਰੇ ਕੋਲ ਕੁਛ ਵੀ ਨਹੀਂ ਸੀ ਕੁਛ ਵੀ ਲਾ ਲੋ ਹਨਾ ਤੇ ਅੱਜ ਪਰਮਾਤਮਾ ਨੇ ਫੇਰ ਵੀ ਕਿੱਥੋਂ ਕਿੱਥੇ ਤੇ ਲੈ ਕੇ ਜਾਂਦਾ ਹਨਾ ਕਦੇ ਕਦੇ ਲੱਗਦਾ ਹੁੰਦਾ ਪਰਮਾਤਮਾ ਹੈਗਾ ਬਈ ਕਦੇ ਕਦੇ ਲੱਗਦਾ ਪਰਮਾਤਮਾ ਹੈ ਨਹੀਂ ਬਈ ਜੇਦੀ ਬਹੁਤ ਕੁਛ ਦੇਖ ਲਿਆ ਬੜੇ ਮਾੜੇ ਟਾਈਮ ਦੇ ਦੇਖ ਲਿਆ ਕਦੇ ਹੋ ਸਕਦਾ ਹੈ ਇਸ ਤੋਂ ਮਾੜਾ ਟਾਈਮ ਵੀ ਆਵੇ ਹੋ ਸਕਦਾ ਰੱਬ ਨਾ ਕਰੇ ਪਰ ਇਸ ਤੋਂ ਬਾਅਦ ਤਾਂ ਫਿਰ ਹੁਣ ਜਾਦੀ ਰਹਿਣਾ ਨਹੀਂ ਬਈ ਤੁਮ ਕਹਿੰਦੇ ਬਈ ਬਹੁਤ ਮਾੜੇ ਹਾਲਾਤ ਆਈ ਉਮਰ ਵੀ ਸਕੂਲ ਵੀ ਛੱਡਣਾ ਪੈਣਾ ਮੋਟਰਾਂ 'ਚ ਤੇਲ ਹੈ ਨਹੀਂ ਸੀ। ਹੂੰ। ਰਸਤਾ ਪਰ ਮਾਤਮਾ ਨੇ ਆ ਖੁੱਲ੍ਹਿਆ ਬਈ ਤੁਸੀਂ ਮੈਨੂੰ ਸੱਦ ਲਿਆ। ਹੂੰ। ਅੰਗਰੇਜ਼ ਬਈ ਸਕੂਲ ਪੈ ਜਾਣਾ ਨਹੀਂ। ਸੱਚਾ ਹੀ ਹੈ ਬਈ। ਨਹੀਂ ਔਰ ਨੂੰ ਬਈ ਮੈਂ ਮੋਟਰਾਂ 'ਚ ਜੀ ਆ ਜਾਂਦਾ ਨਹੀਂ ਦੂਰ। ਹੂੰ। ਅੱਛਾ ਤੇਲ ਨਹੀਂ ਸੀ। ਇਸ ਤਾਂ ਤੁਸੀਂ ਫਿਰ ਉੱਥੇ ਸਟੈਂਡ ਤੇ ਲਾ ਕੇ ਪੈ ਮਨ ਲਾ ਕੇ। ਹੂੰ ਬਈ 200 ਰੁਪਏ ਜੀ ਦਰ ਕਿਹਾ। ਮੋਟਰਸਾਈਕਲ ਨੂੰ। ਹੁਣ ਉੱਥੇ ਜਾ ਕੇ ਉਹਨੂੰ ਕਹੂੰਗਾ ਮੈਂ ਤਦਾਲੇ ਕਰੂੰਗਾ ਫੇਰ ਉੱਥੇ ਜਾਊਂਗਾ ਵੀ ਕਿਤੇ ਇਹਨੂੰ ਤਾਂ ਲੋਕ ਬਹੁਤ ਉਸ ਕਹੀ ਜਾਂਦੇ ਆ ਕੋਈ ਲਵੇ ਆ ਕੇ ساری ਜ਼ਿੰਦਗੀ ਬਈ ਇਹੀ ਚੀਜ਼ ਨੂੰ ਤੜਫਦੇ ਰਹਿਣਾ ਵੀ ਕਿਸ ਨੇ ਆ ਵੀ ਆਪ ਨਾ ਜੱਫੀ ਪਾ ਕੇ ਆ ਨਹੀਂ ਪੁੱਛਿਆ ਵੀ ਤੈਨੂੰ ਦੁੱਖ ਕੀ ਆ ਪੁੱਤ ਲੋਕ ਪੈਸਾ ਜ਼ਰੂਰ ਦੇਖਦੇ ਆ ਵੀ ਭੁੱਖ ਹੈ ਸੀ ਇਸ ਦੀ ਵੀ ਕੋਈ ਜੱਫੀ ਪਾ ਕੇ ਕਦੇ ਹਾਲ ਚਾਲ ਹੀ ਪੁੱਛ ਲੈ ਬਹੁਤ ਅਜੀਬ ਹੈ ਬਹੁਤ ਤੜਫਦਾ ਮੈਂ ਇਹ ਜਿੱਤ ਯਾਰਾਂ ਦੋਸਤਾਂ ਨਾਲ ਵੀ ਇੱਕ ਵਾਰ ਬਈ ਧੱਕੇ ਨਾਲ ਘਰ ਚਲ ਜਾਂਦਾ ਹੀ ਵੀ ਤੇਰੀ ਮਾਂ ਨੂੰ ਮਾਗ ਲ ਹੁਣ ਵੀ ਬਈ ਮੇਰਾ ਪਿੱਛੇ ਯਾਰ ਦੋਸਤ ਬਣੂਗਾ ਨਾ ਵੀ ਮੇਰੇ ਮਾਪਿਓਂ ਕਹਿੰਦੇ ਮੈਂ ਤੈਨੂੰ ਬਾਹਰ ਭੇਜਤੀ ਮਗੈਰ ਬਣੂਗੀ ਹੈ ਪੁੱਛਣਾ ਵਾਲਾ ਬਈ ਨਹੀਂ ਹਾਂ ਮਿੱਤੂ ਰੋਟੀ ਖਾ ਲਈ ਆਪਾਂ ਨਾ ਕਈ ਵਾਰ ਕੇਈ ਚੀਜ਼ਾਂ ਐਸੀਆਂ ਵੇਖ ਲੈਂਦੇ ਆ ਵੀ ਅ ਬੰਦੇ ਨੂੰ ਬਾਹਰੋਂ ਦੇਖ ਕੇ ਆਪਾਂ ਜੱਜ ਕਰਦੇ ਆ ਅਕਸਰ ਹੁੰਦਾ ਅੱਜ ਦੀ ਦੁਨੀਆ ਦੀ ਤਾਂ ਇਹ ਰੀਤ ਐ ਕਿ ਆਪਾਂ ਕੋਈ ਵੀ ਬੰਦਾ ਚਾਹੇ ਮੈਂ ਆ ਆਪਣਾ ਬਾਰੀ ਟਾਂਚਾ ਮੈਂ ਕਿਸ ਤਰੀਕੇ ਦੇ ਕੱਪੜੇ ਪਾਏ ਨੇ ਮੇਰਾ ਕਿਸ ਤਰੀਕੇ ਦਾ ਰਹਿਣ ਸਹਿਣ ਆ ਯਾ ਅੱਜ ਦੀ ਦੁਨੀਆ ਦਾ ਝੂਠ ਸਭ ਤੋਂ ਵੱਡਾ ਝੂਠ ਕੀ ਸੋਸ਼ਲ ਮੀਡੀਆ ਦੀ ਲਾਈਫ ਆ ਹਰ ਇੱਕ ਦਿਨ ਦੇ ਵਿੱਚ ਫੋਨ ਤੇ ਉਸ ਫੋਨ ਤੇ ਆਪਾਂ ਆਪਣੇ ਆਪ ਨੂੰ ਇੰਨਾ ਵੱਡਾ ਦਿਖਾਉਨੇ ਆ ਕਿ ਜਿਸ ਦਾ ਕੋਈ ਅੰਤ ਨਹੀਂ ਚਾਹੇ ਆਪਣੇ ਜੇਬ ਦੇ ਵਿੱਚ 50 ਰੁਪਏ ਵੀ ਹੁਣ ਨਾ ਹੋਣ ਪਰ ਆਪਾਂ ਇੰਸਟਾਗ੍ਰam ਸਨੈਪਚੈਟ ਜਾਂ ਹੋਰ ਜਿੰਨੀਆਂ ਵੀ ਸਾਈਟਾਂ ਨੇ ਇਹਨਾਂ ਤੇ ਆਪਾਂ ਬੜਕ ਜਿਹੜੀ ਆ ਉਹ 5000 ਆ 5 ਲੱਖ ਵਾਲੀ ਮਾਰਕਿਟ ਦਿਖਾਉਣੀ ਆ ਚਾਹੇ ਮੰਗਵੇਂ ਕੱਪੜੇ ਪਾ ਕੇ ਆਪਾਂ ਫੋਟੋ ਪਾ ਦਈਏ ਪਰ ਦਿਖਾਉਨੇ ਨੇ ਇੱਕ ਸ਼ੋਅ ਆਫ ਵਾਲੀ ਜ਼ਿੰਦਗੀ ਇੰਨੀ ਕਿ ਜ਼ਿਆਦਾ ਆ ਗਈ ਸੋਚਣ ਨੂੰ ਤਾਂ ਇਹ ਲੱਗਦਾ ਵੀ ਜਿਹਦੇ ਬੰਦੇ ਕੋਲੇ ਫੋਲੋਅਰਸ ਨੇ ਹੁਣ ਜਿਵੇਂ ਯਾਦੀ ਦੇ ਇੰਸਟਾਗ੍ਰਾਮ ਤੇ ਫੋਲੋਅਰ 60000 80000 ਦੇ ਕੋਲ ਨੇ ਤਾਂ ਹਰ ਇੱਕ ਨੂੰ ਲੱਗਦਾ ਹੋਊਗਾ ਵੀ ਵੀ ਪੈਸਾ ਜਿੰਵੇਂ ਯਾਦੀ ਦੱਸ ਰਹੀ ਸੀ ਪੈਸਾ ਬਹੁਤ ਇਕੱਠਾ ਹੋ ਗਿਆ ਯਾਦੀ ਦੀ ਬੱਲੇ ਬੱਲੇ ਹੋ ਗਈ ਯਾਦੀ ਕੋਲ ਤਾਂ ਹੁਣ ਪੈਸਾ ਹੀ ਪੈਸਾ ਆ ਯਾਦੀ ਦੇ ਫੋਲੋਅਰ ਨੇ ਪਰ ਉਹ ਹੁੰਦਣਾ ਵੀ ਯਾਰ ਆ ਪੈ ਜਾਣੀ ਜਾਂ ਵਾ ਪੈ ਜਾਣੀ ਵੀ ਜਦ ਬੰਦੇ ਨੂੰ ਪਤਾ ਲੱਗਦਾ ਵੀ ਅਸਲੀਅਤ ਕੀ ਹੈ ਤਾਂ ਕੀ ਸੋਚਦੇ ਸੀ ਤਾਂ ਜ਼ਮੀਨ ਅਸਮਾਨ ਦਾ ਫਰਕ ਨਿਕਲਦਾ ਹੁੰਦਾ ਕਹਿਣੀ ਕਰਨੀ ਤੇ ਹਕੀਕਤ 'ਚ ਫਰਕ ਆ ਫਰਕ ਬਹੁਤ ਹੁੰਦਾ ਆ ਅਦਿਆ ਜੀ ਆਜੇ ਯਾਦੀ ਸਾਡੇ ਨਾਲ ਬੈਠਾ ਹੈ ਕੁਝ ਸਮੇਂ ਪਹਿਲਾਂ ਯਾਦੀ ਬਹੁਤ ਖੁਸ਼ ਸੀ ਤੇ ਉਸ ਤੋਂ ਬਾਅਦ ਮੈਨੂੰ ਫੋਨ ਆਉਂਦਾ ਇਸ ਤਰੀਕੇ ਦੀ ਸਾਡੀ ਗੱਲਬਾਤ ਹੁੰਦੀ ਹੈ ਤੇ ਯਾਦੀ ਅੱਜ ਬੈਠਾ ਹੈ ਪੌਡਕਾਸਟ ਕਰਨ ਦਾ ਸਿਰਫ ਇੱਕ ਮਕਸਦ ਸਿਰਫ ਔਰ ਸਿਰਫ ਇੱਕ ਮਕਸਦ ਹੈ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਇਸੇ ਚੈਨਲ ਤੇ ਕੁਦਰਤ ਚੈਨਲ ਤੇ ਸਾਡੀ ਟੀਮ ਨੇ ਬੜੇ ਐਸੇ ਕਬੱਡੀ ਪਲੇਅਰਾਂ ਦੇ ਘਰ ਜਾ ਕੇ ਅਸੀਂ ਇੱਕ ਵੀਡੀਓ ਬਣਾਉਂਦੇ ਹੁੰਦੇ ਸੀ ਇੱਕ ਇੰਟਰਵਿਊ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਹੁੰਦੇ ਸੀਗੇ ਉਦੋਂ ਇੰਟਰਵਿਊਜ਼ ਕਰਦਾ ਹੁੰਦਾ ਸੀ ਮੈਂ ਸੋ ਉਸ ਦੌਰ ਦੇ ਵਿੱਚ ਤਕਰੀਬਨ ਬਹੁਤ ਗਿਣਤੀ ਪਲੇਅਰ ਐਸੇ ਵੀ ਸੀ ਜਿਨ੍ਹਾਂ ਦੇ ਘਰ ਪਏ ਜਿਨ੍ਹਾਂ ਦੇ ਘਰ ਪੱਕੇ ਪੈ ਗਏ ਕਈਆਂ ਦਾ ਘਰ ਖੱਛੇ ਸੀਗੇ ਪਰ ਉਸ ਕਾਲਪੁਰਖ ਵਾਹਿਗੁਰੂ ਨੇ ਤੇ ਰੱਬ ਵਰਗੇ ਸਰੋਤਿਆਂ ਨੇ ਇੰਨਾ ਖਾਦ ਦਿੱਤਾ ਕਿ ਉਹਨਾਂ ਦੇ ਘਰ ਪੈ ਗਏ ਪਰ ਉਸ ਤੋਂ ਬਾਅਦ ਜੋ ਹਕੀਕਤ ਜੋ ਮੈਨੂੰ ਸੁਣਨ 'ਚ ਮਿਲਦੀ ਹੁੰਦੀ ਸੀ ਉਹ ਕੁਝ ਹੋਰ ਹੀ ਹੁੰਦੀ ਸੀ ਅਕਸਰ ਹੀ ਸੁਣਨ ਨੂੰ ਮਿਲਦਾ ਸੀ ਕਿ ਬੰਦਾ ਨਸ਼ੇ 'ਚ ਪੈ ਗਿਆ ਅਕਸਰ ਹੀ ਸੁਣਨ ਨੂੰ ਮਿਲਦਾ ਸੀ ਕਿ ਬੰਦਾ ਤੁਹਾਡੇ ਪੈਸੇ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਕਸਰ ਹੀ ਸੁਣਨ ਨੂੰ ਮਿਲਦਾ ਹੁੰਦਾ ਸੀ ਤੇ ਨਾਮ ਬਦਨਾਮੀ ਜਿਹੜੀ ਸੀ ਉਹ ਸਾਡੀ ਜਾਂ ਬਦਨਾਮੀ ਸੀ ਉਹ ਸਾਡੇ ਚੈਨਲ ਦੀ ਜਾਂਦੀ ਸੀ ਸੋ ਅੱਜ ਮੈਂ ਯਾਦੀ ਨੂੰ ਸਾਡੇ ਇਸ ਪੋਡਕਾਸਟ ਦੇ ਇਸ ਐਪੀਸੋਡ ਦੇ ਵਿੱਚ ਬੁਲਾਇਆ ਕਿਉਂਕਿ ਜਿੰਨੇ ਕੁ ਸਰੋਤੇ ਸਾਨੂੰ ਬਾਹਰੋਂ ਅੰਦਰੋਂ ਸੁਣਦੇ ਨੇ ਜਿੰਨੇ ਕੁ ਵੀ ਸੁਣਦੇ ਨੇ بس میری ਇੱਕ ਹੱਥ ਜੋੜ ਕੇ ਇਹ ਦਰਖਾਸਤ ਹੈ ਕਿ ਵੀਡੀਓ ਦਾ ਤੱਥ ਕੱਢਿਆ ਕਰੋ ਅਸੀਂ ਤੁਹਾਡੇ ਤੱਕ ਜੋ ਪੇਸ਼ ਕਰਦੇ ਆਂ ਕਈ ਵਾਰ ਉਹ ਚੀਜ਼ ਵੀ ਸੱਚ ਨਹੀਂ ਹੁੰਦੀ ਜੋ ਚੀਜ਼ ਦਿਖਾਈ ਜਾਂਦੀ ਹੈ ਕਈ ਵਾਰ ਉਹ ਦੇਖੀ ਚੀਜ਼ ਵੀ ਸੱਚ ਨਹੀਂ ਹੁੰਦੀ ਕਈ ਵਾਰ ਆਪਾਂ ਨੂੰ ਐ ਲੱਗਦਾ ਹੁੰਦਾ ਹੈ ਕਿ ਹਾਂ ਇਹ ਚੀਜ਼ ਸੱਚ ਹੈ ਪਰ ਬੰਦਾ ਹੈ ਇਹ ਕਲਾਕਾਰ ਹੈ ਕੈਮਰੇ ਅੱਗੇ ਕੁਝ ਹੋਰ ਤੇ ਅਸਲियत ਵਿੱਚ ਕੁਝ ਹੋਰ ਇਹ ਬਖੂਬੀ ਜਾਣਦਾ ਕਿ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਦਿਖਾਉਣਾ ਹੈ ਪਰ ਆਪਾਂ ਉਸ ਦੌਰ ਦੇ ਵਿੱਚ ਵੀ ਆ ਕਿ ਜਿੱਥੇ ਉਹ ਲੋਕ ਵੀ ਫਿਰ ਪਿੱਛੇ ਰਹਿ ਜਾਂਦੇ ਨੇ ਕਿ ਜਿਹੜੇ ਅਸਲ 'ਚ ਦਿਲ ਦੇ ਸੱਚੇ ਹੁੰਦੇ ਨੇ ਅਸਲ 'ਚ ਮਦਦ ਦੇ ਹੱਕਦਾਰ ਹੁੰਦੇ ਨੇ ਪਰ ਉੱਥੇ ਉਹਨਾਂ ਦੀ ਮਦਦ ਕੋਈ ਨਹੀਂ ਕਰਦਾ ਫਿਰ ਫਿਰ ਉਹ ਕੱਲਾ ਰਹਿ ਜਾਂਦਾ ਉੱਥੇ ਕਸੂਰ ਉਹਨਾਂ ਦਾ ਵੀ ਨਹੀਂ ਉੱਥੇ ਕਸੂਰ ਤੁਹਾਡਾ ਵੀ ਨਹੀਂ ਉੱਥੇ ਕਸੂਰ ਕੀ ਦਾ ਪੌਡਕਾਸਟ ਕਰਨ ਦਾ ਸਿਰਫ ਇੱਕ ਮਕਸਦ ਹੈ ਦੋਸਤੋ ਅੱਜ ਯਾਦੀ ਨੂੰ ਮੈਂ ਸਾਹਮਣੇ ਤੁਹਾਡੇ ਇਸ ਕਰਕੇ ਲਿਆਂਦਾ ਕਿ ਜਿਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਯਾਦੀ ਦੇ ਦਿਨ ਬਦਲ ਗਏ ਯਾਦੀ ਬੱਲੇ ਬੱਲੇ ਦੇ ਵਿੱਚ ਅੱਜ ਅਜੀਆਦੀ ਦਾ ਆਪਣਾ ਮਕਾਨ ਪੈ ਚੁੱਕਾ ਹੋਊਗਾ ਪਰਿਆਦੀ ਕਿਹੜੀ ਸਟੇਜ ਤੇ ਖੜਾ ਜੀ ਤੁਹਾਡੇ ਸਾਹਮਣੇ ਹੈ ਜਿਵੇਂ ਦੱਸ ਰਿਹਾ ਸੀਗਾ ਵੀ ਸਟੇਜ ਐਸੀ ਆ ਗਈ ਸੀ ਫਿਰ ਸੁਸਾਇਡ ਖੁਦਕੁਸ਼ੀ ਫਾਹਾ ਲੈਣ ਤੱਕ ਦੀ ਨੌਬਤ ਆ ਗਈ ਸੀ ਜੇ ਫੋਨ ਨਾ ਕਰਦਾ ਪਰ ਮੈਂ ਸਿਰਫ ਇੱਕ ਦਰਖਾਸਤ ਕਰਦਾ ਹੋਰ ਕੁਝ ਨਹੀਂ ਤੱਕ ਟੁਕਟ ਕੋਲ ਰਹਿ ਕੇ ਜੋ ਕੰਮ ਤੁਸੀਂ ਕਰਾ ਸਕਦੇ ਹੋ ਉਹ ਕਰਾਓ ਕੋਸ਼ਿਸ਼ ਕਰੋ ਜੇ ਤੁਸੀਂ ਪੈਸੇ ਨਹੀਂ ਭੇਜ ਸਕਦੇ ਤਾਂ ਕਟੂਕਟ ਸਮਾਨ ਭੇਜੋ ਤਾਂਕਿ ਬਾਕੀ ਚੀਜ਼ਾਂ ਨਹੀਂ ਤਾਂ ਸਿਰਫ ਇੱਕ ਆਵਦੀ ਛੱਤ ਜਿਹੜੀ ਹੈ ਜਿਸ ਦੀ ਲਈ ਸਾਰੀ ਜ਼ਿੰਦਗੀ ਬੰਦਾ ਭਜਨਟ ਕਰਦਾ ਰਹਿੰਦਾ ਹੈ ਕਿ ਸਿਰਫ ਮੇਰੀ ਇੱਕ ਆਪਣੀ ਕਹਿੰਦੀ ਛੱਤ ਹੋਵੇ ਮੇਰੀ ਕਹਿੰਦੀ ਇੱਕ ਮੇਰਾ ਥਾਂ ਹੋਵੇ ਮੇਰੇ ਨਾਮ ਹੋਵੇ ਬਸ ਇੱਕ ਛੋਟੇ ਜੀ ਥਾਂ ਜੋ ਯਾਦੀ ਨੇ ਤਾਂ ਆਪਣੇ ਪੈਸੇ ਨਾਲ ਲੈ ਲਿਆ ਪਰ ਉਸ ਨੂੰ ਬਣਾਉਣ ਵਾਸਤੇ ਉਸ ਨੂੰ ਸਾਰਨ ਵਾਸਤੇ ਉਸ ਸੁਪਨੇ ਦਾ ਘਰ ਬਣਾਉਣ ਵਾਸਤੇ ਹਜੇ ਯਾਦੀ ਕੋਲ ਇੰਨਾ ਪੈਸਾ ਯਾ ਇੰਨੀ ਉਹ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਇਹਨੂੰ ਮਹਿਲ ਪਾ ਕੇ ਦਿਓ ਨਾ ਬਿਲਕੁਲ ਨਾ ਪਾ ਕੇ ਦਿਓ ਉਹ ਆਪਣੀ ਮਿਹਨਤ ਨਾ ਪਾਊਗਾ ਪਰ ਇੱਕ ਜ਼ਰੀਆ ਜ਼ਰੂਰ ਬਣਿਓ ਕੋਸ਼ਿਸ਼ ਕਰਿਓ ਡਿਸਕ੍ਰਿਪਸ਼ਨ ਚ ਮੈਂ ਕੁਝ ਡਿਟੇਲਸ ਪਾ ਰਿਹਾ ਹਾਂ ਯਾਦੀ ਦੀ ਅ ਵੈਸਤਾ ਪੋਡਕਾਸਟ ਦੇ ਵਿੱਚ ਅਸੀਂ ਪਾਉਂਦੇ ਨਹੀਂ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਬਾਈ ਤੇ ਜਿਹੜੀ ਡਿਟੇਲ ਹੈ ਉਹ ਮੈਂ ਇਸ ਸੈਸ਼ਨ ਦੇ ਵਿੱਚ ਪਾ ਕੇ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂ ਕੋਸ਼ਿਸ਼ ਕਰਿਓ ਜਿੰਨਿਕ ਜੋ ਵੀ ਅਗਰ ਤੁਸੀਂ ਰੁਪਈਆ ਵੀ ਭੇਜ ਦੋਗੇ ਤਾਂ ਮੈਂ ਉਸ ਉਸ ਚੀਜ਼ ਦਾ ਵੇਰੇ ਨਹੀਂ ਹਾਂਗਾ ਅੱਛਾ ਯਾਦੀ ਆਖਰ ਦੇ ਵਿੱਚ ਜੀ ਤੁਹਾਡੇ ਦਰਸ਼ਕ ਸਰੋਤੇ ਵੇਖ ਰਹੇ ਨੇ ਆਪਣੇ ਸਾਰੇ ਜੁੜੇ ਨੇ ਆਪਣੇ ਨਾਲ ਹਨਾ ਭਰਾ ਭੈਣ ਬਾਹਰੋਂ ਅੰਦਰੋਂ ਸਾਰੇ ਦੇਖ ਰਹੇ ਨੇ ਤੁਹਾਨੂੰ ਜੀ ਕੁਝ ਕਹਿਣਾ ਹੋਵੇ ਆਦੀ ਬਈ ਇੰਨ ਨਹੀਂ ਹੈ ਵੀ ਹਨਾ ਵੀ ਮੈਂ ਪੈਸਾ ਨਹੀਂ ਮੰਗਦਾ ਕਿਸੇ ਤੋਂ ਵੀ ਜਿੱਦਾਂ ਤੁਸੀਂ ਕਿਹਾ ਹਨਾ ਬਈ ਵੀ ਅੱਜ ਇਸ ਥੀਪਾ ਹੀ ਆ ਹਨਾ ਬਈ ਕੋਈ ਵੀ ਜ਼ਿੰਮੇਵਾਰੀ ਲੈ ਲੇ ਬਈ ਆ ਕੇ ਹਨਾ ਬਈ ਮੈਨੂੰ ਬਸ ਵੀ ਰਹਿਣ ਲਈ ਜਗ੍ਹਾ ਮਿਲ ਜੇ ਉਦੋਂ ਬਾਅਦ ਭਾਈ ਮੈਂ ਪ੍ਰੋਮਿਸ ਕਰਦਾ ਵੀ ਉਦੋਂ ਬਾਅਦ ਜੋ ਕੁਝ ਵੀ ਮੈਂ ਕਰੂੰਗਾ ਵਾਅਦੇ ਨਾ ਭਤੇਗਾ ਕਿਉਂਕਿ ਭਾਈ ਜੇ ਹੁਣ ਜਾਂ ਜਿੱਡ ਡੋਲਦਾ ਨਾ ਤਾਂ ਭਾਈ ਆਈ ਚੀਜ਼ਾਂ ਕਰਕੇ ਡੋਲਦਾ ਕਿਉਂਕਿ ਹੁਣ ਭਾਈ ਆ ਸਾਡ ਮੈਂ ਪੜਿਆ ਨਹੀਂ ਉੱਥੇ ਮਸਤ ਹੁਣ ਸਾਹਿਬ ਤੇ ਭਾਈ ਹੁਣ ਐ ਨਹੀਂ ਨਾ ਪਤਾ ਵੀ ਉਹ ਉੱਥੋਂ ਵੀ ਕਦੋਂ ਕੱਢ ਦੇਣਾ ਉਹ ਮੈਨੂੰ ਕਦੋਂ ਕਹਿੰਦੇ ਨੂਮ ਖਾਲੀ ਕਰ ਲੈ ਕੋਈ ਜੰਨਾ ਦੇ ਕਰ ਬਈ ਪੜਦੇ ਉਹਨਾਂ ਤੇ ਕਰੀ ਹੋਸਤਾ ਹੂੰ ਨਹੀਂ ਤਾਂ ਉਦੋਂ ਬਾਅਦ ਉਦੋਂ ਬਾਅਦ ਵੀ ਉਹਨਾਂ ਨੇ ਵੀ ਕਹਿ ਦੇਣਾ ਨਾ ਜੇ ਮੰਨ ਲਿਆ ਜੀ ਇੰਟਰਵਿਊ 'ਚ ਇਹ ਗੱਲ ਬੋਲਣੀ ਸੀ ਬਟ ਮੈਂ ਤਾਂ ਬੋਲ ਰਿਹਾ ਹਾਂ ਨਾ ਬਈ ਕਿਉਂਕਿ ਕਈਆਂ ਨੂੰ ਲੱਗੂਗਾ ਵੀ ਜਿੱਥੇ ਹੋਰ ਜਿਆਦੀ ਰਹਿ ਗਿਆ ਹੁਣ ਉੱਥੇ ਰਹੀ ਜਾਊਗਾ ਜਿਆਦੀ ਹਨਾ ਤੇ ਵੀ ਉਹ ਚੀਜ਼ ਦਾ ਡਰ ਆ ਬਈ ਉਹ ਚੀਜ਼ ਤੋਂ ਬਹੁਤ ਘਟਣ ਮਹਿਸੂਸ ਹੋਈ ਜਾਂਦੀ ਹੈ ਬਈ ਜੇ ਮੰਨ ਲਓ ਰੱਬ ਨਾ ਕਰੇ ਉਹ ਚੀਜ਼ ਹੁੰਦੀ ਹੈ ਕਿ ਤੁਹਾਨੂੰ ਉੱਥੋਂ ਆਰਡਰ ਆ ਜਾਂਦੇ ਨੇ ਕਿ ਅੱਧੀ ਕਮਰਾ ਖਾਲੀ ਕਰ ਦੇ ਫਿਰ ਯਾਦੀ ਕਿੱਥੇ ਜਾਊ ਫਿਰ ਤਾਂ ਬਈ ਯਾਦੀ ਆਪਦੇ ਨੰਨਾ ਨਾਨੀ ਕੋਲੀ ਜਾਊਗਾ ਫਿਰ ਯਾਦੀ ਕੋਲੇ ਕੋਈ ਰਸਤਾ ਹੀ ਨਹੀਂ ਬਈ ਕਿਉਂਕਿ ਬਈ ਦੁਸ਼ਮਣ ਬਹੁਤ ਨੇ ਹੂੰ ਉਹ ਪ੍ਰਮਾਤਮਾ ਪਤਨ ਕੀ ਮੇ ਰੱਖੀ ਫਿਰਦਾ ਯਾਦੀ ਨੂੰ ਜਦੋਂ ਦੀ ਇੰਟਰਵਿਊ ਆਈਆਂ ਸੀ ਬਹੁਤ ਲੋਕ ਟਿਕੇ ਵੀ ਉਹਦੂ ਬਾਅਦ ਚ ਤੇ ਬਿਚਾਰ ਦੇ ਪਿਛਲੇ ਇੰਟਰਵਿਊਜ਼ ਵੀ ਦੱਸਿਆ ਜੀ ਜਦੋਂ ਗੱਡੀ ਝਾੜ ਕੇ ਸੀ ਉੱਪਰ ਹੂੰ ਖੜਾਈ ਹੂੰ ਤੇ ਟੂਰਨਾਮੈਂਟਾਂ ਤੇ ਵੀ ਉਹਦੂ ਬਾਅਦ ਕਈ ਵਾਰ ਬੰਦੇ ਮਗਰਮਗਰ ਲੱਗੇ ਆ ਹਾਂ ਤੇ ਵੀ ਤੱਲੀ ਜਾਂਦਾ ਬਈ ਵੀ ਡਰ ਤਾਂ ਉਹੀ ਚੀਜ਼ ਦਵੀ ਛੇਤੀ ਛੇਤੀ ਕਰ ਬਣ ਜੀ ਮੇਰੇ ਜੀ ਮੇਰੇ ਡੈਡੀ ਦਾ ਕੋਈ ਸੁਪਨਾ ਸੀ ਜਦ ਮੈਂ ਪਿੰਡ ਵੀ ਮੇਰਾ ਸੁਪਨਾ ਬਈ ਮੈਂ ਟੂਰਨਾਮੈਂਟ ਆਪ ਕਰਵਾਵਾਂ ਮੇਰੇ ਡੈਡੀ ਜਾਚ ਵੀ ਮੇਰੇ ਡੈਡੀ ਨੂੰ ਮੇਰੀ ਡੈਡੀ ਦੀ ਰੂਹ ਨੂੰ ਤੇ ਮੇਰੇ ਨਾਨਾ ਨਾਨੀ ਦੀ ਰੂਹ ਨੂੰ ਸ਼ਕੂਨ ਮਿਲ ਜਾਊਗਾ ਬਈ ਜਿਵੇਂ ਮੈਂ ਘਰ ਪਾ ਕੇ ਵੀ ਮੈਨੂੰ ਕੁਝ ਹੁੰਦਾ ਨਾ ਬਈ ਮੈਨੂੰ ਕੋਈ ਚੱਕਰ ਅੱਛਾ ਯਾਦੀ ਹਰ ਇੱਕ ਬੰਦਾ ਨਾ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਵੇਖਦੇ ਆ ਨਾ ਰੀਲਾਂ ਵੇਖਦਾ ਜੀ ਤੋਡੇ ਕੋਲ ਵੀ ਫੋਨ ਹੈ ਤੁਸੀਂ ਵੀ ਹੁਣ ਇੰਸਟਾਗ੍ਰam ਚ ਲਾਉਨੇ ਆ ਹਨਾ ਵਧੀਆ ਫੋਟੋਰ ਨੇ ਹਰ ਇੱਕ ਬੰਦਾ ਰੀਲ ਦੇਖਦਾ ਉੱਪਰ ਉੱਪਰ ਨੂੰ ਕਰੀ ਜਾਂਦਾ ਹੁੰਦਾ ਫੇ ਰੀਲਾਂ ਮੈਂ ਅਕਸਰ ਵੇਖੀਆਂ ਨੇ ਵੀ ਜਿਹੜੇ ਲੋਕ ਰੀਲ ਤੇ ਦਿਖਾਉਂਦੇ ਨੇ ਕਿ ਗਰੀਬੀ 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 ਪਰ ਮੈਂ ਸੁਣਿਆ ਕਹਿੰਦੇ ਗਰੀਬੀ ਨੱਕ ਨਾਲ ਲਕੀਰਾਂ ਕਢਾ ਦਿੰਦੀ ਹੈ ਸੱਚ ਆ ਦੇ ਬਾਈ ਬਾਈ ਅਜੇ ਤੋਂ ਰੁੱਤੋਂ ਹੀ ਮੈਂ ਤਾਂ 1.5-2 ਸਾਲਾਂ ਤੋਂ ਹੀ ਇਹ ਚੀਜ਼ ਵੇਖ ਲਈ ਬਾਈ ਉਹ ਵੀ ਅਸੀਂ ਤਾਂ ਕਦੇ ਰੱਜ ਕੇ ਰੋਟੀ ਖਾਤੀ ਨਹੀਂ ਬਾਈ नाना नानी होंगे बी उन्हना कहीं तड़फानू वेखते रह गए माँ ने तो उरा करता प्यो की बुकल पता नहीं बी दो साल मिली है पता नहीं मिली पिंड च ना बी मेरे चाचिया बुरे तकड़े मेरे चाचे एक बी जाऊ ढे उ ਮਰੀ ਚਾਚੀ ਨਾ ਮਰੀ ਚਾਚੇ ਕੋਸ਼ਿਸ਼ ਚਾਚੀ ਹੁਣੇ ਕੋਸ਼ਿਸ਼ ਨਹੀਂ ਕਰਦੇ ਯਾਦੀ ਕੱਲਾ ਹੁਣ ਵੀ ਥੋੜੀ ਬਹੁਤ ਮਦਦ ਯਾ ਤੁਸੀਂ ਖੁਦ ਯਾਦੀ ਚਾਹ ਜਿਵੇਂ ਮਰਜ਼ੀ ਰੋਸੇ ਪਰੇ ਨੇ ਕਦੇ ਆਪ ਬੁੱਕਲ ਚ ਹੋਣ ਦੀ ਕੋਸ਼ਿਸ਼ ਕੀਤੀ ਹੋਵੇ ਚਾਚੇ ਦੇ ਚਾਚੀ ਦੇ ਬਾਈ ਸਾਡੇ ਦੋ ਖਾਣਾਂ ਦੇ ਕਮਰੇ ਜਨ ਉਹਨਾਂ ਦੇ ਸੋਪਣ ਹੈ ਬਈ ਅਸੀਂ ਡੰਗਰ ਬੰਨੀ ਤੇ ਤੁਸੀਂ ਲਾੜੋ ਬਾਈ ਜਿਹਦੇ ਸੌਣ ਤੇ ਜਿਹਦੇ ਕਮਰੇ ਚ ਆਪਾਂ ਡੰਗਰ ਬੰਨਣ ਦੀ ਸੋਚੀ ਹੈ ਉਹਨਾਂ ਨੂੰ ਬੱਕੜਾਂ ਚ ਨਹੀਂ ਲਿਆ ਜਾਂਦਾ ਉਹਨਾਂ ਨੂੰ ਪਹਿਰਾਜੀ ਰੋਲ ਲਿਆ ਜਾਂਦਾ ਵੀ ਤੇ ਅਸੀਂ ਸਾਰੀ ਜ਼ਿੰਦਗੀ ਮੇਰੇ ਪਿਓ ਬਈ ਮੈਂ ਕਦੇ ਕੋਈ ਜ਼ਿੰਦਗੀ ਦੇ ਕਿਸੇ ਪੰਗਾਮ ਤੇ ਆਵ ਹੀ ਹੈ ਨਾ ਵੀ ਸਾਡੇ ਪਿਓ ਦਾ ਕਿਸੇ ਨੇ ਐਵੇਂ ਨਹੀਂ ਚੈੱਕ ਕਰਿਆ ਵੀ ਮੇਰਾ ਡੈਡੀ ਮਰ ਗਿਆ ਕਿ ਮਾਰਿਆ ਲੋងੇ ਬਈ ਨਿਆਣੇ ਐਨੇ ਕਿਸੇ ਦਾ ਵੀ ਬੜਾ ਤਾਂ ਪਤਾ ਨਹੀਂ ਬਈ ਬੜਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਸੀ ਪਰ ਕੀ ਕ ਭਾਈ ਉਹ ਦੀ ਜਗਾ ਸਹੀ ਆ ਪਾਪ ਦੀ ਜਗਾ ਸਹੀ ਗੱਲ ਹੁੰਦੀ ਆ ਭਾਈ ਨਾ ਬਹੁਸ਼ਰ ਬਹੁਤ ਕੀਤੀ ਭਾਈ ਤੇਰਾ ਉਹਨ ਪੈਸਾ ਲਵੇ ਆ ਗਿਆ ਸੀ ਉਹ ਕਿੱਥੇ ਰਹਿੰਦਾ ਕਿੱਥੇ ਹੁਣ ਭਾਈ ਕੋਲੇ ਰਹਿੰਦਾ ਭਾਈ ਉੱਥੇ ਐ ਨਸ਼ਾ ਮਿਲਦਾ ਭਾਈ ਵਧੀਆ ਚਲੋ ਉਸ ਤੋਂ ਬਾਦ ਹੁਣ ਗੁੜੀਆਂ ਹੋਈ ਮੈਂ ਮੇਰਾ ਕੋਲੇ ਮੇਰੀ ਭਾਈ ਜਾਨ ਨਿਕਲ ਗਈ ਗੁੜੀਆਂ ਦੇਖ ਮੈਨੂੰ ਵੀ ਬੰਦਾ ਕਰਾ ਕਰਾ ਯਾਰ ਵੀ ਇਹ ਵੀ ਕਿਸੇ ਤਰ੍ਹਾਂ ਕੋ ਉਹ ਵੀ ਮੇਰਾ ਚਾਚਾ ਸਟਾਰ ਆ ਉਹ ਸਾਰੀ ਰਜ਼ ਰੋਈ ਕਿ ਬਈ ਮੈਂ ਮਦਰ ਬਾਈ ਡੀਪੀ ਲਾ ਕੇ ਰੱਖੀ ਬਹੁਤ ਚਰੋਦੀ ਇਹ ਤੋਂ ਚਾਚੇ ਦੇ ਮੁੰਡੇ ਤੋਂ ਮਗਾਈ ਵੀ ਮੇਰੇ ਭਰਾ ਨੇ ਮੈਨੂੰ ਵਿਆਹ ਨਹੀਂ ਸੀ ਸੱਦਿਆ ਬਈ ਅੱਛਾ ਸਗੇ ਨੇ ਦਰ ਬਈ ਉਹ ਦੁਬਾਰਾ ਬਹੁਤ ਖੁਸ਼ ਹੋ ਗਿਆ ਸੀ ਕਿ ਆਪਣਾ ਉਹਨੇ ਵਿਆਹ ਨਹੀਂ ਸੱਦਿਆ ਬਈ ਮੈਂ ਬਹੁਤ ਦੇਖਦਾਰਿਆ ਉਹਨੂੰ ਵੀ ਖਬਰਾਂ ਯਾਰ ਹੋਣ ਲਾ ਲੂਗਾ ਫੋਨ ਹੋਣ ਲਾ ਲੂਗਾ ਮੇਰੇ ਭਰਾ ਨੂੰ ਮੇਰੇ ਮਾਮੇ ਦੇ ਮੁੰਡੇ ਨੇ ਫੋਨ ਲਾਇਆ ਕਹਿੰਦਾ ਵੀ ਯਾਦੀ ਕਹਿੰਦਾ ਵੀ ਜਿੰਨੀ ਕਿ ਜਗ੍ਹਾ ਮੈਂ ਲੈ ਲਈ ਵੀ ਤਲਾ ਪਦਵੇ ਪਾਈ ਰੜ ਕੇ ਪਾਉਨੇ ਆ ਉਹਨੂੰ ਤੇਰੇ ਨੌਂ ਘਰਾਂ ਦੂਰ ਜਾਂਦੀ ਵੀ ਜਿਹੜੀ ਕੁੜੀ ਨੂੰ ਵਿਚਾਰੀ ਨੂੰ ਵਿਆਹ ਕੇ ਲੈ ਕੇ ਆ ਉਹਨੂੰ ਕਿਰਾਏ ਤੇ ਨਾ ਰੋੜਾ ਇਹ ਗੱਲ ਤੁਸੀਂ ਸੋਚ ਕਹੀ ਸੀ ਅਸਲ ਮੈਂ ਭਾਈ ਆਪਦੇ ਵੱਲੋਂ ਸੋਚ ਕੇ ਮੇਰੇ ਮਾਮੇ ਦੇ ਮੁੰਡੇ ਤੋਂ ਫੋਨ ਕਰਾਇਆ ਸੀ ਉਹ ਕਹਿੰਦਾ ਭਾਈ ਮੈਨੂੰ ਨਹੀਂ ਲੋੜ ਹੈਗੀ ਨਾ ਉਹ ਦੀ ਨਾ ਉਹ ਦੀ ਉਹਦੇ ਥਾਂ ਦੀ ਕਹਿੰਦਾ ਭਾਈ ਮੇਰੇ ਮਸਾਕਰ ਬਣਿਆ ਮੈਨੂੰ ਜਉਂਦਾ ਵੀ ਮੇਰਾ ਘਰ ਦਵਾਰੋਂ ਜੜੇ ਮੈਂ ਬਈ ਆਪਣੀ ਮਾਂ ਨਾਲ ਖੁਸ਼ ਆ ਜਦੀ ਜਿੱਥੇ ਹੈਗਾ ਰਹੀ ਜਾਵੇ ਆਪਾਂ ਨੂੰ ਕੀ ਆ ਕਹਿੰਦਾ ਬਈ ਮੈਂ ਚਲੋ ਬਈ ਸੋਚਿਆ ਫੇਰ ਚਾਚੇ ਦੀ ਕੁੜੀ ਤੋਂ ਫੋਨ ਕਰਾਇਆ ਬਈ ਹਮ ਸਰੀਕੇ ਬਾਜੀ ਸਾਡੇ ਦੂਜੇ ਮੈਂ ਬਣੇ ਤੂੰ ਫੋਨ ਲਾ ਕੇ ਪੁੱਛੀ ਵੀ ਕੀ ਕਹਿੰਦਾ ਫੇਰ ਮਣੇ ਦੋ ਦੋ ਬਾਈ ਬੰਦਿਆਂ ਨੇ ਸੋਚ ਹੀ ਲਿਆ ਵੀ ਅਸੀਂ ਬਾਣੀ ਨਹੀਂ ਸਕ ਕਿਉਂਕਿ ਇਸ ਟਾਈਮ ਨਾ ਬਈ ਉਹਨਾਂ ਨੂੰ ਵੀ ਇਹ ਆ ਬਈ ਇਹ ਕੁਝ ਨਹੀਂ ਕਰ ਸਕਦਾ ਮੈਂ ਤਾਂ ਖੁਸ਼ ਹੋਣਾ। ਹੂੰ। ਵੀਰ ਯੰਟ ਰਿਵਿਊ ਦੇ ਥੱਲੇ ਬਈ ਮੈਂ ਚਾਚੇ ਦੇ ਮੁੰਡੇ ਨੇ ਕਮੈਂਟ ਕਰਿਆ ਕਹਿੰਦਾ ਐਨੀਆਂ ਔਖਾ ਫੌਜੀ ਬਣ ਜਾ। ਤੇ ਮੇਰੇ ਬਾਈ ਕੋਈ ਨਹੀਂ। ਜਦੋਂ ਬੰਦੇ ਇੰਨਾ ਆਪਾਂ ਨੂੰ ਇੰਨਾ ਕਰਦੇ ਹੋਣ ਜੀ। ਕਿਉਂਕਿ ਮੇਰੀ ਸੋਚ ਨਹੀਂ ਬਈ ਕਹਣਾ ਵੀ ਪਿੰਡ ਤਾਂ ਉਦੋਂ ਹੀ ਆਪਣੇ ਲਈ ਗਿਆ ਸੀ ਜਦੋਂ ਉਹਨਾਂ ਨੇ ਸਾਨੂੰ ਨਾਨਾ ਨਾਨੀ ਦੀ ਝੋਲੀ ਪਾਦਾ। ਵੀ ਜੋ ਨਾਨਾ ਨਾਨੀ ਸੋਚਦੇ ਸੀ ਨਾ ਬਈ ਬਈ ਮੇਰੀ ਕੱਢ ਮੇਰੀ ਗੱਲ ਹੋ ਗਈ ਆ ਨਹੀਂ ਆਪਣੀ ਜੀ ਦੀ ਮੈਂ ਟੀ-ਸ਼ਰਟ ਪਾਈ ਹੋਈ ਸੀ ਹੂੰ ਇਹ ਮਹਾਲੀ ਵਾਲੇ ਆ ਜੀ ਆਟੋ ਮਹਾਲੀ ਅੱਛਾ ਹਾਂਜੀ ਅੱਛਾ ਤੇ ਇਹਨਾਂ ਦੀ ਮੈਂ ਮੈਚ ਖੇਡਿਆ ਹੀ ਹੁਣ ਮੈਂ 6-7 ਬੰਦੇ ਵਧੀ ਸੀ ਪ੍ਰਮੋਟਿਵ ਵਿੱਚ ਠੀਕ ਸੀਗੀ ਹੂੰ ਚਲੋ ਇਹ ਮੈਨੂੰ 500 ਰੁਪਏ ਦੇ ਦੇਖਨ ਨਾ ਬਈ ਮੈਚ ਦਾ ਇੱਕ ਮੈਚ ਦਾ ਤੇ ਬਈ 500 ਰੁਪਏ ਦਾ ਕਿਰਾਇਆ ਲੱਗ ਜਾਂਦਾ ਹੂੰਦਾ ਹੀ ਪਰ ਬਈ ਮੈਂ ਜਿਹੜੀ ਆਸਤੇ ਜਾਉਣਾ ਨਾ ਮੈਨੂੰ ਐ ਸੀ ਵੀ ਚਲੋ ਕੋਈ ਨਹੀਂ ਜਿੱਤਾਂਗੇ ਜਿੱਤਾਂਗੇ ਅੱਜ ਹਾਰਗੇ ਕੱਲੂ ਜਿੱਤ ਜਾਗੇ ਕੱਲੂ ਹਾਰਗੇ ਪਰਸੋ ਜਿੱਤਾਂਗੇ ਮੈਂ ਉਹ ਆਸਤੇ ਜੀ ਰਿਹਾ ਸੀ ਪਰ ਭਾਈ ਜਦੋਂ ਮੈਨੂੰ ਉਹ ਬੰਦੇ ਨੇ ਐਦਾਂ ਕਿਹਾ ਨਾ ਵੀ ਯਾਦੀ ਵੀ ਯਾਰ ਮੈਨੂੰ ਕੋਈ ਬੰਦਾ ਕਹਿੰਦਾ ਵੀ ਯਾਦੀ ਕੋਲ ਤਾਂ ਪੈਸਾ ਹੀ ਬਹੁਤ ਇਕੱਠਾ ਹੈ ਯਾਦੀ ਨੂੰ ਕਿਹੜੀ ਚੀਜ਼ ਦੀ ਲੋੜ ਆ ਹਾਂ ਵੀ ਯਾਦੀ ਤਾਂ ਉਹੀ ਸ਼ੋਅ ਕਰਦਾ ਹਾਂ ਮਤਲਬ ਵੀ ਕੀ ਗੱਲ ਕਹਿੰਦੇ ਨੇ ਆਪਾਂ ਵੀ ਜ਼ਿਆਦਾ ਓਵਰ ਕਰਦਾ ਹਾਂ ਬਦਾਨੀ ਵੀ ਲੋਕਾਂ ਤੋਂ ਫੇਮ ਲੈਣ ਦਾ ਮਾਰਾ ਕਰਦਾ ਓਵਰ ਰੀਐਕਟ ਕਰ ਰਿਹਾ ਵੀ ਫੇਮ ਲੈਣ ਦਾ ਮਾਰਾ ਕਰਦਾ ਅੱਛਾ ਮੈਂ ਕਿਹਾ ਬਾਈ ਮੈਨੂੰ ਫੇਮ ਹੀ ਨਾ ਦੇ ਦੋ ਮਨ ਮੇਰਾ ਘਰ ਦੇ ਦਿਓ ਪੜਾ ਕੀ ਉਹਨੂੰ ਫੇਮ ਦੀ ਲੋੜ ਹੀ ਨਹੀਂ ਬਾਈ ਮੇਰੇ ਨਾਨੀ ਦਾ ਸੁਪਨਾ ਸੀ ਬਾਈ ਉਹਨੂੰ ਨਾ ਕਿਸੇ ਨੇ ਪਿੰਡ 'ਚ ਦੱਸਤਾ ਵੀ ਵੀ ਜਿਹੜੇ ਖੇਤੜਾ ਵਾਲੇ ਹੁੰਦੇ ਆ ਬੜੋਂ ਬਾਹਰ ਬੋਰ ਲੈ ਜਾਂਦੇ ਆ ਤੇ ਵੀ ਅਕੈਡਮੀ ਕੋਲ ਦੀ ਮੰਗ ਲਾ ਕੇ ਜਾਂਦੇ ਆ ਤੇ ਬਾਈ ਅਕੈਡਮੀ ਵਿੱਚ ਛੇੜਿਆ ਆ ਜਿੱਤੇ ਜਿੱਤੇ ਵੀ ਬਹੁਤ ਆ ਹਨਾ ਜਿੱਤੇ ਵੀ ਰਿਆ ਸੀ ਪਰ ਉਹ ਵੇਖਣਾ ਨਹੀਂ ਨਹੀਂ ਹੈਗੀ ਬਾਈ ਬਈ ਮੇਰੇ ਟਰਾਫੀਆਂ ਵੇਖ ਕੇ ਨਾ ਜੇ ਕੋਈ ਮੈਨੂੰ ਕਹਿ ਵੀ ਦਿੰਦਾ ਬਈ ਤੈਨੂੰ ਮੈਂ ਲਾਵਾਂਗਾ ਯਾਰ ਹਨਾ ਪਰ ਹੌਣ ਲੱਗੇ ਜਾਂਦਾ ਬੰਦਾ ਬਈ ਇੰਨੀਆਂ ਟਰਾਫੀਆਂ ਨੇ ਬਾਈ ਕੰਮ ਰੀ ਭਰ ਦੋ ਪਰ ਉਹਨਾਂ ਦਾ ਮੁੱਲ ਨਹੀਂ ਬਈ ਉਹ ਟਰਾਫੀਆਂ ਹੁਣ ਬਹਿ ਕਿੱਥੇ ਨੇ ਮੜਦੀਆਂ ਬਈ ਉਹ ਕੋਈ ਲੈ ਗਿਆ ਕੋਈ ਲੈ ਗਿਆ ਸਾਰੀਆਂ ਮੜਦੀਆਂ ਔਰ ਮੇਰੇ ਕੋਲ 10-12 ਟਰਾਫੀਆਂ ਪਈਆਂ ਨੇ ਬਈ ਹੂੰ ਤੇ ਇੱਕ ਭੈਣ ਬਣਾਈ ਹੋਈ ਸੀ ਉਹਦੇ ਘਰ ਪਈਆਂ ਨੇ ਬਈ ਹਾਂ ਵੀ ਠੀਕ ਆ ਬਈ ਚੱਲ ਰਿਹਾ ਜਿੱਦਾਂ ਯਾਰ ਮੇਰੀ ਨਾਨੀ ਦਾ ਐਨਾ ਕੋਸਿਕਾ ਵੀ ਉਹਦੇ ਬੋਲ ਨਾ ਬਈ ਕਿਤਨੇ ਕਿਤੇ ਸੱਚ ਹੁੰਦੇ ਜਾਂਦੇ ਸੀ ਗੇਮ ਚ ਵੀ ਵਧੀਆ ਹੋ ਗਿਆ ਬਈ ਅਕੈਡਮੀਆ ਵੀ ਖੇਡਣ ਲੱਗਿਆ ਜਦੋਂ ਐਦਾਂ ਫੀਲਡਾ ਹੁੰਦਾ ਬਈ ਜਦੋਂ ਲੋ ਕਹਿੰਦੇ ਨਾ ਵੀ ਅਸੀਂ ਜਿੱਤ ਮੰਗਦੇ ਆ ਤੇ ਮੈਂ ਸੋਚਦਾ ਨਾ ਮੈਂ ਮੈਂ ਹਾਰ ਮੰਗਦਾ ਯਾਰ ਵੀ ਬਈ ਮੈਂ ਬਹੁਤ ਟੁੱਟਿਆ ਨਾ ਜਿੱਤਨ ਦਵਾਦ ਵੀ ਯਾਰ ਕਿਹਨੂੰ ਦੱਸਾਂਗੇ ਵੀ ਜਿੱਤੇ ਜਾਂ ਜ਼ਿਆਦਾ ਜਾਂਦਾ ਟਰਾਫੀ ਹੱਥ 'ਚ ਭੜੀ ਤਾਂ ਸੋਹਣੀ ਲੱਗਦੀ ਐ ਬਈ ਸਾਹਮਣੇ ਪਈ ਬਹੁਤ ਬੁਰੀ ਲੱਗਦੀ ਐ ਸੱਚ ਸਾਹਮਣੇ ਪਈ ਐਂ ਲੱਗੀ ਜਾਂਦਾ ਬਈ ਬਈ ਮੰਜੇ ਦੇ ਪਿਆਰ ਨਾਲ ਜਦੋਂ ਨਾਨੀ ਵਾਲੇ ਦੇ ਵੀ ਕਦੇ ਨਾਨੀ ਕਹਿੰਦੇ ਨੇ ਵੀ ਸੋਚ ਉਹਨੇ ਕਹਿਣਾ ਸਾਨੂੰ ਵੀ ਮਨੂੰ ਕਹਿੰਦੇ ਪੁੱਤ ਤੂੰ ਵੀ ਐ ਕਰੇਂਗਾ ਕਿਹੇ ਦਿਨਾਂ ਤੂੰ ਤਾਂ ਨਲਾਇਕਾ ਤੇ ਤੂੰ ਪੜ ਪੜ ਨਹੀਂ ਹੋਣਾ ਤੂੰ ਤਾਂ ਕੁੱਡੀ ਹੋ ਖੇਡੇਂਗਾ ਉਹਨਾਂ ਦਾ ਮੁੰਡਾ ਕਹਿ ਗਿਆ ਸੀ ਤੇਰੀ ਲੱਤ ਬਾਹੀਂ ਡਟੂਗੇ ਕਿਹੇ ਦਿਨਾਂ ਨਾ ਕਿ ਲੱਤ ਬਾਹ ਦਾ ਕੋਈ ਇਹ ਜਾ ਉਹ ਆ ਬਈ ਹੈ ਨਾ ਤੇ ਵੀ ਜਾਂਦੇ ਜਾਂਦੇ ਐ ਹੋ ਜਾਣਾ ਵੀ ਟੂਰਨਾਮੈਂਟ ਤੋਂ ਯਾਰ ਜੇ ਕੋਈ ਕਰੇ ਹੋਵੇ ਤਾਂ ਬੁੱਛ ਲੈਵੇ ਵੀ ਆਦੀ ਕਿਧਰ ਜਾਵੇਂਗਾ ਕਿੱਥੇ ਕਿੱਥੇ ਨਹੀਂ ਉਹ ਵੇ ਨਾਲ ਦੇ ਬੰਦੇ ਨੂੰ ਇਹ ਨਹੀਂ ਪੀ ਲੋਂਦਾ ਹੁੰਦਾ ਬੀਅਰ ਵੀ ਆਪਾਂ ਗੱਲ ਕਿੱਦਾਂ ਦੀ ਕਰਨੀ ਆ ਅਗਲੇ ਨੇ ਤਾਂ ਕਹਿਣਾ ਨਾ ਬਈ ਕਹਿੰਦਾ ਜਾਦੀ ਮੰਮੀ ਨੇ ਚੋਰੀ ਭੇਜੀ ਐ ਤੇ ਬਈ ਮੈਂ ਮੈਂ ਚੋਰੀ ਦਾ ਬਹੁਤ ਸਿੱਖੀ ਨਾ ਅੱਛਾ ਬਈ ਕੋਈ ਜੇ ਚੋਰੀ ਮੈਂ ਕਹਿੰਦਾ ਜ਼ਹਿਰ ਬਣਾ ਕੇ ਦੇ ਦੇ ਉਹ ਵੀ ਖਾ ਜਾਣਾ ਬਈ ਪੀਓ ਸਿਸਟਮ ਜੀ ਵੀ ਮੈਂ ਮਰੀ ਨਾਨੀ ਬਈ ਸਾਨੂੰ ਬਹੁਤ ਖਵਾਉਂਦੀ ਰਹੀ ਐ ਇਹ ਚੀਜ਼ਾਂ ਨਾ ਪਾੜਿਆ ਸਾਨੂੰ ਤੇ ਹੁਣ ਵੀ ਬਈ ਐ ਨਹੀਂ ਵੀ ਯਾਦੀ ਮਿਹਨਤ ਨਹੀਂ ਕਰਦਾ ਬਹੁਤ ਬੰਦੇ ਨੇ ਸਵਾਲ ਆਏ ਹੁੰਦੇ ਵੀ ਯਾਦੀ ਗਰਾਊਂਡ ਨਹੀਂ ਖੇਡਦਾ ਤੂੰ ਕੀ ਕਰ ਮਿਹਨਤ ਕਰ ਮਿਹਨਤ ਕਰ ਹਨਾ ਭਾਈ ਮੈਂ ਕਹਿੰਦਾ ਨਾ ਯਾਰ ਵੀ ਮਿਹਨਤ ਕਰਕੇ ਵੀ ਮੈਂ ਭੁੱਖੇ ਹੀ ਮਰ ਰਿਹਾ ਹਾਂ ਜੇ ਟਾਈਮ ਇਸ ਟਾਈਮ ਵੀ ਮੈਂ ਜਦੋਂ ਮੈਨੂੰ ਰੋਟੀ ਨਹੀਂ ਜੁੜਦੀ ਭਾਈ ਮੈਂ ਮਿਹਨਤ ਵੀ ਕੀ ਕਰਾਂ ਕੋਈ ਜੰਨਾ ਜ਼ਿਕਰ ਭਾਈ ਸਰੀਰ 'ਚ ਨਹੀਂ ਕੁਝ ਹੋਊਗਾ ਗੇਮ ਨਹੀਂ ਕਹਿੰਦਾ ਸਰੀਰ ਵੀ ਨਹੀਂ ਜਾਂਦਾ ਦਿੰਦਾ ਭਾਈ ਭਾਈ ਮੇਰੇ ਹੋਰ ਤਰ੍ਹਾਂ ਦੇ ਵਿੱਚ ਕੋਈ ਐ ਨਹੀਂ ਕਹਿੰਦਾ ਕਿ ਵੀ ਯਾਰ ਯਾਦੀ ਬਾਹਰ ਨਿਕਲੇ ਆ ਮੈਂ ਕਮਰੀ ਜੀ ਬੈਠਾ ਰਹਿਣਾ ਭਾਈ ਇਹ ਕੱਲਾ ਬੰਦਾ ਕੀ ਕੀ ਕੋ ਸੋਚਦਾ ਹੋਊਗਾ ਭਾਈ ਉਹ ਨਹੀਂ ਪਤਾ ਸਾਰੀ ਸਾਰਾ ਦਿਨ ਲੱਗ ਜਾਂਦਾ ਭਾਈ ਸਾਰੀ ਰਾਤ ਲੰਘ ਜਾਂਦੀ ਆ ਪਾਈ ਸੋਚੀ ਜਾਂਦਾ ਵੀ ਜੇ ਕਿਤੇ ਨਾਨੀ ਬਾਪਸ ਮੋੜਿਆਵੇ ਜਾਂ ਨਾਨਾ ਬਾਪਸ ਮੋੜਿਆਵੇ ਯਾਰ ਵੀ ਅੱਗੇ ਕੋਈ ਰਸਤਾ ਸਾਫ਼ ਹੋ ਜਾਵੇ ਨਹੀਂ ਨਾ ਭਾਈ ਰਸਤੇ ਬੰਦ ਹੋਏ ਪਿਆ ਮਚਾਉਣਾ ਪੋਡਕਾਸਟ ਜਿਹੜੇ ਦਰਸ਼ਕ ਸ ਸਰੋਤੇ ਸੁਣ ਰਹੇ ਨੇ ਤੁਸੀਂ ਦੇਸ਼ ਦੇ ਕਿਹੜੇ ਕੋਨੇ 'ਚ ਕਿਹੜੇ ਦੇਸ਼ ਦੇ ਕਿਹੜੇ ਹਿੱਸੇ 'ਚੋਂ ਬੈਠ ਕੇ ਸਾਡਾ ਇਹ ਪੋਡਕਾਸਟ ਸੁਣ ਰਹੇ ਹੋ? ਇਹ ਕਮੈਂਟ ਜ਼ਰੂਰ ਦੱਸਿਓ। ਅ ਮੈਨੂੰ ਇਨਿਕ ਆਸ ਉਮੀਦ ਜ਼ਰੂਰ ਹੋਊਗੀ ਆਪਣੇ ਦਰਸ਼ਕ ਸਰੋਤਿਆਂ ਤੋਂ ਜਿਹੜੇ ਸਾਨੂੰ ਸੁਣਦੇ ਨੇ ਕਿ ਬਹੁਤੀ ਨਹੀਂ ਤਾਂ ਕੁਝ ਮਦਦ ਜੋ ਵੀ ਹੋ ਸਕਦੀ ਆ ਆਪਾਂ ਇੱਕ ਵਾਰ ਜ਼ਰੂਰ ਯਾਦੀ ਦੀ ਕਰੀਏ ਤਾਂ ਕਿ ਯਾਦੀ ਦਾ ਉਹ ਘਰ ਜੋ ਹੈ ਜੋ ਅਸਲ ਦੇ ਵਿੱਚ ਜਿਸ ਕਰਦਾ ਉਹ ਹੱਕਦਾਰ ਹੈ ਉਹ ਘਰ ਉਹਦੇ ਕੋਲ ਹੋਵੇ ਬਾਕੀ ਮੈਂ ਯਾਦੀ ਤੁਹਾਨੂੰ ਵੀ ਇਹ ਗੱਲ ਕਹੂੰਗਾ ਕਿ ਜ਼ਿੰਦਗੀ ਇਹ ਵਾਰ-ਵਾਰ ਨਹੀਂ ਮਿਲਦੀ ਜ਼ਿੰਦਗੀ ਦੇ ਵਿੱਚ ਬਹੁਤ ਮੌਕੇ ਆਉਂਦੇ ਨੇ ਜ਼ਿੰਦਗੀ ਇਹ ਜ਼ਿੰਦਗੀ ਹੈ ਲਾਈਫ ਹੈ ਲਾਈਫ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਹੈ ਹੋ ਸਕਦਾ ਜੋ ਚੀਜ਼ਾਂ ਤੁਸੀਂ ਅੱਜ ਵੇਖ ਰਹੇ ਹੋ ਕੱਲ ਨੂੰ ਇਹ ਬਿਲਕੁਲ ਵੀ ਨਾ ਤੇ ਦੂਸਰੇ ਹੱਥੇ ਵੀ ਹੋ ਸਕਦਾ ਹੈ ਵੀ ਜੋ ਚੀਜ਼ਾਂ ਤੁਸੀਂ ਦੇਖ ਰਹੇ ਹੋ ਇਸ ਤੋਂ ਡਬਲ ਮਾੜੀਆਂ ਚੀਜ਼ਾਂ ਹੋਣ ਪਰ ਤੁਸੀਂ ਇੱਕ ਚੀਜ਼ ਦਾ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਿਆ ਕਰੋ ਕਿ ਰੱਬ ਪਰਖਦਾ ਵੀ ਉਹਨਾਂ ਨੂੰ ਆ ਜਿਹੜੇ ਪਰਖਣ ਦੇ ਲਾਇਕ ਹੁੰਦੇ ਨੇ ਜਿਹੜੇ ਹੱਕਦਾਰ ਹੁੰਦੇ ਨੇ ਮਾੜੇ ਬੰਦੇ ਤੇ ਕੋਈ ਅਤਿਆਚਾਰ ਨਹੀਂ ਕਰਦਾ ਇੱਕ ਗੱਲ ਯਾਦ ਰੱਖਿਓ ਉਹ ਰੱਬ ਹੈ ਨਾ ਉਹ ਪਰਮਾਤਮਾ ਵੀ ਉਹਨਾਂ ਦਾ ਐਗਜ਼ਾਮ ਲੈਂਦਾ ਉਹਨਾਂ ਦੀ ਵੀ ਪਰਖਿਸ਼ਾ ਉਹਨਾਂ ਦੀ ਲੈਂਦਾ ਵੀ ਜਿਹੜੇ ਉਸ ਪ੍ਰੀਖਿਆ ਚ ਪਾਸ ਹੋਣ ਦਾ ਦਮ ਰੱਖਦੇ ਨੇ ਬਲ ਰੱਖਦੇ ਨੇ ਉਹ ਪਰਖਦਾ ਹੈ ਉਹ ਦੇਖਦਾ ਵੀ ਦੇਖਦਾ ਵੀ ਟੁੱਟਦਾ ਕਿ ਨਹੀਂ ਖੜ ਜੈ ਨੂੰ ਹੋਰ 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 ਦੇਖਦੇ ਆ ਹੋਰ ਪ੍ਰਤਿਆਗ ਦੇ ਇਹਦੀ ਚੂੜੀ ਹੋਰ ਕਸ ਕਿੱਥੇ ਤੱਕ ਦੀ ਚੀਕ ਮਾਰਦਾ ਇਹ ਫਿਰ ਇੱਕ ਟਾਈਮ ਐਸਾ ਆਉਂਦਾ ਜਾਂਦੀ ਵੀ ਜਿੱਥੇ ਉਹ ਵੀ ਪਿਗਲਦਾ ਉਹ ਕਹਿੰਦੇ ਨੇ ਨਾ 12 ਇੱਕ ਟਾਈਮ ਐਸਾ ਆਉਂਦਾ ਵੀ ਜਦੋਂ ਇੱਕ ਕੂੜੇ ਲੱਗੇ ਕੂੜੇ ਦੀ ਵੀ ਸੁਣੀ ਜਾਂਦੀ ਹੈ ਉਹ ਕੂੜੇ ਦਾ ਵੀ ਇੱਕ ਟਾਈਮ ਆਉਂਦਾ ਵੀ ਉਹਨੂੰ ਚੱਕ ਕੇ ਸਾਫ਼ ਕਰਕੇ ਬੰਦਾ ਉਹ ਜਿਗਾ ਜਗਾ ਪੱਧਰੀ ਕਰ ਦਿੰਦਾ ਸਾਫ਼ ਕਰ ਦਿੰਦਾ ਉਹ ਕੂੜੇ ਦਾ ਵੀ ਦਿਨ ਬਦਲਦਾ ਜੀ ਆਪਾਂ ਤਾਂ ਫੇਰ ਇਨਸਾਨ ਆ ਜਾਂਦੀ ਜੀ ਮਾਲਕ ਨੇ ਜੂਨੀ ਆਪਾਂ ਨੂੰ ਬਹੁਤ ਜ਼ਿਆਦਾ ਔਖੀ ਬਖਸ਼ੀ ਹੈ ਇਹ ਜਿਹੜੀ ਇਨਸਾਨ ਦੀ ਜੁਨੀ ਹੈ 84 ਲੱਖ ਜੂਨ ਤੋਂ ਬਾਅਦ ਕਹਿੰਦੇ ਮਿਲਦੀ ਹੈ ਐਡੀ ਸੌਖੀ ਨਹੀਂ ਆਪਾਂ ਨੂੰ ਮਿਲੀ ਸੋ ਆਪਾਂ ਕਦੇ ਵੀ ਇਹ ਚੀਜ਼ ਵੱਲ ਨਹੀਂ ਭਜਣਾ ਕਿ ਮੈਂ ਕੋਈ ਗਲਤ ਕਦਮ ਚੱਕਾਂ ਜਾਂ ਕੋਈ ਇਸ ਤਰੀਕੇ ਚੱਕਾਂ ਹੇ 30 ਸਾਲ ਦੀ ਉਮਰ ਹੈ ਬਾਈ ਉਹ ਤਾਂ ਬਹੁਤ ਰਕੀ ਕਰੇਗਾ ਉਦੋਂ ਹੀ ਡੋਲ ਜਾਣਾ ਬਾਈ ਐਦਾਂ ਦੀ ਕੋਈ ਕਿਉਂਕਿ ਮੈਨੂੰ ਪਤਾ ਮੈਂ ਬਹੁਤ ਸੁਪਨੇ ਪੂਰੇ ਕਰਨੇ ਆ ਬਾਈ ਜਦੋਂ ਹੁੰਦਾ ਨਾ ਬਈ ਵੀ ਸਾਰੇ ਪਾਸਿਓਂ ਵੀ ਰਸਤੇ ਬੰਦ ਜੇ ਹੁੰਦੇ ਸਨੋਂ ਵੀ ਹੁਣ ਨਹੀਂ ਕੋਈ ਹੋਣਾ ਫੇਰ ਵੀ ਕੋਸ਼ਿਸ਼ ਹੀ ਕਰਦਾ ਫੇਰ ਵੀ ਪਰਮਾਤਮਾ ਨੂੰ ਯਾਦ ਕਰਦਾ ਬਈ ਹੈ ਨਾ ਵੀ ਕੋਈ ਤਾਂ ਰਸਤਾ ਕੱਢ ਕੋਈ ਨਾ ਹੁਣ ਬਈ ਜੇ ਮਰਨਾ ਹੀ ਹੁੰਦਾ ਤਾਂ ਉਸ ਦਿਨ ਤੁਹਾਨੂੰ ਫੋਨ ਹੀ ਨਾ ਲੱਗਦਾ ਹੈ ਨਾ ਮੈਂ ਕਹਿੰਦਾ ਵੀ ਇਸੇ ਤਰੀਕੇ ਦੇ ਨਾਲ ਫੋਨ ਲਾ ਲਿਆ ਕਰ ਅਗਰ ਕੋਈ ਦਿਲ ਦੇ ਵਿੱਚ ਖਿਆਲ ਆਉਂਦਾ ਕੋਈ ਗੱਲ ਨਹੀਂ ਹਾਂਜੀ ਵੱਡਾ ਭਰਾ ਸਮਝ ਕੇ ਫੋਨ ਲਾ ਲਿਆ ਬਈ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਆਪਾਂ ਦਬਣਾ ਨਹੀਂ ਜੀ ਬਹੁਤ ਗੇਲ ਜਾਣਾ ਜਿਆਦੀ ਹਾਂਜੀ ਆਪਾਂ ਇਹ ਚੀਜ਼ ਜਿਹੜੇ ਬੰਦੇ ਆਪਾਂ ਨੂੰ ਕਮੈਂਟ ਕਰਦੇ ਨੇ ਨਾ ਕਿਉਂਕਿ ਕਮੈਂਟ ਉਹਨਾਂ ਲੋਕਾਂ ਨੂੰ ਹੀ ਹੁੰਦੇ ਨੇ ਅਕਸਰ ਜਿਹੜੇ ਬੰਦੇ ਉੱਪਰ ਜਾ ਰਹੇ ਹੁੰਦੇ ਨੇ ਇਹ ਚੀਜ਼ ਨੂੰ ਮਨ ਦੇ ਵਿੱਚ ਹਮੇਸ਼ਾ ਰੱਖੋ ਤੁਹਾਨੂੰ ਅੱਜ ਕੋਈ ਕਮੈਂਟ ਕਰ ਰਿਹਾ ਨਾ ਤਾਂ ਤੁਸੀਂ ਉਸ ਚੀਜ਼ ਨੂੰ ਵੀ ਇੱਕ ਆਪਣੀ ਢਾਲ ਬਣਾ ਕੇ ਅੱਗੇ ਵਧੋ ਜੀ ਕਮੈਂਟ ਕਰ ਰਿਹਾ ਆਪਣੇ ਆਪ ਨੂੰ ਹੋਰ ਸਟਰੋਂਗ ਬਣਾਓ ਤੇ ਅੱਗੇ ਵਧੋ ਬਲਵਾਨ ਬਣਾਓ ਖੁਸ਼ ਹੋਵੋ ਖੁਸ਼ ਹੋਵੋ ਇਸ ਚੀਜ਼ ਤੇ ਕਿ ਤੁਹਾਨੂੰ ਅੱਜ ਕੋਈ ਵੇਖ ਰਿਹਾ ਹੈ ਤੁਹਾਨੂੰ ਵੇਖ ਕੇ ਕੋਈ ਕਮੈਂਟ ਕਰ ਰਿਹਾ ਤੇ ਤੁਸੀਂ ਅੱਗੇ ਨੂੰ ਵੱਧ ਰਹੇ ਹੋ ਤੁਹਾਡੀ ਤਰੱਕੀ ਦਾ ਇੱਕ ਰਾਹ ਆਇਆ ਹੈ ਇਹ ਵੀ ਤੁਹਾਡੀ ਤਰੱਕੀ ਹੈ। ਜੀ। ਤੁਹਾਡੇ ਤੇ ਜੇ ਅੱਜ ਕੋਈ ਬੈਡ ਕਮੈਂਟ ਵੀ ਕਰ ਰਿਹਾ ਨਾ ਤਾਂ ਤੁਹਾਡੀ ਤੁਸੀਂ ਇਹਨੂੰ ਤਰੱਕੀ ਮੰਨੋ। ਅੱਜ ਬੈਡ ਕਮੈਂਟ ਕਰ ਰਹੇ ਨੇ। ਇੱਕ ਦਿਨ ਆਊਗਾ ਕਿ ਉਹ ਲੋਕ ਤੁਹਾਡੀਆਂ ਉਦਾਹਰਨਾਂ ਦੇਣਗੇ। ਜੀ। ਕਿ ਉਹ ਬੰਦੇ ਨੂੰ ਵੇਖ, ਉਹ ਬੰਦੇ ਦੀ ਤਰੱਕੀ ਦੇਖ ਕਿੰਨੀ ਹੋਈ ਆ। ਕਦੇ ਇੱਥੇ ਹੁੰਦਾ ਸੀ, ਕਦੇ ਆਹ ਕਰਦਾ ਹੁੰਦਾ ਸੀ। ਅੱਜ ਤਾਂ ਭਾਈ ਮਿਲਣੋਂ ਵੀ ਗਿਆ ਤੂੰ। ਜੀ। ਤੂੰ ਕਦੇ ਆਏ। ਜਿਵੇਂ ਹੁਣ ਤੁਹਾਡੇ ਕੋਲ ਪੈਸੇ ਆਏ ਤਾਂ ਹਰ ਇੱਕ ਬੰਦਾ ਤੁਹਾਡੇ ਕੋਲ ਆਇਆ ਨਾ। ਜਦ ਯਾਦੀ ਗੁਣੀ ਕੇ ਯਾਦੀ ਗੁਣੀ ਕੇ ਬਣ ਗਿਆ ਨਾ। ਜੀ। ਤਾਂ ਉਦੋਂ ਕੀ ਕੁਝ ਹੋਊਗਾ ਤੁਸੀਂ ਵੀ ਸੋਚ ਸਕਦੇ। ਜੀ ਬਾਕੀ ਆਦੀ ਬਹੁਤ ਬਹੁਤ ਧੰਨਵਾਦ ਰੱਬ ਕਰੇ ਤੁਸੀਂ ਹੋਰ ਮਜ਼ਬੂਤੀ ਦੇ ਨਾਲ ਆਪਣੇ ਆਪ ਨੂੰ ਕੈੜਾ ਕਰੋ ਜੀ ਤੇ ਅੱਗੇ ਵਧੋ ਰੱਬ ਬਰਕਤ ਰੱਖੇ ਆ ਬਖਸ਼ੂ ਬਹੁਤ ਬਹੁਤ ਆਦੀ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਾਕੀ ਦਰਸ਼ਕ ਰਹੋਤੇ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਸੀ ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਦਾ ਲੱਗਾ ਕਹਾਣੀ ਅਸਲੀਅਤ ਸੀ ਕਹਾਣੀ ਮੈਂ ਕੋਈ ਇਹ ਨਹੀਂ ਕਿ ਇੱਕ ਸਕ੍ਰਿਪਟ ਬਣਾ ਕੇ ਆਪਾਂ ਦਿਖਾਤੀ ਪਰ ਕਹਾਣੀ ਅਸਲ ਸੀ ਜੋ ਅਸਲ ਦੇ ਵਿੱਚ ਹੱਡ ਬੀਤੀ ਬਾਈ ਸਲੀਮ ਉਰ ਫਯਾਦੀ ਗੁਣੀਕੇ ਨੇ ਆਪਣੀ ਜ਼ਿੰਦਗੀ ਦੇ ਨਾਲ ਹੰਡਾਈਆਂ ਉਹ ਦਰਦ ਉਹ ਇੱਕ ਦਾਸਤਾਨ ਉਹਨੇ ਅੱਜ ਸਾਡੇ ਸਾਹਮਣੇ ਫਰੋਲ ਕੇ ਰੱਖਤੀ ਉਹ ਇੱਕ ਕਿਤਾਬ ਜਿਹੜੀ ਵਰਕਿਆਂ ਦੀ ਆਪਣੀ ਜ਼ਿੰਦਗੀ ਦੀ ਲੈ ਕੇ ਆਇਆ ਸੀ ਉਹਨੇ ਪੰਨਾ ਪੰਨਾ ਫੋਲ ਕੇ ਰੱਖਤਾ ਕਿ ਮੈਂ ਤਾਂ ਆ ਆ ਹੁਣ ਦਰਸ਼ਕ ਵੇਖ ਰਹੇ ਨੇ ਸੁਣ ਰਹੇ ਨੇ ਤੁਸੀਂ ਰੱਬ ਸਮਾਨ ਹੋ ਤੁਹਾਨੂੰ ਪਤਾ ਅਸਲ ਦੇ ਵਿੱਚ ਬੰਦਾ ਝੂਠ ਬੋਲਦਾ ਕਿ ਬੰਦਾ ਸੱਚ ਬੋਲਦਾ ਤੁਸੀਂ ਫੜ ਲੈਨੇ ਹੋ ਇੰਨੇ ਕਿ ਸਮਝਦਾਰ ਦਰਸ਼ਕ ਸਰੋਤੇ ਹੈਗੇ ਨੇ ਪਰ ਮੈਂ ਚਾਹੁੰਨਾ ਤੁਸੀਂ ਹਰ ਇੱਕ ਚੀਜ਼ ਦੀ ਜਾਂਚ ਪੜਤਾਲ ਕਰਕੇ ਉਸ ਤੋਂ ਬਾਅਦ ਫਿਰ ਕੋਈ ਸਟੈਪ ਜ਼ਰੂਰ ਲਿਓ। ਅਗਰ ਤੁਹਾਨੂੰ ਲੱਗਦਾ ਕਿ ਯਾਦੀ ਇਸ ਚੀਜ਼ ਦਾ ਹੱਕਦਾਰ ਹੈ ਤਾਂ ਜ਼ਰੂਰ ਮਦਦ ਕਰਿਓ ਯਾਰ। ਜ਼ਰੂਰ ਕਰਿਓ। ਨੰਬਰ ਥੱਲੇ ਮੈਂ ਡਿਸਕ੍ਰਿਪਸ਼ਨ ਚ ਪਾਤਾ। ਤੁਸੀਂ ਫੋਨ ਕਰਨਾ ਹੈ, ਤੁਸੀਂ ਗੱਲਬਾਤ ਕਰਨੀ ਹੈ ਜਾਂ ਯਾਦੀ ਕੋਲ ਜਾ ਕੇ ਵੇਖ ਕੇ ਆਉਣਾ ਤਾਂ ਸੰਗਰੂਰ ਦੇ ਨਜ਼ਦੀਕ ਸ਼੍ਰੀ ਮਸਤੋਆਣਾ ਸਾਹਿਬ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਤੁਸੀਂ ਉੱਥੇ ਜਦ ਮਰਜ਼ੀ ਜਾਓ। ਤੇ ਤੁਸੀਂ ਮਿਲ ਸਕਦੇ ਹੋ ਕਿ ਨਾਲ ਹੀ ਉੱਥੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਹੋਸਟਲ ਦੇ ਵਿੱਚ ਯਾਦੀ ਉੱਥੇ ਰਹਿੰਦਾ ਹੈ ਆਪਣਾ ਸਮਾਂ ਹਜੇ ਉੱਥੇ ਬਤੀਤ ਕਰ ਰਿਹਾ ਹੈ ਤੇ ਕਿਹੜੀ ਚੀਜ਼ ਚੰਗੀ ਲੱਗੀ ਕਿਹੜੀ ਚੀਜ਼ ਮਾੜੀ ਲੱਗੀ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਦਿਓ ਕਿੱਥੋਂ-ਕਿੱਥੋਂ ਬੈਠ ਕੇ ਸਾਡਾ ਇਹ ਪੋਡਕਾਸਟ ਸੁਣ ਰਹੇ ਹੋ ਤੁਸੀਂ ਉਹ ਵੀ ਸਾਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਬਾਕੀ ਹਾਂ ਥੱਲੇ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਹੀ ਉਹਦੇ ਬੈਲ ਆਈਕਨ ਹੈ ਉਹਨੂੰ ਵੀ ਦਬ ਦਿਓ ਤਾਂਕਿ ਸਾਡੇ ਨਾਲ ਲੋਕ ਜੁੜ ਸਕਣ ਕੋਸ਼ਿਸ਼ ਕਰਦਾ ਬਹੁਤੇ ਨਹੀਂ ਬਹੁਤੇ ਨਾਲੋਂ ਥੋੜਾ ਖਾ ਲਈਏ ਚੰਗਾ ਖਾ ਲਈ ਕੋਸ਼ਿਸ਼ ਕਰਦੇ ਆ ਉਹ ਚੀਜ਼ਾਂ ਲੈ ਕੇ ਆਈਏ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਸੁਣ ਲੈਣ ਕੋਣ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋਵੋ ਤੇ ਜਿਸ ਚੀਜ਼ ਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਯਾਦੀ ਦੀ ਕਹਾਣੀ ਐਸੀ ਸੀ ਕਿ ਯਾਦੀ ਨੇ ਉਹ ਸਮਾਂ ਤੱਕ ਦੇਖ ਲਿਆ ਕਿ ਜਦੋਂ ਕੁੱਤੇ ਦੇ ਮੂੰਹ ਤੋਂ ਰੋਟੀ ਖੋ ਕੇ ਵੀ ਉਹਨੇ ਖਾਦੀ ਹੈ ਉਹ ਸਮਾਂ ਤੱਕ ਦੇਖ ਲਿਆ ਕਿ ਜਦੋਂ ਆਪਣੀ ਸਾਗੀ ਮਾਂ ਦੇ ਕੋਲੋਂ ਨੀਂਦ ਦੀਆਂ ਗੋਲੀਆਂ ਤੱਕ ਆਪ ਖਾਦੀਆਂ ਯਾਨੀ ਸਗੀ ਮਾਂ ਜਿਹੜੀ ਸੀਗੀ ਉਹਨੇ ਨੀਂਦ ਦੀਆਂ ਗੋਲੀਆਂ ਕੋਲ ਕੇ ਦੇਣੀਆਂ ਖਾਣੀਆਂ ਕੱਪੜੇ ਪਾੜ ਕੇ ਦਿਖਾ ਦੇ ਕਿ ਮੇਰੀ ਇੱਜ਼ਤ ਲੁੱਟੀ ਜਾ ਰਹੀ ਹੈ ਸਗੀ ਮਾਂ ਵੱਲੋਂ ਤੇ ਅੱਜ ਜੋ ਵੀ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਕੁਝ ਸਿੱਖਣ ਨੂੰ ਆਪਾਂ ਨੂੰ ਮਿਲਦਾ ਹੈ ਸਿੱਖਣ ਨੂੰ ਕੀ ਮਿਲਦਾ ਹੈ ਕਿ ਇਹ ਜ਼ਿੰਦਗੀ ਦੇ ਵਿੱਚ ਕੁਝ ਵੀ ਚੀਜ਼ ਹੈ ਨਾ ਉਹ ਇੰਨੀ ਸੌਖੇ ਨਹੀਂ ਕਦੇ ਬੰਦੇ ਨੂੰ ਮਿਲਦੀ ਚਾਹੇ ਇੱਜ਼ਤ ਵੀ ਹੈ ਨਾ ਤਾਂ ਇੱਜ਼ਤ ਵੀ ਅੱਜਕੱਲ ਦੀ ਇਸ ਦੁਨੀਆ ਦੇ ਵਿੱਚ ਨਾ ਬੰਦੇ ਨੂੰ ਸੌਖੀ ਨਹੀਂ ਮਿਲਦੀ ਇੱਜ਼ਤ ਕਮਾਉਣੀ ਪੈਂਦੀ ਹੈ ਇੱਜ਼ਤ ਕਮਾਉਣ ਦੇ ਵਿੱਚ ਕਮਾਉਣ ਤੋਂ ਪਹਿਲਾਂ ਜਿਹਨੇ ਦਾਗ ਲੱਗਦੇ ਨੇ ਉਹ ਦਾਗਾਂ ਤੇ ਕੋਈ ਨਹੀਂ ਗੌਰ ਕਰਦਾ ਪਰ ਉਸ ਤੋਂ ਬਾਅਦ ਇੱਜ਼ਤ ਦੇ ਉੱਤੇ ਉਛਾਲ ਬਹੁਤ ਆਉਂਦੇ ਉਸ ਨੂੰ ਸੰਭਾਲ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਇੱਜ਼ਤ ਮਿਲਣੀ ਬਹੁਤ ਔਖੀ ਹੈ ਉਮੀਦ ਕਰਦਾ ਕੋਈ ਚੰਗੀਆਂ ਚੀਜ਼ਾਂ ਇਸ ਪੋਡਕਾਸਟ ਦੇ ਵਿੱਚੋਂ ਤੁਸੀਂ ਵਾਇਰਲ ਕਰੋਗੇ ਸੁਣੋਗੇ ਆਪਣੇ ਕੋਲ ਰੱਖੋਗੇ ਐਸੇ ਹੋਰ ਹੋਰ ਕਹਾਣੀਆਂ ਐਸੀਆਂ ਹੋਰ ਸਟੋਰੀਜ਼ ਲਗਾਤਾਰ ਸਾਡੇ ਪੋਡਕਾਸਟ ਲਾਈਨ ਅਪ ਕੀਤੇ ਹੋਏ ਨੇ ਬਸ ਤੁਸੀਂ ਸਬਸਕ੍ਰਾਈਬ ਕਰ ਲਓ ਇਹਦੇ ਲਈ ਪਾਸੇ ਬੈਲ ਆਈਕਨ ਆ ਉਹ ਤੇ ਕਲਿੱਕ ਕਰ ਲਓ ਨੋਟੀਫਿਕੇਸ਼ਨ ਨੂੰ ਆਲ ਤੇ ਕਲਿੱਕ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਅਸੀਂ ਕਦੋ-ਕਦੋ ਪੋਡਕਾਸਟ ਲੈ ਕੇ ਆ ਰਹੇ ਹਾਂ ਤਕਰੀਬਨ ਵੈਸੇ ਹਰ ਇੱਕ ਬੁੱਧਵਾਰ ਤੇ ਹਰ ਇੱਕ ਸ਼ਨੀਵਾਰ ਨੂੰ ਸਾਡਾ ਪੋਡਕਾਸਟ ਫਾਈਨਲ ਹੁੰਦਾ ਕਈ ਵਾਰ ਹੋ ਜਾਂਦਾ ਹੈ ਕਿ ਪੋਡਕਾਸਟ ਉੱਪਰ-ਥੱਲੇ ਹੋ ਜਾਵੇ ਬੀਜ਼ੀ ਸ케ਜੂਲ ਦੇ ਕਰਕੇ ਕਈ ਵਾਰ ਟੈਕਨੀਕਲ ਪ੍ਰੋਬਲਮਸ ਆ ਜਾਂਦੀਆਂ ਨੇ ਪਰ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਬੁੱਧਵਾਰ ਯਾਨੀ ਵੈਂਸਡੇ ਤੇ ਹਰ ਇੱਕ ਸੈਟਰਡੇ ਯਾਨੀ ਸ਼ਨੀਵਾਰ ਨੂੰ ਤੁਹਾਡੇ ਕੋਲੇ ਪੋਡਕਾਸਟ ਅਸੀਂ ਹਾਜ਼ਰ ਕਰਿਆ ਕਰੀਏ ਬਾਕੀ ਤੁਸੀਂ ਸੁਣ ਰਹੇ ਹੋ ਕਿਥੇ-ਕਿਥੇ ਬੈਠ ਕੇ ਸੁਣ ਰਹੇ ਹੋ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਬਣੇ ਰਹੋ ਸਾਡੇ ਨਾਲ ਧੰਨਵਾਦ